ਨਾ ਮੁੰਡਿਆ ਤੈਨੂੰ ਐ ਸਰ ਜੂਗਾ, ਸਾਰਾ ਦਿਨ ਫੋਨ ਤੇ ਲੱਗਿਆ ਰਹਿਣਾ ਹੈਗਾ। ਕੀ ਹੋ ਗਿਆ ਬੇਬੇ, ਕਿਉਂ ਤਾਂ ਪੀ ਪਈ? ਕੀ ਹੋ ਗਿਆ? ਆਹੋ ਬੇਬੇ ਤਾਪੀ ਤਾਪੀ ਰਹਿੰਦੀ ਹੈਗੀ। ਕੀ ਹੋ ਗਿਆ ਦੱਸ? ਨਾ ਅਮਨ ਕਹਿੰਦੀ ਮੈਂ ਫੋਨ ਕਰਿਆ, ਇਹ ਤਾਂ ਮੈਨੂੰ ਲੈਣ ਵੀ ਨਹੀਂ ਆਇਆ, ਉਰੇ ਦੱਸ ਪਿਆ ਕੀ ਕਰਨਾ, ਲੈ ਕੇ ਨਹੀਂ ਆ ਸਕਿਆ। ਉਹ ਬੇਬੇ ਮੈਂ ਮੈਚ ਲਾਈ ਬੈਠੇ, ਜੋ ਵਿੱਚੋਂ ਕੱਟ ਦਿੰਦੇ ਨਾ ਫਿਰ ਮੈਂ ਹਾਰ ਜਾਂਦਾ। ਆਹੋ ਆ ਮੈਚ ਇਹ ਖਾਣ ਨੂੰ ਦੇਣਗੇ ਤੈਨੂੰ ਪਏ ਨੂੰ। ਉਹ ਬੇਬੇ ਕਿਵੇਂ ਵੀ ਬੋਲੀ ਨੀ, ਉਹਨੂੰ ਕਹਦੇ ਚੰਨੀ ਨੂੰ ਉਹ ਲਿਆਊਗਾ। ਆ ਗਈ ਹੁਣ ਤਾਂ, ਲੈ ਕੇ ਕੀ ਆਊਗਾ। ਚੱਲ ਵਧੀਆ ਫਿਰ, ਜੇ ਆ ਗਈ ਜ਼ਰੂਰੀ ਤੇਲ ਫੂਕਣਾ ਗਾ। ਆਹੋ ਤੇਲ ਫੂਕਣਾ, ਧੁੱਪ ਦੇਖ ਲੈ ਬਾਹਰ ਕਿੰਨੀ ਆ। ਬਾਹਰ ਮੈਂ ਗਿਆ ਨੀ ਨਾ ਬੇਬੇ, ਤੇ ਸੱਚ ਬਾਹਰ ਹੁਣ ਦੇਖ ਲੋਕਾਂ ਜਵਾਕਾਂ ਨੇ ਸਾਰਿਆਂ ਨੇ ਪੌਦ ਬੀਜਤੀ ਤੇ ਆਪਣੀ ਹਜੇ ਜ਼ਮੀਨ ਆਈ ਪਈ ਆ, ਨਾ ਉਹਨੂੰ ਪਾਣੀ ਲਾਇਆ ਤੇ ਪੌਦ ਤਾਂ ਬੀਜਣੀ ਕੀ ਸੀ ਤੈਂ। ਕਹਿਦੇ ਫਿਰ ਚੰਨੀ ਨੂੰ ਲਾਇਆਊਗਾ, ਮੈਨੂੰ ਕੀ? ਚੰਨੀ ਕਹਿਦੇ, ਰਵੀ ਨੂੰ ਕਹਿਦੇ, ਤੂੰ ਕਹਿੰਦਾ ਕਿ ਚੰਨੀ ਨੂੰ ਕਹਿਦੇ। ਫਿਰ ਭਾਈ ਐਂ ਕਰੋ, ਠੇਕੇ ਤੇ ਲਾ ਦੋ, ਡੰਡੇ ਵਜਾਉਂਦੇ ਫਿਰੋ। ਲਾ ਦੇ, ਮੇਰੇ ਘਰ ਵਾਲੀ ਕਮਾਈ ਜਾਂਦੀ ਆ ਬਾਬਾ। ਆਹੋ ਬਸ ਸਾਵਾ ਸੇ ਪੁੱਤ, ਮੈਨੂੰ ਇਹੀ ਉਮੀਦ ਸੀ ਸੋਥੋਂ। ਕੀ ਹੋਈ ਜਾਂਦਾ ਓਏ, ਆ ਆਹ ਕੀ ਜਰੂਰ ਲੈਂਦਾ, ਮੈਂ ਆਹੀ ਕਹਿੰਦੀ ਪੈ ਜਾ ਲੈਂਦੇ ਨੇ ਇੰਨਾ ਜੋ ਫਰਕ ਆ ਕੇ ਬਸੇ। ਓ ਬਾਈ ਯਾਰ, ਮੈਂ ਕਿੱਥੇ ਦਾ ਬਾਈ, ਇਹ ਕੀ ਦਾ ਭਾਬੀ ਦਾ ਕੰਮ ਹੋ, ਭਾਬੀ ਦਾ ਯਾਰ ਉਹੀ ਚੱਕੀ ਫਿਰਦਾ ਯਾਰ ਤੂੰ। ਬਾਈ ਦਾ ਮੈਂ ਤੂੰ ਰੋਜ਼ ਕਹਿ ਜਾਂਦੀ ਆ ਹੁਣੀ ਕਰ, ਹੋਰ ਤੂੰ ਗੱਲ ਸੁਣ, ਇੱਧਰ ਧਰ ਦੇ ਇਹਨੂੰ। ਕੱਲ ਸੁਣ, ਮੈਂ ਕਹਿ ਕੇ ਕੀ ਗਿਆ ਸੀਗਾ ਵੀ ਉਹ ਫੱਕ ਬੀਜ ਦਿਓ। ਉਹ ਬਾਈ ਚੰਨੀ ਨਹੀਂ ਉੱਠਾ ਯਾਰ, ਨਾਲੇ ਮੈਂ ਪੌਦ ਪੂਦ ਨਾ ਕਰ, ਇੱਧਰ ਪੌਦ ਨੂੰ ਕਿਹੜਾ ਜਾਣਦਾ, ਐ ਲੱਗ ਕਹੂ ਅਗਲਾ ਵੀ ਬਿਹਾਰ ਚੋਂ ਲਿਆਂਦੀ ਆ। ਆਹੋ ਭਾਈ ਆ ਫੱਕ ਹੁੰਦੀ ਆ, ਅਸੀਂ ਪੌਦ ਕਹਿ ਦਿੰਦੇ ਆ। ਉਹ ਕਹਿਣ ਦੀ ਗੱਲ ਨਹੀਂ ਹੁੰਦੀ, ਆਪਣੇ ਤਾਂ ਸਾਰੇ ਫੱਕ ਕਹਿੰਦੇ ਆ, ਜਦੋਂ ਅਗਲਾ ਦੂਜਾ ਆਏ ਪੌਦ ਹੀ ਕਹਿੰਦੇ ਨਾ, ਅਗਲਾ ਐਂ ਲੱਗਦਾ ਕਿ ਬਿਹਾਰ ਭੂਰ ਚ ਤਾਂ ਲਿਆਂਦੀ, ਕੋਈ ਮੇਰੀ ਮਾਂ ਨੂੰ ਐਂ ਕਹੇ ਫਿਰ ਗੱਲ ਨਹੀਂ ਬਣਦੀ। ਮਾਂ ਆ ਬਾਈ ਪਰਸਿਆ, ਤੂੰ ਕਦੋਂ ਚੱਕੀ ਫਿਰਦਾ ਭਰਜਾਈ ਵਾਲਾ? ਇਹ ਭਰਜਾਈ ਵਾਲਾ ਦੀ ਨਾ ਤੈਨੂੰ ਹੈ, ਤੇ ਹੋਰ ਭਰਜਾਈ ਡਿਊਟੀ ਤੇ ਲੈ ਕੇ ਗਈ ਉਹਦਾ ਪਰਸ, ਇਹ ਮੈਂ ਹੁਣ ਬਾਈ ਤਾਂ ਜੇ ਨਾ ਕਰ ਲਿਆ। ਪਰ ਮੈਨੂੰ ਇਹ ਪਤਾ ਅਮਨ ਲਈ ਹੋਊਗੀ ਫਿਰ। ਬੇਤਾ ਅਮਨ ਲੈ ਕੇ ਆਈ ਹੈ, ਅਮਨ ਲੈ ਕੇ ਆਈ ਹੈ। ਉਹ ਇੱਕੋ ਜਿਹੇ ਨਹੀਂ ਲਿਆਉਂਦੇ ਹੁੰਦੇ, ਜਾਂ ਤਿੰਨਾਂ ਕੋਲ ਇੱਕੋ ਜਿਹਾ ਹੋਵੇ, ਜੇ ਅੱਡਦੇ ਹੋ ਨਾ ਤਾਂ ਅਗਲਾ ਕਹੂਗਾ ਵੀ ਉਹ ਲਈ ਜਾਂਦੀ ਨਹੀਂ, ਅਗਲਾ ਕੋਈ ਇਹਨਾਂ ਕੋਲ ਪਰਸ ਇੱਕੋ ਹੀ ਹੈ। ਉਹ ਫਿਰ ਬਾਈ ਪਾਲੀ ਭਾਬੀ ਰਹਿ ਗਈ, ਫਿਰ ਉਹਨੂੰ ਹੁਣ ਲਿਆ ਦਾਂਗੇ, ਉਹਨੂੰ ਕਿਹਦੇ ਨਾਲ ਦੇ ਮੰਗਵਾ ਕੇ ਦਵਾਂਗੇ। ਠੀਕ ਆ ਠੀਕ ਆ ਠੀਕ ਆ, ਫਿਰ ਤੂੰ ਹੋਰ ਤਾਂ ਕੁਝ ਨਹੀਂ ਕਰਨਾ, ਕੰਮ ਤਾਂ ਤੂੰ ਨਹੀਂ ਕਰਦਾ, ਆ ਫਰਸ਼ ਆ ਫੜ ਕੇ ਘਰ ਤੱਕ ਬਾਜ਼ਾਰ ਤੱਕ ਗੇੜਾ ਦੇ ਆ। ਉਹ ਫਰਸ਼ ਨਹੀਂ ਬਾਈ, ਪਰਸ ਪਰਸ ਕਹਿਣਾ। ਹਾਂ ਕੋਈ ਨਾ ਹੈਗੀ, ਅਮਨ ਜਾਂਦੀ ਉਹ ਗੇੜਾ ਦੇ ਆਊਗੀ। ਉਹ ਨਾ ਉਸ ਵਾਰੀ ਇਹਨੇ ਤਾਂ ਕਹਿਤਾ, ਕਹਿੰਦਾ ਮੇਰੇ ਘਰ ਵਾਲੀ ਕਮਾਉਂਦੀ ਆ। ਮੈਂ ਕੱਲ ਜਾਂਦਾ ਸੀਗਾ, ਜਦੋਂ ਉੱਠਿਆ ਨਹੀਂ ਫਿਰ ਮੇਰਾ ਵੀ ਹੁਣ ਉੱਠਣ ਨੂੰ ਜੀ ਨਹੀਂ ਕਰਦਾ ਅੱਜ, ਨਾ ਸਰ ਜੂਗਾ ਕੱਲ ਮੇਰਾ ਸਰੀਰ ਸੈੱਟ। ਅਗਲਾ ਕੀ ਕਹੂਗਾ ਵੀ ਤੀਵਾਂ ਦਾ, ਇਹਨਾਂ ਨੇ ਤਿੰਨਾਂ ਭਰਾਵਾਂ ਨੇ ਕੰਮ ਤੇ ਭੇਜ ਦਿੰਦੇ, ਆਪ ਘਰੇ ਪੈ ਜਾਂਦੇ ਵੀ ਆਪ ਨੇ ਕੰਮ ਕਰਨਾ। ਪਰ ਬਾਈ ਤੂੰ ਵੀ ਵਿੱਚ ਹੀ ਆਉਣਾ ਹੁਣ ਯਾਰ, ਮੈਂ ਤਾਂ ਹੁਣ ਬਾਹਰ ਵੀ ਜਾਣਾ, ਮੈਂ ਤਾਂ ਸਰਪੰਚ ਬੰਦਾ, ਮੈਂ ਤਾਂ ਸਾਰੇ ਪਾਸੇ ਜਾਣਾ, ਮੈਂ ਤਾਂ ਕੰਮ ਵੀ ਕਰਨਾ ਪੈਂਦਾ, ਮੇਰੇ ਤਾਂ ਖੜਾ ਛੁੱਟਦਾ ਹੈਗਾ, ਹੁਣ ਤੁਸੀਂ ਤਾਂ ਘਰੇ ਬਹਿ ਕੇ ਕਿੰਨਾ ਜਦੋਂ ਕੰਮ ਕਿੰਨਾ ਗਾ। ਆਪਣੇ ਵੇਲ ਨੂੰ ਕੇਸੀ ਲਵਾਤਾ, ਸੁਣੀ ਸੁਣੀ ਤਾਂ ਕਰਕੇ ਆਇਆ ਬਾਈ ਯਾਰ, ਹੁਣ 2 ਮਿੰਟ ਬੈਠਣ ਦਾ ਟਾਈਮ ਸੀ, ਹੁਣ ਤੁਸੀਂ ਆ ਕੇ ਉੱਤੇ ਬੋਲਣ ਲੱਗ ਗਏ। ਅਸੀਂ ਭੜੇ ਲੱਗਦੇ ਹਾਂ ਨਾ, ਬੋਲਦੇ ਕੰਮ ਦੀ ਗੱਲ ਕਹਿ ਦਿੰਦੇ ਆ ਜਦੋਂ ਲੋਕ ਗਾਲਾਂ ਦੇ ਦਿੰਦੇ। ਪਹਿਲਾਂ ਮੇਰੇ ਮਾਈ ਨੂੰ ਕਿਹਾ ਸੀ, ਕਹਿੰਦੀ ਪਾਉਂਦੇ ਨੇ ਲੋਕਾਂ ਨੇ ਆਇਆ ਕਰਤਾ ਬਹੁ ਕਰਤਾ, ਮੈਂ ਇਹਨੂੰ ਪਹਿਲਾਂ ਸਮਝਾ ਕੇ ਹਟਿਆ, ਮੈਂ ਕਿਹਾ ਮੈਂ ਕੱਲ੍ਹ ਡਿਊਟੀ ਲਾ ਕੇ ਆਇਆ ਸੀ ਉਹਦੀ ਰਵੀ ਦੀ। ਬਾਈ ਚੰਨੀ ਨੂੰ ਵੀ ਕਹਿ ਦਿਆ ਕਰ ਫਿਰ ਯਾਰ, ਤੂੰ ਮੇਰੇ ਤੇ ਆ ਕੇ ਚੜ ਜਾ। ਕਿੱਡੀ ਗੱਲ ਆ, ਸਿੱਟਾ ਦੇ ਕੇ ਕੀ ਕਰਨਾ ਸੀ, ਪਾਣੀ ਲਿਆਉਣਾ ਸੀ ਮਾੜਾ, ਉੱਥੇ ਮੋੜਾ ਫੇਰ ਦਿੰਦਾ, ਉਹ ਦੱਸ ਉਹਦੇ ਪੈਰ ਪੈਣੇ ਨਹੀਂ ਜਾਂਦਾ ਸੀ, ਨਾ ਜਾਣ ਕੋਈ ਹੈਂਡ ਹੁੰਦੀ ਆ ਕੋਈ। ਕਿਆ ਫੋਨਾਂ ਤੇ ਗੇਮ ਕੌਣ ਖੇਡੂਗਾ ਫਿਰ, ਇਹਨਾਂ ਮੇਲਾ ਤਾਂ ਫੋਨੇ ਫੜ ਕੇ ਰੱਖਣੇ ਪੈਣਗੇ ਮੈਨੂੰ। ਨਾ ਆਹ ਫੋਨ ਚੱਜ ਆ ਫਿਰ ਤਾਂ ਆਹ ਨਵਾਂ ਲਿਆ ਚੰਗਾ ਬਈ ਯਾਰ, ਮਲਾ ਇਹਦਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ, ਬਦਲ ਲਿਆ ਹੋਣਾ ਕਿਸੇ ਨਾਲ ਉੱਥੋਂ। ਉਹ ਬਦਲੇਗਾ ਨੂੰ, ਉਹ ਨਵਾਂ ਲਿਆ, ਮੈਂ ਐਸੇ ਚੋਰੋਂ ਚੋਰੋਂ ਪੈਸੇ ਦਿੰਦੀ ਆ। ਮੈਂ ਤੁਹਾਨੂੰ 5 ਨਹੀਂ ਦਿੰਦੀ, ਅਮਨ ਤੋਂ ਲੈ ਗਿਆ ਹੋਣਾ ਜਮਾ, ਤੂੰ ਉਹਦੀ ਥੰਗਾ ਕੇ ਹੇਰਾ ਫੇਰੀ ਕਰੀ ਹੈ, ਅਮਨ ਤੋਂ ਲੈ ਕੇ ਗਿਆ ਹੋਣਾ, ਉਹ ਤਾਂ ਕਹਿੰਦੀ ਮੈਂ ਗਿਣ ਕੇ ਫੜਦੀ ਹੁੰਨੀ ਆ। ਇਹ ਕਿਹੜਾ ਪੇਤ ਦਿੰਦੇ ਨੇ, ਲੈ ਗਿਆ ਹੁਣ ਉਹ ਤਾਂ ਪਹਿਲੀਆਂ ਚ ਕਹਿਤਾ, ਹੁਣ ਆਇਆ ਕਿਤੇ ਘੱਟ ਦੱਸ ਦੀ। ਗੱਲ ਸੁਣ ਮੇਰੀ, ਬੰਦੇ ਕੋਲ ਮੋਬਾਈਲ ਚਾਹੀਦਾ 10-15 ਹਜ਼ਾਰ ਬਹੁਤ ਹੁੰਦਾ, ਆਹ ਦੇਖ ਲਾ ਦੂਜਾ ਗਾ ਕਿਹੜਾ, ਮੈਨੂੰ ਤਾਂ ਇੰਨਾ ਵੀ ਨਹੀਂ ਪਤਾ ਹੈਗਾ। ਫਿਰ ਤੂੰ ਟੱਪੇ ਹਰ ਟਰੈਕ ਹੋ ਜੀ, ਤੁਹਾਨੂੰ ਦੱਸਦਾ ਮੈਂ, ਘੱਟੋ ਘੱਟ 70-80 ਹਜ਼ਾਰ ਵਾਲਾ ਕਾਕਾ ਪਰ ਜਾ ਦੂਜਾ, ਦੂਜਾ ਚੜਾ ਹੀ ਬੈਠਾ ਕਵਰ ਉੱਤੇ ਵੀ ਪਤਾ ਨਾ ਲੱਗ ਜੇ ਘਰੇ, ਤੂੰ ਐਂ ਲਾ ਲਾ ਐਪਲ ਵਾਲਿਆਂ ਦਾ, ਇੰਨੇ ਤਾਂ ਮੈਨੂੰ ਪਤਾ ਹੀ ਆ।
ਕਿੰਨਾ ਸਾਲ ਚੱਲੂ ਆਪਣੇ ਰਾਸ਼ਨ ਲਿਆਂਦਾ ਹੋਇਆ, ਦੋ ਤਿੰਨ ਸਾਲ ਚੱਲੂਗਾ ਜੇ ਨਾ ਲੈ ਕੇ ਆਇਆ ਫੋਨ। ਸਿਓ ਵਾਲਾ ਜਿਹਨੂੰ ਸਿਓ ਵਾਲਾ ਨੀ ਕਹਿੰਦੇ? ਹਾਂ ਹਾਂ, ਸਿਓ ਵਾਲਾ ਹੈਗਾ। ਕਵਰ ਦੂਜਾ ਚੜਾ ਲੈ ਵੀ ਘਰੇ ਨਾ ਪਤਾ ਲੱਗ ਜੇ। ਕੋਈ ਨਾ, ਅਮਨ ਨੂੰ ਆ ਜਾਂਦੇ, ਮੈਂ ਅਮਨ ਨੂੰ ਪੁੱਛਦੀ ਹੈਗੀ, ਦੇਖ ਕੇ ਦੱਸ ਦਿੰਦਾ ਉਹਦੀ। ਮੈਂ ਤਾਂ ਇਹਨੂੰ ਐ ਵੀ ਮੇਰਾ ਭਰਾ ਤਾਂ ਤੁਰਿਆ ਫਿਰਦਾ ਕਮਲ ਵਾਲਾ ਵੀ ਉਹਦਾ, ਉਹਨੂੰ ਕਿਹੜਾ ਕਾਹੇ ਪਤਾ ਹੈਗਾ। ਇੰਨਾ ਤਾਂ ਮੈਨੂੰ ਪਤਾ ਹੀ ਹੈ ਵੀ ਐਪਲ ਵਾਲਾ ਕਿਹੜਾ ਹੁੰਦਾ, ਸਿਓ ਵਾਲਾ ਕਿਹੜਾ ਹੁੰਦਾ। ਆਹੋ ਵੀ ਇਹਨੂੰ ਪਤਾ, ਮਾਂ ਨੂੰ ਵੀ ਨੀ ਪਤਾ ਹੈਗਾ। ਆਹੋ, ਹੁਣ ਤੂੰ ਪੁੱਛੀ ਲੱਖ ਰੁਪਏ ਦਾ ਹਿਸਾਬ ਲੈ ਵੀ ਲੱਖ ਰੁਪਏ ਫਿਰ ਕਿੱਥੋਂ ਗਿਆ। ਚੱਲ ਕੋਈ ਨੀ, ਆ ਜਾਂਦੇ ਪੁੱਛਦੀ ਆ। ਤਾਂ ਤੂੰ ਹੀ ਕਹੀ ਮੁੜ ਕੇ ਲੱਖ ਰੁਪਏ ਦਾ ਲੋਨ ਲੈ ਕੇ ਚੱਕ ਕੇ ਨਾ ਦੇ ਦੋਵੇ ਤਨਖਾਹ ਤੇ। ਨਹੀਂ ਨਹੀਂ ਭਾਈ, ਭਾਬੀ ਦਾ ਐਕਸੀਡੈਂਟ ਹੋ ਗਿਆ। ਕੀ? ਭਾਬੀ ਦਾ ਐਕਸੀਡੈਂਟ ਹੋ ਗਿਆ। ਕੀ ਬੋਲੀ ਆ ਨਾ, ਕਾਲਾ ਦੱਸ ਕੇ ਗਿਆ ਯਾਰ, ਚੱਲ ਗਏ, ਭਾਬੀ ਦਾ ਐਕਸੀਡੈਂਟ ਹੋ ਗਿਆ ਹਸਪਤਾਲ ਚ। ਉਹ ਮਜ਼ਾਕ ਨਾ ਕਰਿਆ ਕਰ ਮੇਰੇ ਨਾਲ। ਰਵੀ, ਉਹ ਯਾਰ ਐ ਮਜ਼ਾਕ ਥੋੜੀ ਕਰੂੰਗਾ, ਪਾਗਲ ਥੋੜੀ ਆ ਯਾਰ। ਤੇ ਦੱਸੋ ਬਸੋ ਬੋਲ ਲਿਆ ਕਰ, ਕੰਮ ਤਾਂ ਨਹੀਂ ਕਰਨਾ। ਉਹ ਬੇਬੇ ਸੱਚੀ ਐਕਸੀਡੈਂਟ ਹੋ ਗਿਆ, ਹੁਣ ਦੂਰ ਉੱਠੋਗੇ ਜੋ ਜਮਾ ਡੈਡ ਹੋ ਗਈ ਉਹ, ਤੁਰਪਾ ਯਾਰ। ਚਰਨੇ ਕੋਈ ਪਤਾ ਨਹੀਂ ਹੁੰਦਾ, ਸੱਚ ਬੋਲਦਾ ਹੋਵੇ। ਆ ਜਾ ਭੱਜਾ ਤਮੋ, ਦੇਖ ਲੈ ਜੇ ਹੁਣ ਦਰਦ ਆ ਜੇ ਆਉਂਦਾ ਫਿਰ ਤਾਂ ਇੱਕ ਦਿਨ ਹੋਰ ਰੁਕ ਜਾਂਦੇ ਆ, ਨਹੀਂ ਡਾਕਟਰ ਕਹਿੰਦਾ ਹੁਣ ਤੁਸੀਂ ਲਿਜਾ ਸਕਦੇ ਹੋ। ਠੀਕ ਹੈ, ਉਹ ਤਾਂ ਤੇਰੀ ਗੱਲ ਠੀਕ ਹੈ, ਘਬਰਾਹਟ ਤਾਂ ਹੋਣੀ ਆ, ਪਰ ਪਰਮਾਤਮਾ ਨੇ ਫਿਰ ਵੀ ਕੱਖ ਰੱਖ ਲਿਆ ਕਹਿੰਦੇ ਹੁੰਦੇ ਆ। ਉਹ ਠੀਕ ਕਿੱਥੇ ਆ, ਸਾਨੂੰ ਪਤਾ ਨਾ ਡਾਕਟਰ ਨੇ ਕੀ ਦੱਸਿਆਗਾ। ਹੁਣ ਆਏ ਤਾਂ ਜੇ ਤੁਰੀਆਂ ਤਾਂ ਹੀ ਲੱਤ ਤੇ ਭਾਰ ਆਊਗਾ। ਚੱਲ ਮੈਂ ਤਾਂ ਕਹਿੰਦਾ ਜਿਵੇਂ ਡਾਕਟਰ ਕਹਿੰਦੇ ਆ ਨਾ। ਕੋਈ ਨਾ ਬਾਈ, ਭਾਬੀ ਖੁਰਾਕ ਖਵਾਵਾਂਗੇ ਆਪਾਂ, ਲਾਤੀ ਦੇ 4 ਦਿਨਾਂ ਹੀ ਸੈੱਟ ਹੋ ਜਾਊਗੀ। ਉਹ ਹੋ ਤਾਂ ਜਾਊਗੀ, ਤੈਨੂੰ ਜਮੀ ਨਹੀਂ ਪਤਾ ਲੱਗਿਆ ਵੀ ਏਡੀ ਵੱਡੀ ਐਂ ਪਾਰ ਕਰਦੇ ਮੇਰੇ ਬੱਸ ਆ ਗਈ। ਮੈਂ ਤਾਂ ਕ੍ਰੋਸ ਕਰਦੀ ਸੀ, ਬੱਸ ਚੜ੍ਹਨਾ ਸੀ, ਬੱਸ ਲੱਗੀ ਖੜੀ ਸੀ, ਮੈਂ ਕਿਹਾ ਲੰਘ ਨਾ ਜਾਵੇ, ਮੈਨੂੰ ਤਾਂ ਕੁਛ ਵੀ ਨਹੀਂ ਪਤਾ ਲੱਗਿਆ, ਇੱਕਦਮ ਅੱਖਾਂ ਨੂੰ ਹਨੇਰਾ ਆ ਗਿਆ, ਕੀ ਹੋਈ ਜਾਂਦਾ ਕੀ ਨਹੀਂ। ਕੋਈ ਨਾ ਬਾਬੀ, ਬੋਲ ਨਾ ਹੁਣ, ਬਾਲਾ ਸੀ ਪੈ ਜਾ ਰਿਹਾ। ਚੱਲ ਕੋਈ ਮੇਰੇ ਤੇ ਇੱਥੇ ਨਹੀਂ ਰਿਹਾ ਜਾਂਦਾ ਰਵੀ, ਇਹ ਹਾਦਸਾ ਕਿਵੇਂ ਵਾਪਰਿਆ ਜੀ? ਉਹ ਕੁਛ ਨਹੀਂ, ਬਸ ਆ ਸ਼ਾਮ ਡਿਊਟੀ ਤੋਂ ਘਰੇ ਆਉਂਦੇ ਸੀਗੇ। ਅੱਛਾ ਜੀ। ਬਸ ਜਦੋਂ ਆਪਦੇ ਬੱਸ ਚੜ੍ਹਦੇ ਸੀ ਐਂ ਸੜਕ ਪਾਰ ਕਰਦੇ ਸੀਗੇ, ਪਤਾ ਨਹੀਂ ਬਈ ਦੇਖਿਆ ਨਹੀਂ ਕਿਵੇਂ ਲਾਰਾ, ਜਦੋਂ ਪਰਮਾਤਮਾ ਦਾ ਕਹਿੰਦਾ ਗੱਲ ਨੇ ਬਣਨਾ ਹੋਵੇ ਤਾਂ ਬਸ ਸਿੱਧੀ ਆ ਕੇ ਬਸ ਇਹਦੇ ਵਿੱਚ ਹੀ ਰੁਕੀ। ਉਹ ਜਿਹੜੇ ਵਿੱਚ ਮਾਰਨ ਜਾਣ ਪਛਾਣ ਹੈਗੀ ਉਹਨਾਂ ਨੂੰ? ਨਹੀਂ, ਜਾਣ ਪਛਾਣ ਤਾਂ ਕੋਈ ਨਹੀਂ ਗੀ, ਅਤੇ ਉਹੀ ਬੱਸ ਆ ਜਿਹੜੀ ਡੇਲੀ ਆਉਂਦੀ ਹੁੰਦੀ ਹੈਗੀ। ਅੱਛਾ ਅੱਛਾ। ਹਾਂ, ਉਸੇ 'ਤੇ ਚੜ੍ਹਦੀ ਸੀ। ਬੱਸ ਨਾਲ ਐਕਸੀਡੈਂਟ ਹੋਇਆ? ਬੱਸ ਨਾਲ ਹੋਇਆ ਗਾ। ਠੀਕ ਹੈ, ਅਤੇ ਸੱਟਾਂ ਕਿੱਡੇ ਕਿੱਥੇ ਨੇ ਮੈਡਮ? ਸੱਟਾਂ ਦਾ ਆਹ ਦੇਖ, ਇੱਕ ਮੱਥੇ ਤੇ ਵੱਜੀ ਆ ਗਿਆ, ਲੱਤ ਦਾ ਬਾਲੀ, ਲੱਤ ਤੇ ਬਾਲੀ, ਲੱਤ ਲੱਗਦਾ ਵੀ ਫ੍ਰੈਕਚਰ ਹੋਈ ਹੋਈ ਹੈ। ਨਹੀਂ, ਫ੍ਰੈਕਚਰ ਹੋ ਗਿਆ। ਤੇ ਬਾਹ ਤੇ ਕਿੰਨੀ ਕੁ ਸੱਟ ਆ? ਬਾਹ ਤੇ ਜਿਹੜਾ ਚੱਲ ਚੱਲ ਜਾਂਦਾ ਗੁੱਟ ਟੁੱਟਿਆ ਹੈਗਾ। ਗੁੱਟ ਟੁੱਟ ਗਿਆ ਜੀ? ਟੁੱਟ ਗਿਆ। ਤੇ ਮੱਥੇ ਤੇ? ਮੱਥੇ ਤੇ ਥੋੜੀ ਆ, ਮੱਥਾ ਥੱਲੇ ਵੱਜਿਆ ਨਾ, ਮੱਥੇ ਤੇ ਘੱਟ ਆ ਗਏ, ਬਾਲੀ ਦਾ ਆਹੀ ਆ ਬਸ। ਅੱਛਾ ਜੀ, ਲੱਤ ਤੇ ਬਾਲੀ ਆ। ਚਲੋ ਮੈਂ ਆਹ ਰਿਪੋਰਟ ਤਿਆਰ ਕਰ ਦਾਂਗਾ। ਇਹ ਲਿਖਣਾ ਜ਼ਰੂਰੀ ਹੁੰਦਾ ਜੀ? ਇਹਦੇ ਵਿੱਚ ਆਇਆ ਹੈਗਾ ਜੀ ਤੁਹਾਡਾ ਫਾਇਦਾ ਹੋ ਜਾਊਗਾ। ਚਲੋ ਕੋਈ ਗੱਲ ਨਹੀਂ, ਲਿਖੋ ਜਿਹੜਾ ਕੁਝ ਲਿਖਣਾ ਲਿਖੋ। ਤੁਹਾਡਾ ਕੀ ਨਾਮ ਜੀ? ਗੁਰਚਰਨ ਜੀ। ਗੁਰਚਰਨ ਸਿੰਘ? ਹਾਂਜੀ। ਤੁਹਾਡੇ ਕੰਮੋ ਜੀ? ਤੁਹਾਡੇ ਕੀ ਨੇ? ਮੇਰੇ ਘਰ ਵਾਲੀ ਹੈ ਜੀ। ਤੁਹਾਡੇ ਘਰ ਵਾਲੀ ਹੈ? ਹਾਂ। ਗੁਰਚਰਨ ਸਿੰਘ ਜੀ ਇੱਥੇ ਸਾਈਨ ਕਰ ਦਿਓ।
ਨਾਲ ਦੋ ਬਾਈ ਪਹਿਲਾਂ ਆਏ ਪੁਲਿਸ ਵਾਲੇ ਕਿਵੇਂ ਸੀਗੇ? ਉਹ ਇਨਕੁਆਇਰੀ ਕਰਨ ਵਾਸਤੇ ਆਏ ਹੋਣਗੇ ਜੀ ਉਹ, ਸਾਨੂੰ ਪਤਾ ਅੱਜ ਲੱਗਿਆ ਵੀ ਤੁਸੀਂ ਇੱਥੇ ਹੋ, ਠੀਕ ਹੈ ਠੀਕ ਹੈ, ਇਸ ਕਰਕੇ ਤੇ ਤੁਸੀਂ ਕਾਹਲੀ ਨਾ ਕਰਿਓ ਕਿਉਂਕਿ ਛੁੱਟੀ ਹਜੇ ਨਾ ਦਵਾਇਓ, ਜਿੰਨਾ ਚਿਰ ਅਸੀਂ ਆਹ ਕਾਰਵਾਈ ਪੂਰੀ ਨਹੀਂ ਕਰਦੇ ਇਹਦੇ ਵਿੱਚ ਤੁਹਾਡਾ ਫਾਇਦਾ ਹੈਗਾ। ਚਲੋ ਕੋਈ ਗੱਲ ਨਹੀਂ, ਉਹ ਤਾਂ ਕਹਿੰਦੇ ਸੀ ਜਿਹੜੇ ਬਾਈ ਪਹਿਲਾਂ ਸੀ, ਕਹਿੰਦੇ ਜੇ ਤੁਸੀਂ ਲਿਜਾਣਾ ਜੇ ਕੋਈ ਗੱਲਬਾਤ ਰਹਿ ਵੀ ਗਈ ਅਸੀਂ ਜੇ ਛੁੱਟੀ ਮਿਲ ਗਈ ਅਸੀਂ ਘਰੋਂ ਵੀ ਲਿਆਵਾਂਗੇ ਜਾ ਕੇ, ਉਹਨਾਂ ਨੂੰ ਆਇਆ ਕਿਹਾ ਸੀਗਾ। ਅੱਛਾ ਜੀ, ਹਾਂ ਘਰੇ ਆ ਜਾਵਾਂਗੇ ਕੋਈ ਗੱਲ ਨਹੀਂ। ਹੁਣ ਬਾਹਲਾ ਨਾ ਇਹ ਦਬਾਂਗਾ ਜਿਹਾ ਚੜੀ ਜਾਂਦੀਆਂ, ਇਹ ਅੱਡੋ ਅੱਡੀ ਹੋ ਹੁੰਦਾ ਆਪਣੇ, ਘਬਰਾਹਟ ਹੋ ਰਹੀ ਹੈ ਰਾਤ ਵਾਲੀ ਹੁੰਦੀ ਹੈ। ਹਾਂਜੀ, ਇੱਥੇ ਰਿਹਾ ਨਹੀਂ ਜਾਂਦਾ, ਘਬਰਾਹਟ ਹੁੰਦੀ ਹੈ, ਦਵਾਈਆਂ ਦੀ ਸਮੈਲ ਵੀ ਚੜੀ ਜਾਂਦੀ ਹੈ। ਉਹ ਐ ਜੇ ਕੋਈ ਲੋਡ ਪਈ ਨਾ ਅਸੀਂ ਨਰਸ ਘਰੇ ਰੱਖ ਲਾਂਗੇ, ਉਹਨੇ ਦਿਨ ਕੋਈ ਗੱਲ ਨਹੀਂ, ਇੱਥੇ ਬਾਹਲਾ ਹੋ ਹੁੰਦਾਗਾ। ਤੁਸੀਂ ਐਂ ਕਰਿਓ ਜੀ ਗੁਰਚਰਨ ਸਿੰਘ ਜੀ, ਹਾਂਜੀ ਕੋਈ ਗੱਲ ਨਹੀਂ, ਤੁਸੀਂ ਘਰੇ ਲੈ ਜਿਓ, ਜਿਹੜੀ ਵੀ ਕਾਰਵਾਈ ਹੋਊਗੀ ਅਸੀਂ ਆਪ ਹੀ ਕਰ ਲਾਂਗੇ। ਠੀਕ ਹੈ ਠੀਕ ਹੈ, ਧੰਨਵਾਦ। ਤੁਸੀਂ ਸਾਡੇ ਹੁੰਦੇ ਕੋਈ ਵੀ ਫਿਕਰ ਨਾ ਕਰਿਓ। ਨਾ ਨਾ, ਫਿਕਰ ਤਾਂ ਆਪਾਂ ਨੂੰ ਕਾਹਦਾ ਜੀ, ਕੋਈ ਗੱਲ ਨਹੀਂ, ਇਹ ਜਿਹੜਾ ਵੀ ਕੇਸ ਹੋਇਆ ਅਸੀਂ ਆਪੇ ਨਿਪਟ ਲਾਂਗੇ ਉਹਨਾਂ। ਠੀਕ ਹੈ, ਧੰਨਵਾਦ ਜੀ। ਠੀਕ ਹੈ ਜੀ। ਹਾਂ, ਬਸ ਪੁਲਿਸ ਦਾ ਜਿਹੜਾ ਨੰਬਰ ਆ ਬਾਕੀ ਲਿਖਾਤਾ ਸੀਗਾ, ਨਹੀਂ ਜਦੋਂ ਘਰੇ ਆ ਗਏ ਤੁਹਾਨੂੰ ਸਾਰਾ ਕੁਝ ਹੈਗਾ? ਨਹੀਂ, ਉਹ ਮੈਂ ਸਾਰਾ ਕੁਝ ਹੈਗਾ ਜੀ ਨੋਟ 'ਚ। ਠੀਕ ਹੈ ਠੀਕ ਹੈ, ਇਸ ਕਰਕੇ ਵੀ ਤੁਹਾਡਾ ਫਾਇਦਾ ਹੋ ਜੂਗਾ। ਠੀਕ ਹੈ ਠੀਕ ਹੈ ਠੀਕ ਹੈ ਨਾ ਜੀ। ਤੁਹਾਡੀ ਹੁਣ ਕਿਹੜਾ ਦੁਸ਼ਮਣੀ ਸੀ ਉਹਨਾਂ ਨਾਲ? ਨਾ ਨਾ, ਉਹ ਤਾਂ ਠੀਕ ਹੈ ਜੀ, ਆਪਾਂ ਐਂ ਤਾਂ ਕਹਿੰਦੇ ਵੀ ਨਹੀਂ, ਨਾ ਨਾ ਹੀ ਤਾਂ ਸਾਡਾ ਕੋਈ ਉਹ ਸੀ, ਨਾ ਹੀ ਉਹਨਾਂ ਦਾ ਸੀਗਾ, ਮੈਨੂੰ ਜਿਹੜੀ ਗੱਲ ਨਿਬੜਨਾ ਹੋਵੇ ਜਾਣ ਬੁੱਝ ਕੇ ਲਿਆ ਕੇ ਮਾਰਿਆ, ਪਤਾ ਮੈਨੂੰ ਵੀ ਨਹੀਂ ਲੱਗਿਆ, ਬਾਕੀ ਮੇਰੀ ਸੱਟ ਰਹਿਣੀ ਸੀਗੀ। ਬਾਕੀ ਮੈਡਮ ਦੀ ਦੁਸ਼ਮਣੀ ਤਾਂ ਕਿਸੇ ਨਾਲ ਨਹੀਂ ਹੁੰਦੀ ਹੈ ਨਾ, ਕਈ ਵਾਰ ਅਚਾਨਕ ਹੀ ਹੋ ਜਾਂਦਾ ਹੈਗਾ, ਸਾਨੂੰ ਆਹ ਪੁੱਛ ਪੜਤਾਲ ਕਰਨੀ ਜ਼ਰੂਰੀ ਬਣਦੀ ਹੈ। ਨਹੀਂ ਨਹੀਂ, ਹੱਕ ਆ ਜੀ, ਕੋਈ ਗੱਲ ਨਹੀਂ, ਕਿਉਂਕਿ ਹੁਣ ਬਹੁਤ ਭੈੜਾ ਜ਼ਮਾਨਾ ਚੱਲ ਰਿਹਾ ਹੈਗਾ, ਅਸੀਂ ਨਹੀਂ ਗੌਰ ਕਰਦੇ ਤਾਂ ਸਾਨੂੰ ਉੱਪਰੋਂ ਵੀ ਖਿੱਚਪੜ ਹੁੰਦੀ ਹੈ। ਠੀਕ ਹੈ ਠੀਕ ਹੈ, ਇਸ ਕਰਕੇ ਤੇ ਤੁਸੀਂ ਘਰੇ ਲੈ ਜਾਓ, ਕੋਈ ਚੱਕਰ ਨਹੀਂ। ਠੀਕ ਹੈ, ਬਾਕੀ ਮੈਂ ਡਾਕਟਰ ਸਾਹਿਬ ਨਾਲ ਜਾ ਕੇ ਗੱਲ ਕਰ ਲੈਂਦੇ। ਕਰ ਲਓ ਜੀ, ਕਰ ਲਓ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਮੈਂ ਕੰਮ ਕੋਈ ਨਹੀਂ, ਰਵੀ ਆ ਜਾਂਦੇ ਬਸ, ਆਉਂਦੇ ਹੋਊਗਾ, ਆਪਾਂ ਲੈ ਚੱਲਦੇ ਗੱਡੀ। ਉਹ ਬਸ ਇਹਨਾਂ ਦੀ ਕਾਰਵਾਈ ਹੁੰਦੀ ਆ, ਉਹਨਾਂ ਨੇ ਪੂਰੀ ਕਰ ਲਈ। ਹਾਂ ਚੱਲ, ਕਿਹਾ ਆਪਾਂ ਇਹਨੂੰ ਲੈ ਚੱਲਦੇ ਹਾਂ, ਡਾਕਟਰ ਨੂੰ ਤਾਂ ਮੈਂ ਕਹਿ ਹੀ ਦਿੱਤਾ ਸੀਗਾ। ਹਾਂ, ਚੱਲ ਗਏ ਕੰਮ ਫਿਰ, ਚੱਲ ਤੂੰ ਲਿਆ ਫਿਰ ਖਿੱਚ ਲਿਆ। ਅੱਛਾ ਠੀਕ ਹੈ ਠੀਕ ਹੈ, ਚੱਲ ਫਿਰ ਵੀ ਨਾ ਵਧੀਆ ਦਵਾਈ ਦਵਾ ਦਿਓ। ਨਹੀਂ ਨਹੀਂ, ਆਉਣ ਵਾਲੀ ਆ ਉਹ ਵੀ, ਪਤਾ ਤਾਂ ਹੁਣ ਲੱਗੂਗਾ ਹੀ। ਚੱਲ ਠੀਕ ਹੈ, ਮੈਂ ਬਾਅਦ 'ਚ ਕਰਦੀ ਹਾਂ। ਕਿਹਦੇ ਨਾਲ ਫੋਨ 'ਤੇ ਗੱਲਾਂ ਮਾਰੀ ਜਾਂਦੀ ਹੈ, ਅਤੇ ਘਰੇ ਕੋਈ ਦਿਖਦਾ ਹੀ ਨਹੀਂ। ਪਾਲੀ, ਕੀ ਦੱਸਾਂ, ਹਾਂ ਕੰਮੂ ਦਾ ਐਕਸੀਡੈਂਟ ਹੋ ਗਿਆ। ਕੰਮੂ ਦਾ ਐਕਸੀਡੈਂਟ ਹੋ ਗਿਆ? ਹਾਂ ਪਾਲੀ। ਉਹ ਕਿਵੇਂ? ਪਤਾ ਨਹੀਂ, ਜਾ ਰਹੀ ਸੀਗੀ। ਹਾਏ, ਠੀਕ ਤਾਂ ਹੈ ਨਾ? ਠੀਕ, ਕਾਹਦਾ, ਹਸਪੀਟਲ 'ਚ ਐਡਮਿਟ ਹੈਗੀ। ਚੱਲੀਏ ਪੁੱਤ ਨੂੰ, ਆਪਾਂ ਰੋਕਤਾ, ਮੰਮੀ ਵੀ ਇੱਥੇ ਹੈ, ਕਹਿੰਦੀ ਤੁਸੀਂ ਨਾ ਜਾਓ, ਵੀਰ ਜੀ ਤੇ ਰਵੀ ਗਏ ਹੋਏ ਨੇ। ਹਾਏ, ਠੀਕ ਤਾਂ ਹੈ ਨਾ, ਵੀਰ ਜੀ ਨੂੰ ਪੁੱਛ ਕੇ ਦੇਖੋ। ਹਾਂ, ਹੁਣੇ ਰਵੀ ਦਾ ਫੋਨ ਆਇਆ ਸੀ, ਕੀ ਕਹਿੰਦੇ? ਠੀਕ ਹੈ, ਕੋਈ ਇੰਨੀ ਡੂੰਘੀ ਸੱਟ ਨਹੀਂ ਲੱਗੀ ਹੈਗੀ, ਵੈਸੇ ਤਾਂ ਠੀਕ ਆ। ਬਾਕੀ ਤਾਂ ਘਰੇ ਆ ਕੇ ਦੇਖੇ ਤੁਸੀਂ, ਪਤਾ ਲੱਗੂਗਾ, ਉਹ ਤਾਂ ਵੈਸੇ ਹੀ ਖਬਰ ਆਪਣਾ ਦਿਲ ਰੱਖਣ ਲਈ ਕਹਿੰਦੇ ਹੋਣ। ਨਹੀਂ ਨਹੀਂ ਪਾਲੀ, ਠੀਕ ਹੀ ਹੋਊਗੀ, ਪਰਮਾਤਮਾ ਠੀਕ ਹੀ ਰੱਖੇ ਉਹਨੂੰ। ਕਿੰਨੀ ਵਾਰ ਕਿਹਾ ਵੀ ਧਿਆਨ ਨਾ ਚੱਲਿਆ ਕਰ, ਉਹ ਤਾਂ ਸੁਣਦੀ ਨਹੀਂ ਹੈਗੀ, ਕਾਲੀ ਬਹੁਤ ਕਰਦੀ ਆ ਹਰ ਇੱਕ ਕੰਮ 'ਚ, ਰੋਟੀ ਵੀ ਨਹੀਂ ਖਾ ਕੇ ਜਾਂਦੀ, ਬਸ ਭੁੱਖੀ ਵਗ ਜਾਂਦੀ ਆ, ਚੱਕਰ ਚੁੱਕਰ ਆ ਗਿਆ ਹੋਣਾ। ਸਹੀ ਗੱਲ ਹੈ, ਇੱਕ ਤਾਂ ਗਰਮੀ ਇੰਨੀ ਪੈ ਰਹੀ ਹੈਗੀ, ਚੱਕਰ ਤਾਂ ਆਉਣਾ ਹੀ ਆ, ਉੱਪਰੋਂ ਖਾਲੀ ਪੇਟ। ਤੂੰ ਨਾ ਕਰ, ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ, ਘਬਰਾ ਨਾ ਤੂੰ। ਠੀਕ ਹੈ, ਚੱਲ ਲਿਆ। ਹਾਏ ਰੱਬਾ, ਨਾ ਕੀ ਹੋ ਗਿਆ ਵਿਚਾਰੀ ਨੂੰ। ਕੰਮੋ, ਤੂੰ ਠੀਕ ਹੈ ਨਾ ਹੁਣ? ਪਾਲੀ ਮੈਂ ਠੀਕ ਹੈ, ਕਿਉਂ ਟੈਨਸ਼ਨ ਲਈ ਆ? ਸੱਟ ਮੇਰੇ ਵੱਜੀ ਆ, ਕਿਵੇਂ ਮੂੰਹ ਬਣਾਇਆ? ਲੈ ਪੁੱਤ, ਟੈਨਸ਼ਨ ਤਾਂ ਹੁੰਦੀ ਹੈ, ਸੁਖਣਾ ਤੁਹਾਡਾ ਪਿਆਰ ਹੀ ਹੈ ਇਹਨਾਂ ਤਿੰਨਾਂ ਦਾ।
ਦੇਖੀ ਇੰਨੀਆਂ ਸੱਟਾਂ ਵੱਜੀਆਂ ਨੇ, ਹਜੇ ਵੀ ਠੀਕ ਹੈ ਕਰੀ ਜਾਂਦੀ ਹੈ, ਤੂੰ ਧਿਆਨ ਨਾਲ ਨਹੀਂ ਸੀ ਜਾ ਸਕਦੀ। ਮੇਰਾ ਹੈਗੀ ਹੈ ਨਾ ਖਿਆਲ ਰੱਖਣ ਵਾਸਤੇ ਦੋ ਤਿੰਨ ਜਾਣੀਆਂ ਤੁਸੀਂ। ਅਸੀਂ ਖਿਆਲ ਰੱਖ ਲਾਂਗੇ, ਗੱਲ ਉਹ ਨਹੀਂ ਹੈਗੀ, ਹੁਣ ਇੰਨੀਆਂ ਸੱਟਾਂ ਵੱਜੀਆਂ ਪਤਾ ਨਹੀਂ ਕੀ ਹੋਊਗਾ। ਲੈ ਪੁੱਤ ਸਹੀ ਤਾਂ ਕਹਿੰਦੀ ਹੈ ਤੈਨੂੰ, ਧਿਆਨ ਕੰਨੀ ਹੁਣ ਦੇ ਰਿਹਾ ਸੀ ਉਹ ਘਰ ਦੇ, ਧਿਆਨ ਤਾਂ ਤੇਰਾ ਫੁੱਲ ਰੱਖਣਗੀ ਆ ਇਹ, ਪਰ ਤੂੰ ਧਿਆਨ ਰੱਖਣਾ ਸੀ ਆਪਦਾ, ਜੇ ਟੱਪ ਦਿਸ ਤਾਂ ਨਹੀਂ ਪਤਾ ਮੂਹਰੇ ਸਾਧਨ ਆ ਰਿਹਾ ਹੈਗਾ। ਪਤਾ ਕੀ ਗੱਲ ਸੀਗੀ ਮੈਨੂੰ ਇਹ ਸੀ ਵੀ ਰਸਤੇ 'ਚ ਬੱਸ ਰੁਕਦੀ ਆ ਵੀ ਅੱਜ ਮੈਂ ਸੂਟ ਸਾਟ ਲੈ ਕੇ ਆਊਂਗੀ, ਵੀ ਇੱਕ ਕਿੰਨਾ ਵਾਸਤੇ ਲੈ ਕੇ ਆਊਂ, ਸੈਲਰੀ ਮਿਲੀ ਸੀਗੀ ਤੇ ਮੈਨੂੰ ਕੀ ਪਤਾ ਸੀ ਮੇਰੀ ਕਾਲੀ ਨੇ ਆਹ ਕੰਮ ਕਰਾ ਦੇਣਾ। ਤੂੰ ਤਾਂ ਸਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ, ਆ ਤੂੰ ਸਾਨੂੰ ਹੋਰ ਵੱਡਾ ਸਰਪ੍ਰਾਈਜ਼ ਦੇਤਾ ਆ ਕੇ। ਮੇਰੀ ਗੱਲ ਸੁਣ, ਦਵਾਈ ਲੈ ਲਈ ਨਾ। ਦਵਾਈ ਲੈ ਲਈ, ਇਹ ਨਾ ਸੱਟ ਮੇਰੇ ਲੇਖਾਂ 'ਚ ਲਿਖੀ ਸੀ, ਐਵੇਂ ਨਾ ਟੈਨਸ਼ਨ ਲਓ। ਨਾ ਨਜ਼ਰ ਲੱਗੀ ਆਪਾਂ ਨੂੰ ਪੱਕਾ ਕਿਸੇ ਦੀ, ਅਮਨ ਦੁੱਧ ਲਿਆ ਜਲਦੀ ਹਲਦੀ ਵਾਲਾ। ਲੈ ਪੁੱਤ ਹਲਦੀ ਵਾਲਾ ਦੁੱਧ ਪੀ ਤੂੰ। ਆ ਲੈ ਲਈ ਆਈ ਮੈਂ ਦੁੱਧ, ਦੇਖੀ ਕਮਾਏ, ਲੈ ਹਲਦੀ ਵਾਲਾ ਦੁੱਧ ਪੀ ਲੈ। ਹੋਰ ਪੁੱਤ ਸੱਟਾਂ ਦਾ ਬੀਆਂ ਜਾਣਗੀਆਂ, ਉੱਠ ਲੈ ਆਰਾਮ ਨਾਲ, ਖੜੀ ਆਰਾਮ ਹੌਲੀ ਕਰਨੇ, ਹੌਲੀ ਹੌਲੀ ਹੌਲੀ, ਮਾਂ ਦੇ ਉੱਪਰ ਨਾ ਬੈਠ ਜੀ ਲੱਗੀ। ਲੈ ਬਸ, ਤੈਨੂੰ ਕਿੰਨੇ ਵਾਰ ਕਿਹਾਗਾ ਵੀ ਇਹ ਧਿਆਨ ਨਾਲ ਜਾਇਆ ਕਰ। ਅਮਨ ਮੈਂ ਬਹੁਤ ਸਮਝਾਉਂਦੀ ਸੀ ਇਹਨੂੰ ਵੀ ਤੂੰ ਇੰਨੀ ਲਾਪਰਵਾਹੀ ਨਾਲ ਵਰਤਿਆ ਕਰ, ਇੱਕ ਤਾਂ ਕਾਹਲ ਵਾਲੀ ਕਰਦੀ ਹੈ। ਸਾਰਾ ਪੀ ਲੈਣਾ ਹੁਣ, ਤਿੰਨ ਵਾਰ ਪਿਆਤਾ ਸੱਟਾਂ ਨੂੰ ਠੀਕ ਹੋ ਜਾਣਗੀਆਂ। ਮੈਂ ਇਹਨੂੰ ਕਿੰਨੀ ਵਾਰ ਕਿਹਾ ਵੀ ਉਹੀ ਰਸਤੇ ਮੈਂ ਜਾਣਾ ਹੁੰਦਾ, ਮੇਰੇ ਨਾਲ ਚੱਲ ਜਾ ਕਰ, ਬਾਲੀ ਕਾਲੀ ਕਰਦੀ ਹੈਗੀ ਸਵੇਰੇ ਜਾਣ ਦੀ, ਪਹਿਲੇ ਹੀ ਨਿਕਲ ਜਾਂਦੀ ਹੈ, ਦੋ ਦੋ ਮਿੰਟਾਂ ਦਾ ਫਰਕ ਹੈ ਸਾਰੀਆਂ ਦਾ। ਚੱਲ ਵੀ ਕੀ ਡਿਊਟੀ ਦਾ ਟਾਈਮ ਹੋ ਜਾਂਦਾ ਨਾ, ਚੱਲ ਪੈ ਜਾ ਆਰਾਮ ਨਾਲ, ਚੱਲ ਪੈ। ਅਮਨ ਮੇਰੀ ਨਾ ਉੱਥੇ ਮੈਡੀਸਨ ਪਈ ਆ, ਉਹ ਘੰਟੇ ਘੰਟੇ ਬਾਅਦ ਲੈਣੀ ਆ, ਉਹ ਯਾਦ ਰੱਖੀ। ਠੀਕ ਹੈ ਠੀਕ ਹੈ, ਦਰਦ ਤਾਂ ਨਹੀਂ ਜਦੇ ਹੋ ਰਿਹਾ ਨਾ? ਕੋਈ ਨਾ ਟੈਨਸ਼ਨ ਨਾ ਲਓ, ਹੁੰਦਾ ਤੁਸੀਂ ਪੁੱਛਦੀ ਆ ਨਾ, ਸਾਰਾ ਦਰਦ ਠੀਕ ਹੋ ਜਾਂਦਾ। ਕਹਿੰਦੀ ਟੈਨਸ਼ਨ ਨਾ ਲਓ, ਟੈਨਸ਼ਨ ਪਤਾ ਸਾਨੂੰ ਕਿੰਨੀ ਰਹਿੰਦੀ ਹੈ, ਆ ਕਦੇ ਸੋਚਿਆ ਨਹੀਂ ਸੀ ਵੀ ਇਹ ਜਾਂ ਕੁਝ ਵੀ ਹੋ ਜਾਊਗਾ। ਚੱਲ ਤੂੰ ਤਾਂ ਹਾਲ ਦੀ ਕਿੰਨੀ ਵਧੀਆ ਲੱਗਦੀ, ਰੱਬ ਨੇ ਆਪਣਾ ਪਿਆਰ ਪਰਖਿਆ, ਕਹਿੰਦਾ ਹੁਕ ਦੇਖਣਾ ਇਹ ਭੈਣਾ ਵਾਂਗੂ ਰਹਿੰਦੀਆਂ ਨੇ, ਇਹਨੂੰ ਕਿੰਨਾ ਕੁ ਪਿਆਰ ਕਰਦੀਆਂ। ਕੋਈ ਟੈਨਸ਼ਨ ਨਾ ਲੈ, ਅਸੀਂ ਤੇਰੇ ਐਨੀ ਟਾਈਮ ਨਾਲ ਆ। ਚੱਲ ਹੁਣ ਅਸੀਂ ਆਪਾਂ ਥੋੜਾ ਕੰਮ ਦੇਖੀਏ। ਹਾਂ ਚੱਲ, ਜੇ ਮੈਡੀਸਨ ਲੈਣੀ ਹੈ ਮੈਨੂੰ ਦੱਸ ਦੀ ਤੁਮੋ। ਖਾਣ ਲਈ ਕੀ ਖਾਏਂਗੀ? ਦੇਖ ਕੁਛ ਨਹੀਂ ਖਾਣਾ ਹਲੇ, ਇਹਨਾਂ ਖਿਚੜੀ ਬਣਾ ਦਿਓ। ਠੀਕ ਹੈ ਮੰਮੀ ਜੀ, ਚਲੋ ਆ ਜਾਓ ਅਮਨ, ਚੱਲ ਆ ਜਾਓ। ਆਪਣੇ ਤਾਂ ਨਾ ਕੰਮੋ ਕਿਸੇ ਦੀ ਨਜ਼ਰੇ ਲੱਗ ਗਈ ਪੁੱਤ, ਜੋ ਥੋੜਾ ਪਿਆਰ ਹੀ ਇਹਨਾਂ ਦਰਾਣੀ ਜਠਾਣੀ ਚ, ਆਪਣੇ ਤਾਂ ਨਾ ਪੁੱਤ ਘਰ ਨੂੰ ਨਜ਼ਰ ਲੱਗ ਗਈ। ਤਾਈ ਆਉਂਦੀ ਹੈ ਪੁੱਤ, ਨਿਆਮਣ ਕੁਰਸੀ ਲੈ ਕੇ ਆ ਪੁੱਤ, ਅਤੇ ਤਾਈ ਆਈ ਹੈ, ਲਿਆ ਜੇ ਤੀ ਏਦਾਂ ਡਾ ਦੇ ਪੁੱਤ। ਲੈ ਫਿਰ ਅਸੀਂ ਖਿਚੜੀ ਬਣਾਉਂਦੇ ਸੀਗੇ ਮੰਮੀ। ਹਾਂ ਹਾਂ ਪੁੱਤ ਬਣਾ ਲਾ। ਦੇਖੀ ਮੈਨੂੰ ਤਾਂ ਜਦੋਂ ਪਤਾ ਲੱਗਿਆ ਭੈਣੇ, ਮੈਂ ਤਾਂ ਸੁਣਿਆ ਉੱਥੇ ਗੱਲਾਂ ਕਰੀ ਜਾਂਦੇ ਸੀਗੇ, ਤੇ ਮੈਂ ਤਾਂ ਭੱਜੀ ਆਈ ਉਹਦੀ। ਲੈ ਹੋਰ ਭੈਣੇ, ਜਦੋਂ ਘਰੇ ਪਤਾ ਲੱਗਿਆ ਤੜਕੇ ਚੰਦਰੀ ਚੰਗੀ ਪੜੀ ਗਈ ਹੈਗੀ, ਨਾ ਮੈਂ ਬਥੇਰਾ ਕਹਿੰਦੀ ਨਾ ਟਿਕਾਈ ਨਾ ਜਾਇਆ ਕਰੋ, ਮੈਨੂੰ ਤਾਂ ਧਰਤੀ ਸਮਾਨ ਨਾ ਚੱਲੇ, ਕੀ ਕਰਾਂ ਫਿਰ? ਦੇਖੀ ਉਹੀ ਗੱਲ, ਮੈਨੂੰ ਤਾਂ ਲੱਗਦਾ ਵੀ ਤੁਹਾਡੇ ਘਰ ਨੂੰ ਨਜ਼ਰ ਲੱਗ ਗਈ। ਹਨਾ ਸਹੀ ਗੱਲ ਹੈ ਭੈਣੇ ਤੇਰੀ, ਨਜ਼ਰੇ ਖਾ ਗਈ ਸਾਡੇ ਘਰ ਨੂੰ ਤਾਂ, ਦਰਾਣੀ ਦੀ ਠੰਡਾ ਇੰਨਾ ਪਿਆਰ ਸੀ। ਨਜ਼ਰ ਨੁਜ਼ਰ ਕੋਈ ਨਹੀਂ ਹੈਗੀ, ਕੋਈ ਨਾ ਠੀਕ ਹੋ ਜਾਊਗਾ। ਨਹੀਂ ਪੁੱਤ, ਜਦੋਂ ਕੰਮ ਕਰਦੇ ਦੇਖੋ, ਹੁਣ ਤਿੰਨੇ ਤੁਸੀਂ ਕੰਮ ਕਰਦੀਆਂ ਸੀ, ਸੁੱਖ ਨਾਲ ਮੁੰਡੇ ਕੰਮ ਕਰਦੇ ਆ, ਕਿਉਂ ਦੰਦਾ ਲੈ ਕੇ ਬਹਿ ਜਾਂਦਾ ਪੁੱਤ? ਮੰਨਿਆ ਕਰ ਤੈਨੂੰ ਪੁੱਤ, ਤੇਰੀ ਤਾਈ ਸਹੀ ਕਹਿੰਦੀ ਹੈ, ਨਜ਼ਰ ਲੱਗ ਗਈ ਤੁਹਾਨੂੰ। ਤਾਈ ਦੁੱਖ ਸੁੱਖ ਤਾਂ ਨਾ ਕਰਮਾਂ ਦੀ ਖੇਡ ਹੁੰਦੀ ਆ, ਕਹਿੰਦੇ ਜੇ ਸੁੱਖ ਆ ਤਾਂ ਦੁੱਖ ਵੀ ਆਊਗਾ। ਚਲੋ ਕੋਈ ਨਾ, ਇਹ ਨਾ ਮਹਾਰਾਜ ਨੇ ਮੇਰਾ
ਇੰਨਾ ਕੁ ਕਰਮਾਂ 'ਚ ਲਿਖਿਆ ਸੀ, ਮੈਂ ਭੁਗਤੀ ਜਾਂਦੀ ਹਾਂ। ਟੈਨਸ਼ਨ ਨਾ ਲਓ, ਠੀਕ ਹੋ ਜਾਊ ਜਲਦੀ। ਲੈ ਪੁੱਤ, ਇਹ ਦੁੱਖ ਤੁਹਾਨੂੰ ਨਹੀਂ ਆਉਣਾ ਚਾਹੀਦਾ, ਇਹ ਦੁੱਖ ਤਾਂ ਮੈਨੂੰ ਆ ਜੇ। ਮੈਂ ਦੱਸ ਇੱਥੇ ਕੀ ਕਰਨਾ ਰਹਿ ਕੇ, ਤੁਹਾਨੂੰ ਤਾਂ ਤੱਤੀ ਵਾਹ ਨਾ ਲੱਗੇ। ਤੁਸੀਂ ਐਂ ਕਿਉਂ ਬੋਲਦੇ ਰਹਿੰਦੇ ਹੋਗੇ? ਲੈ ਪੁੱਤ, ਮੈਂ ਇੱਥੇ ਦੱਸ ਕੀ ਕਰਨਾ ਹੈ? ਤੁਹਾਨੂੰ ਨਾ ਕੋਈ ਤੱਤੀ ਵਾਲ ਆਵੇ, ਇਹ ਦੁੱਖ ਮੈਨੂੰ ਆ ਜਾਂਦਾ, ਮੇਰੇ ਲੱਗ ਜਾਂਦੀਆਂ ਸੱਟਾਂ। ਇਹ ਤਾਂ ਐਂ ਪੁੱਤ, ਤੁਹਾਡੇ ਸਾਰੇ ਅਸੀਂ ਤੁਰੇ ਫਿਰਦੇ ਹਾਂ, ਭੱਜੇ ਹੈ, ਅਸੀਂ ਕੀ ਕਰ ਲਾਂਗਾ, ਤੁਹਾਡੇ ਮਾਰੇ ਫਿਰਦੇ ਹਾਂਗੇ। ਦਰਦ ਹੁੰਦਾ ਹੁਣ ਪੁੱਤ? ਮੰਮੀ ਲੱਤ ਬੜੀ ਦਰਦ ਕਰੀ ਜਾਂਦੀ ਆ। ਦਵਾਈ ਦੇਵਾਂ? ਮੈਨੂੰ ਖੜੇ ਕਰਿਓ। ਹੌਲੀ ਮੰਮੀ, ਬਾਲੀ ਦਰਦ ਕਰਦੀ ਆ, ਲੱਤ ਦਰਦ ਕਰਦੀ ਆ। ਇੱਕ ਤਾਂ ਨਾ ਚਰਨਾ ਵੀ ਨੀ ਘਰੇ ਖੜਦਾ ਹੈਗਾ, ਪਤਾ ਨੀ ਕਿੱਧਰ ਰਿਸਕ ਜ਼ਿਆਦਾ। ਨਾਲੇ ਪਤਾ ਭਾਈ ਸੱਟਾਂ ਹਜੇ ਹੋਣੀਆਂ ਹੱਲੀਆਂ, ਐ ਨੀ ਪਤਾ ਕਦੋਂ ਦਰਦ ਹੋਣ ਲੱਗ ਜੇ, ਕਦਲੀ ਆਣੀ ਪੈ ਜੇ। ਮੈਂ ਤੈਨੂੰ ਐਂ ਕਹਿੰਦੀ ਸੀ ਭੈਣੇ, ਵੀ ਚੱਲ ਮੇਰਾ ਖਾਣ ਨੂੰ ਤਾਂ ਜੀ ਨਹੀਂ ਕਰਦਾ, ਵੀ ਮੈਨੂੰ ਠੀਕ ਹੁੰਦੀ ਲੱਗਦੀ ਨੀਗੀ। ਨਾ ਨੀ ਭੈਣੇ, ਸੁਭ ਸੁਭ ਬੋਲ, ਸੁੱਖ ਨਾਲ ਮੇਰੀ ਨੂੰਹ ਠੀਕ ਕਿਉਂ ਨੀ ਹੁੰਦੀ? ਆਹ ਤਾਂ ਮਾਮੂਲੀ ਜਿਹੀਆਂ ਸੱਟਾਂ ਨੇ, ਤਾਂ ਇੰਨਾ ਤਾਂ ਦੇਖੀ ਰੋਈ ਜਾਂਦੀ ਹੈਗੀ। ਮਾਸੀ ਜੀ ਚੁੱਪ ਕਰਿਆ ਕਰੋ ਤੁਸੀਂ, ਤੁਹਾਨੂੰ ਤਾਂ ਨਾ ਉਹੀ ਆਦਤ ਹੈਗੀ ਵਧਾ ਚੜਾ ਕੇ ਗੱਲ ਕਰਨ ਦੀ, ਹੁਣ ਸੱਟਾਂ ਤਾਜ਼ੀਆਂ ਵੱਜੀਆਂ ਨੇ, ਤਕਲੀਫ ਤਾਂ ਹੋਊਗੀ ਨਾ। ਨਾਲੇ ਭੈਣੇ ਠੀਕ ਹੋ ਜੂ ਮੇਰੀ ਨੂੰਹ ਸੁੱਖ ਨਾਲ, ਆਹ ਹੈਗੀਆਂ ਨੇ ਦੋ ਮੇਰੀਆਂ ਨੂੰਹਾਂ ਕੰਮ ਕਰਨ ਵਾਲੀਆਂ, ਬਥੇਰਾ ਤੱਤਾ ਠੰਡਾ ਦਿੰਦੀਆਂ ਨੇ, ਚਾਰ ਦਿਨਾਂ 'ਚ ਖੜੀ ਕਰ ਲੈਣਗੀਆਂ। ਕਰ ਤਾਂ ਲੈਣਗੀਆਂ, ਮੈਨੂੰ ਤਾਂ ਇਰਾਦਾ ਵੀ ਲੱਤ ਟੁੱਟ ਗਈ ਇਹਦੀ। ਨਹੀਂ ਭੈਣੇ, ਕਿਹੜੀ ਲੱਤ ਟੁੱਟੀ ਹੈ, ਤੂੰ ਹੀ ਮਾੜੀ ਜਿਹੀ ਚੋਟ ਆਏਗੀ, ਫਿਰ ਇੰਨਾ ਰੌਲਾ ਕਾਹਤੋਂ ਪਾਉਂਦੀ ਹੈ ਜਦੋਂ ਉੱਠਦੀ ਹੈਗੀ। ਲੈ ਇਹ ਤਾਂ ਤੈਨੂੰ ਵੀ ਪਤਾ, ਆਪਣੇ ਕੰਡਾ ਵੱਜੇ ਕਿੰਨਾ ਦਰਦ ਹੁੰਦਾ ਹੈਗਾ, ਇਹ ਫੇਰ ਵੀ ਸੱਟਾਂ ਨੇ। ਚੁੱਪ ਕਰੋ ਤੁਸੀਂ, ਚਾਹ ਪਾਣੀ ਪਿਆ ਦੋ ਤਾਈ ਨੂੰ। ਚੱਲ ਕੋਈ ਨੀ, ਤੂੰ ਦੱਸ ਕੁਛ ਖਾਣਾ ਪੀਣਾ? ਨਹੀਂ ਮਾਂ, ਕੁਛ ਨੀ ਖਾਣਾ, ਬਸ ਪੈ ਜਾ, ਤੂੰ ਨਾ ਟੈਨਸ਼ਨ ਲੈ, ਹੈਗੀ ਨਾ ਤੇਰੀ ਮਾਂ। ਚੱਲ ਚੰਗਾ ਭੈਣੇ, ਫਿਰ ਤੂੰ ਤਾਂ ਦੁੱਖ ਤਾਂ ਕੀ ਬਣਾਉਣਾ, ਤੇਰੇ ਮੂਹਰੇ ਕਹਿਣ ਲੱਗ ਗਈ, ਤੂੰ ਐਂ ਲਾ ਲਾ ਦਿਲ ਤੇ ਲਾ ਕੇ ਬਹਿ ਜਾਊਗੀ। ਫਿਰ ਹੁਣ ਮੈਂ ਤਾਂ ਦੀਂਦੀ ਸੀ ਨਾ, ਮੈਂ ਤਾਂ ਹੀ ਕਰਕੇ ਕਹਿਤਾ, ਵੀ ਪਤਾ ਹੀ ਲੱਗਦਾ ਹੁਣ ਦੇਖਣੇ ਤਾਂ ਮੱਥੇ 'ਚ ਕਿੰਨੀ ਸੱਟ ਆ ਇਹਦੇ, ਨਾਲੇ ਇਹ ਲੱਤ ਟੁੱਟੀ ਪਈ ਆ ਇਹਦੀ। ਅਸ ਤਾਂ ਕਿਤੇ ਕੰਡਾ ਵੱਜਿਆ ਨਹੀਂ ਚੱਲਿਆ ਸੀ ਇਹਨਾਂ ਦਾ, ਆਹ ਜਿਹੜੀ ਚੰਦਰੀ ਦੇ ਇੰਨੀਆਂ ਸੱਟਾਂ ਲੱਗੀਆਂ, ਪਤਾ ਨਹੀਂ ਇਹੋ ਜਿਹਾ ਕਿਹੜੇ ਮੱਥਾ ਲੱਗਿਆ ਇਹਦੇ, ਜਿਹੜਾ ਕਿ ਘਰੇ ਵਾਪਸ ਆਉਣ ਦਾ ਵੀ ਨਾ ਹੋਇਆ ਇਹਨੂੰ। ਚੱਲ ਚੰਗਾ ਫਿਰ ਕਰ ਲਾ ਦੇਖਭਾਲ, ਮੈਂ ਤਾਂ ਜਾਂਦੀ। ਕੋਈ ਨਾ ਭੈਣੇ, ਚਾਹ ਬਣਾਉਣੇ ਆ ਨਾ? ਚਾਹ ਨਹੀਂ ਪੀਂਦੀ ਬਸ, ਮੈਂ ਜਾਂਦੀ ਮੈਂ। ਚੱਲ ਕੋਈ ਨਾ, ਦੇਖਿਆ ਮੰਮੀ ਤੂੰ ਨਾ ਸਾਰਾ ਭੇਤ ਦੇ ਦਿੰਦੀ ਹੈ ਤਾਈ ਨੂੰ, ਕਿਵੇਂ ਚੁੱਭਮੀਆਂ ਗੱਲਾਂ ਕਰਦੀ ਸੀਗੀ। ਆਹੀ ਹੈ ਪੁੱਤ, ਲੋਕਾਂ ਨੂੰ ਮੌਕਾ ਥੋਣਾ ਚਾਹੀਦਾ ਹੈ। ਮੌਕਾ ਨਹੀਂ, ਇਹਦਾ ਤਾਂ ਇੱਕ ਪੁੱਤ ਆ, ਉਹ ਵੀ ਨਸ਼ੇੜੀ ਹੈਗਾ, ਨਾ ਉਹਨੂੰ ਕੋਈ ਰਿਸ਼ਤਾ ਹੁੰਦਾ, ਹਰ ਵਕਤ ਨਾ ਅੱਖਾਂ ਪਾੜ ਪਾੜ ਝਾਕਦੀ ਰਹਿੰਦੀ ਸੀ ਵੀ ਅੱਗੇ ਪਿੱਛੇ ਲੰਘ ਜਾਂਦੀਆਂ ਨੇ ਤਿਆਰ ਹੋ ਕੇ। ਇਹ ਤਾਂ ਹੈ ਪੁੱਤ, ਮੈਂ ਤੁਹਾਨੂੰ ਬਥੇਰਾ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਜਾਣਾ ਹੁੰਦਾ ਇਕੱਠੀਆਂ ਵਗ ਜਾ ਕਰੋ, ਪਹਿਲਾਂ ਦੇਖਿਆ ਕਰੋ ਬਾਹਰ ਨਿਕਲ ਕੇ ਕੋਈ ਹੈ ਤਾਂ ਨਹੀਂ। ਇਹਨੇ ਤਾਂ ਮੈਨੂੰ ਇਹ ਵੀ ਕਹਿਤਾ ਸੀਗਾ ਤੇਰੀ ਇੰਨੀ ਤਨਖਾਹ ਕਹਿੰਦੀ ਥੋੜੀ ਜਿਹੀ ਆਰਡਰ ਰੱਖ ਲਿਆ ਕਰ। ਇੰਨਾ ਕੁਛ ਕਹਿੰਦੀ ਹੈ? ਬਥੇਰਾ ਕੁਛ ਕਹਿੰਦੀ ਹੈਗੀ, ਪਰ ਤੂੰ ਮੈਨੂੰ ਦੱਸਿਆ ਨਹੀਂ। ਉਹ ਤਾਈ ਆਈ ਸੀਗੀ, ਤਾਈ ਆਈ ਸੀ ਪੁੱਤ ਤੇਰੀ। ਤੁਸੀਂ ਗੱਲਾਂ ਕਰ ਜਾਂਦੇ ਤਾਂ ਬੋਲਦੀ ਕਾ ਬੋਲੀ ਕਾਤੋਂ ਜਾਂਦੀ ਹੈ? ਉਹ ਗੱਲਾਂ ਹੀ ਇਦਾਂ ਦੀਆਂ ਕਰਕੇ ਗਈ ਹੈ, ਕੀ ਕਰੀਏ। ਪਰਮਾਤਮਾ ਹੈਗਾ ਨਾ, ਉਹਦੇ ਭਰੋਸਾ ਰੱਖੇ। ਕਹਿੰਦੀ ਲੱਗਦਾ, ਕਹਿੰਦੀ ਇਹਨੇ ਤਾਂ ਉੱਠਣਾ ਹੀ ਨਹੀਂ ਮੰਜੇ ਚੋਂ, ਲੱਗਦਾ ਇਹਨੇ ਲੱਤ ਟੁੱਟ ਗਈ। ਤੂੰ ਨਾ ਕੁਛ ਕਿਹਾ ਕਰ, ਲੈ ਤੂੰ ਪੈ, ਤੂੰ ਨਾ ਟੈਨਸ਼ਨ ਲਿਆ ਕਰ। ਆਹੋ ਲਿਖ ਦੇ ਬਸ। ਹੁਣ ਟੈਨਸ਼ਨ ਲੈ ਲੈਣੀ ਹੈ, ਬੁੜੀਆਂ ਨੇ ਤਾਂ ਗੱਲਾਂ ਕਰਨ ਦੀ ਆਦਤ ਹੁੰਦੀ ਹੈਗੀ, ਤੇ ਨਾਲੇ ਭਾਈ ਮਾੜਾ ਮੋਟਾ ਘਰੇ ਖੜ ਜਾ ਕਰਾ, ਹੁਣ ਦਰਦ ਇੰਨਾ ਉੱਠ ਖੜਿਆ ਸੀ ਲੱਤ 'ਚ। ਆਹੋ ਮਾਂ ਤੋਂ ਹੀ ਬੋਲਦੀ ਰਹਿੰਦੀ ਹੈਗੀ।
ਮੰਮੀ ਚੱਲ ਤੁਸੀਂ ਵੀ ਚੁੱਪ ਕਰ ਦਿਓ, ਤਾਈ ਨਾਲੋਂ ਬਸ ਥੋੜਾ ਘਟਾ ਦਿਓ, ਐਵੇਂ ਉਹਨੂੰ ਚੱਕਮੀ ਜੀ ਗੱਲ ਕਰਨ ਦੀ ਆਦਤ ਹੈ। ਕੋਈ ਨਾ ਪੁੱਤ, ਆਪਾਂ ਤਾਂ ਹੁਣ ਜਾਂਦੇ ਨਹੀਂ। ਲੈ ਮੈਂ ਤੈਨੂੰ ਖਿਚੜੀ ਲਿਆ ਕੇ ਦੇਵਾਂ। ਨਹੀਂ ਮੰਮੀ ਕੋਈ ਨਾ, ਤੁਸੀਂ ਵੀ ਰੈਸਟ ਕਰ ਲਓ। ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਹੁਣ? ਜਿਹੜੀ ਗੱਲਾਂ ਦੱਸ ਦਿੱਤਾ, ਤਾਈ ਕਹਿੰਦੀ ਤਾਈ ਦੇ ਦਿਮਾਗ ਨੂੰ ਖਿਚੜੀ ਪੱਕੀ ਜਾਂਦੀ ਹੈ, ਉਹ ਦੂਜੀ ਖਿਚੜੀ ਪੱਕੀ। ਉਹ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ, ਕਹਿੰਦੀ ਸੀ ਵੀ ਅੱਡ ਤਨਖਾਹ ਰੱਖਿਆ ਕਰ। ਤਾਹੀ ਅਗਲਾ ਕਹਿੰਦਾ ਜੂਅਰ ਪ੍ਰੈਕਟ ਆਉਣ ਦਾ ਬਰੇਜਾ ਆਉਣ ਦਾ ਡਿਸਪੈਂਸਰੀ ਆਉਣ ਹਟ ਆਉਣ ਦਾ ਨੇਮ। ਚੱਲ ਮਾਂ ਨੂੰ ਤਾਂ ਗੱਲਾਂ ਹੋਈ ਜਾਣਗੀਆਂ, ਆਪਾਂ ਪੰਜਾਬੀ ਦੀ ਗੱਲ ਕਰਾਂਗੇ। ਮੈਨੂੰ ਅੰਦਰ ਚੱਲਦਾ ਹੌਲੀ ਹੌਲੀ। ਐਂ ਕਿਵੇਂ ਉੱਠੂਗੀ? ਮੈਂ ਚੱਕ ਕੇ ਲੈ ਜੂ। ਮੈਂ ਕਹਿੰਦੀ ਹਾਂ ਮੈਂ ਜਾ ਫੁੱਟ ਦਾ ਬੰਦਾ ਮੈਂ ਕਾਹਦੇ ਵਾਸਤੇ ਲਾ ਦੇ। ਤੂੰ ਦੂਣੀ ਲੱਤ ਦਿਖਾ ਦੇਂਗਾ ਦੀ, ਹੋਰ ਪੰਗਾ ਕਰ ਦੇਂਗਾ। ਤੂੰ ਆਇਆ ਤੂੰ ਅੰਦਰ ਆ ਜਾ, ਫੇਰ ਤਾਂ ਮੈਂ ਨਹੀਂ ਚੱਕ ਲੈਂਦੀ। ਤੂੰ ਕੋਲੇ ਬੈਠੀ ਤੇ ਫੇਰ ਹੀ ਮੈਨੂੰ ਚੱਕੀ ਜਾਣੀ, ਫੇਰ ਭਾਰੀ ਹੋ ਜੂਗੀ। ਲੈ ਦੇ, ਮੈਨੂੰ ਤਾਂ ਡਰ ਲੱਗਦਾ ਇਹਦੀ ਲੱਤ ਨਾ ਪਈ ਹਲਿਆ ਦੀ ਦੁਬਾਰੇ। ਮੰਮੀ ਮੈਂ ਠੀਕ ਆ, ਮੇਥੀ ਠੀਕ ਆ ਪਈ ਆ ਮੈਂ। ਉਰੇ ਪੈਣਾ ਹਵਾ ਚ ਉੱਤੇ ਏਸੀ ਲਾ ਦਨੇ ਆ, ਉੱਥੇ ਅੰਦਰ ਪੈ ਜੀ, ਇੱਥੇ ਲੋ ਆ ਗਈ ਨੀਰੀ। ਚੱਲ ਮੈਂ ਅੰਦਰ ਚਾਦਰ ਜੀ ਵਸਾ ਦਾਂ ਹੋਰ, ਚੰਗਾ? ਹਾਂ ਰਵੀ, ਆਪਣੇ ਘਰ ਨੂੰ ਨਾ ਕਿਸੇ ਦੀ ਚੰਦਰੀ ਨਜ਼ਰ ਹੀ ਲੱਗ ਗਈ। ਸਾਡਾ ਤਿੰਨਾਂ ਦਾ ਕਿੰਨਾ ਮੋਹ ਪ੍ਰੇਮ ਹੈ ਨਾ, ਬਸ ਲੋਕ ਮੱਚਦੇ ਆ ਗਏ। ਇੱਕ ਅਸੀਂ ਇਕੱਠੀਆਂ ਕੰਮ ਤੇ ਜਾਂਦੀਆਂ ਸੀ, ਆ ਲੋਕਾਂ ਤੋਂ ਜਰੇ ਹੀ ਨਹੀਂ ਗਿਆ ਹੈਗਾ ਬਸ। ਉਹ ਗੱਲ ਤਾਂ ਉਹੀ ਆ ਨਾ, ਖਾਂਦੇ ਪੀਂਦੇ ਨੂੰ ਦੇਖ ਕੇ ਲੋਕ ਜਰਦੇ ਨਹੀਂ ਅੱਜ ਕੱਲ੍ਹ। ਫਿਰ ਉਹੀ ਤਾਂ ਕਹਿੰਦੇ ਆ, ਆਹ ਦੇਖ ਲਾ ਕੰਮੋ, ਸੱਟ ਮਰਵਾ ਕੇ ਬਹਿ ਗਈ। ਚੱਲ ਇੰਨਾ ਸ਼ੁਕਰ ਆ ਜਾਨ ਬਚ ਗਈ। ਹੋਰ ਕੋਈ ਨਾ, ਹੋ ਜਾਊ ਹਫ਼ਤੇ 10 ਦਿਨਾਂ ਦੀ ਸੱਟਾ। ਤੇ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀ, ਮਾੜਾ ਮੋਟਾ ਤੁਸੀਂ ਵੀ ਕੰਮ ਧੰਦਾ ਕਰ ਲਿਆ ਕਰੋ, ਸਾਰਾ ਦਿਨ ਐਂ ਵਿਹਲੇ ਬੈਠੇ ਰਹਿੰਦੇ ਹੋ। ਕੋਈ ਨਾ, ਜਾ ਆਉਂਗਾ ਖੇਤ ਮੈਂ, ਬਸ ਹੱਥ ਨਹੀਂ ਜਾ ਕੇ। ਹੁਣ ਜੇ ਵੀਰ ਜੀ ਨਹੀਂ ਕਹਿੰਦੇ ਹੁਣ ਆਏ ਥੋੜੀ, ਤੁਸੀਂ ਬੈਠੇ ਰਹੋਗੇ? ਅੱਖ ਨੂੰ ਤੁਹਾਡਾ ਆਪਦੀ ਫਰਜ਼ ਬਣਦਾ ਕੰਮ ਕਰਨ ਦਾ। ਪਸ਼ੂ ਢੰਡ ਦਾ ਮੈਂ ਸਾਂਭੀ ਜਾਂਦਾ ਰਹਿਣਾ ਯਾਰ, ਹੁਣ ਚੰਨੀ ਨੂੰ ਵੀ ਚਾਹੀਦਾ ਜੋ ਪਸ਼ੂ ਸਾਂਭਲੇ। ਚੱਲ ਮੈਂ ਖੇਤ ਵਗ ਜਾ ਕਰਾਂ। ਸੰਭਾਲਦਾ ਤਾਂ ਰਹਿੰਦਾ, ਹੁਣ ਰਲ ਮਿਲ ਕੇ ਹੁੰਦੇ ਨੇ ਘਰ ਦੇ ਕੰਮ ਵੀ, ਤੁਸੀਂ ਨਾ ਕੋਈ ਦੇਖ ਲਓ, ਛੋਟਾ ਮੋਟਾ ਕੰਮ ਹੀ ਦੇਖ ਲਓ ਇੱਕ ਵਾਰ। ਚੱਲ ਮੈਂ ਕਰਦਾ ਕੋਈ ਹੱਲ, ਕੋਈ ਨਾ। ਹੁਣ ਜੇ ਨਹੀਂ ਬੋਲ ਕੇ ਸੁਣਾਉਂਦੇ, ਮਨ ਚ ਤਾਂ ਗੱਲ ਆਉਂਦੀ ਹੈ ਨਾ ਵੀ ਇਹ ਕੁਛ ਕਰਦਾ ਨੀ, ਵਿਹਲਾ ਬੈਠਾ ਰਹਿੰਦਾ ਸਾਰਾ ਦਿਨ। ਹੁਣ ਜੇ ਭਾਬੀ ਨੂੰ ਦਵਾਈ ਦਵੂਈ ਦਵਾਉਣ ਜਾਣਾ ਪੈਂਦਾ, ਫਿਰ ਮੈਨੂੰ ਜਾਣਾ ਪਊਗਾ। ਹੁਣ ਤੈਨੂੰ ਪਤਾ ਬਾਈ ਤਾਂ ਗੱਡੀ ਚਲਾਉਂਦਾ ਨੀ। ਚੱਲ ਕੋਈ ਨਾ, ਉਹਦਾ ਹੱਲ ਤਾਂ ਹੋ ਜਾਂਦਾ, ਪਰ ਫਿਰ ਵੀ ਤੂੰ ਸੋਚ ਰਵੀ, ਹੁਣ ਤੈਨੂੰ ਬਹੁਤ ਟਾਈਮ ਹੋ ਗਿਆ ਵਿਹਲੇ ਬੈਠੇ ਨੂੰ। ਉਹ ਯਾਰ ਹੁਣ ਖੇਤੀ ਕਰੀ ਤਾਂ ਜਾਂਦੇ ਆ ਹੁਣ ਬਸ। ਚੱਲ ਫਿਰ ਵੀ ਦੇਖ ਲੈ ਤੂੰ ਕੰਮ ਕਰ, ਤੈਨੂੰ ਆਪ ਨੂੰ ਪਤਾ ਹੁਣ ਘਰ ਦਾ। ਜੇ ਰਲ ਮਿਲ ਕੇ ਕੰਮ ਕਰਾਂਗੇ ਨਾ ਤਾਂ ਹੀ ਕੁਛ ਬਣਦਾ ਹੁੰਦਾ ਨਾ। ਚੱਲ ਕੋਈ ਨਾ, ਦੇਖ ਲੈਂਦੇ ਫਿਰ, ਕਰ ਲਾਂਗੇ ਕੋਈ ਹੱਲ। ਚੱਲ ਠੀਕ ਹੈ। ਤੇ ਉਹ ਫੜਾਈ ਸੀ ਦਵਾਈ ਦੂਈ ਦੇਈ ਭਾਬੀ ਨੂੰ? ਹਾਂ ਦਵਾਈ ਤਾਂ ਦੇਤੀ ਸੀ। ਹਾਂਜੀ ਵੀਰ ਜੀ, ਤੇ ਚੱਲ ਗਿਆ ਪਰ ਉਹ ਕਹਿੰਦੇ ਦਰਦ ਬਾਹਲਾ ਹੁੰਦਾ, ਮੈਂ ਦਵਾਈ ਦਵਾਈ ਲਿਆਉਣੇ ਆਪਾਂ। ਚੱਲ ਬਈ ਦਵਾ ਲਿਆਉਣੇ, ਦਰਦ ਹੋਣ ਲੱਗ ਗਿਆ ਹੁਣ। ਦਰਦ ਹੋ ਗਈ, ਲੱਤ 'ਚ ਬਾਹਲਾ ਹੋ ਜਾਂਦਾ। ਤੇ ਨਾਲੇ ਵੀਰ ਜੀ ਦਵਾਈ ਤਾਂ ਟਾਈਮ ਸਿਰ ਦੇਈ ਜਾਂਦੇ, ਦਰਦ ਕਿਉਂ ਨਹੀਂ ਬੰਦ ਹੁੰਦਾ? ਦਵਾਈ ਆਪਾਂ ਦੇਈ ਜਾਂਦੇ ਆ, ਮੈਂ ਤਾਂ ਉਹਨੂੰ ਅੰਦਰ ਲਿਆਉਂਦਾ ਸੀਗਾ ਤੇ ਉਹ ਕਹਿੰਦੇ ਮੈਂ ਦਰਦ ਬਾਹਲਾ ਹੁੰਦਾ ਗਾ, ਫਿਰ ਮੈਂ ਕਿਹਾ ਅੰਦਰ ਤਾਂ ਹੁਣ ਲਿਆਉਣੇ, ਮੈਂ ਚੱਲ ਪਹਿਲਾਂ ਦਿਖਾਈ ਲਿਆਉਣੇ ਮਾੜਾ ਜਿਹਾ। ਚੱਲ ਰਵੀ ਪੱਕ ਜਾ, ਹੋਰ ਜੇ ਟੀਕਾ ਟੂਕਾ ਲਾਉਣਾ ਕਿ ਹੋ ਲਾ ਦਿਓ, ਫਿਰ ਮੁੜ ਕੇ ਰਾਤ ਆ ਗਈ ਮੁਰੇ, ਫਿਰ ਆਪਾਂ ਨੂੰ ਔਖਾ ਹੋ ਜਾਊਗਾ। ਚੱਲ ਠੀਕ ਆ ਬਈ, ਚੱਲ ਚੱਲ ਦਵਾ ਲਿਓ ਦਵਾਈ, ਚੜਾ ਕੇ ਠੰਡਾ ਹੀ ਹੋਵੇ, ਪੱਕ ਜੀ ਖੇਤ ਤੋਂ। ਚੱਲ ਤੂੰ ਬੇਬੇ ਨੂੰ ਫੜਾ ਦੇ ਚਾਹ ਤੋਂ, ਚੰਗਾ? ਚੱਲ ਮੈਂ ਬਣਾਉਣੀ ਹਜੇ, ਚਾਹ ਤਾਂ ਬਣਾਈ ਵੀ ਨਹੀਂ ਹੈਗੀ। ਮੰਮੀ? ਹਾਂ ਦੱਸ ਕੰਮ। ਮੰਮੀ ਕਿੱਥੇ ਗਏ ਨੇ? ਉਹ ਮੈਂ ਫੋਨ ਕਰੀ ਜਾਂਦੀ ਸੀ, ਦਵਾਈ ਲੈਣ ਜਾਣਾ ਸੀਗਾ। ਕੱਲ ਤਾਂ ਹਜੇ ਦਵਾਈ ਲੈ ਕੇ ਆਈ ਹੈਗੀ, ਅੱਜ ਫੇਰ ਚੱਕ ਲਓ ਧਾਲਾ ਦਵਾਈ ਨੂੰ। ਮੰਮੀ ਕੱਲ ਡਾਕਟਰ ਨੇ ਕਿਹਾ ਸੀ ਵੀ ਕੱਲ ਨੂੰ ਦੁਬਾਰੇ ਆ ਜਾਓ, ਵੀ ਕੱਲ ਨੂੰ ਕਈ ਗੱਲਾਂ ਡਾਕਟਰ ਨੇ ਕਲੀਅਰ ਜੀਆਂ ਕਰਨੀਆਂ ਸੀਗੀਆਂ,
ਇਸ ਕਰਕੇ ਜਾਣਾਗਾ ਇਸ ਕਰਕੇ ਜਾਣਾਗਾ ਭਾਈ ਪੈਸਾ ਇਹਨਾਂ ਝਾੜਾਂ ਨਾਲ ਨਹੀਂ ਲੱਗਦਾ ਹੈਗਾ ਬਥੇਰਾ ਪੈਸਾ ਲਾਤਾ ਹੁਣ ਤੇਰੇ ਤੇ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਪੈਸਾ ਤਾਂ ਹੱਥਾਂ ਦੀ ਮੈਲਾ ਕਮਾਇਆ ਜਾਊਗਾ ਇੱਕ ਵਾਰ ਠੀਕ ਹੋ ਜਾਣ ਦੋ ਇਹ ਤੇਰੀ ਲਾਪਰਵਾਹੀ ਹੈ ਬਥੇਰਾ ਕਹਿੰਦੇ ਸੀ ਧਿਆਨ ਨਾ ਚੱਲ ਅੱਖਾਂ ਮੀਚਦੀ ਸੀ ਐਂ ਲੰਘਦੀ ਸੀ ਮੂਹਰ ਦੀ ਮੰਮੀ ਤੁਹਾਨੂੰ ਕੀ ਹੋਇਆ ਪਿਆ ਤੁਸੀਂ ਕਿਉਂ ਏਦਾਂ ਕਰਦੇ ਰਹਿੰਦੇ ਹੋ ਮੇਰੇ ਨਾਲ ਆਹੋ ਮੰਮੀ ਨੂੰ ਤਾਪੇ ਕੁਛ ਹੋ ਰਿਹਾ ਗਾ ਤੇਰੀ ਤਾਂ ਆਹੀ ਸੱਸੀਆਂ ਗੱਲਾਂ ਕਹਿ ਕੇ ਗਈ ਹੈਗੀ ਵੀ ਇਹ ਨੀ ਭਾਈ ਉੱਠ ਚੱਲ ਫਿਰ ਸਕਦੀ ਗੀ ਤੇਰੀ ਤਾਈ ਕੋਈ ਝੂਠ ਨੀ ਬੋਲਦੀ ਸੀਗੀ ਤੁਸੀਂ ਕਿਉਂ ਤਾਈ ਦੀਆਂ ਗੱਲਾਂ ਚਾਹੁੰਦੇ ਹੋਗੇ ਦੇਖ ਲਓ ਸਾਡਾ ਆਪਸ ਵਿੱਚ ਕਿੰਨਾ ਪਿਆਰ ਹੈਗਾ ਹੁਣ ਲੋਕਾਂ ਦੀ ਥੋੜੋ ਸੁਣਨੀ ਹੈਗੀ ਬਸ ਕੰਮੋ ਸੁਣ ਲਿਆ ਮੈਂ ਤੇਰਾ ਬਥੇਰਾ ਸਵੇਰੇ ਦੀ ਸਵੇਰੇ ਤੁਸੀਂ ਕਹੀ ਗਏ ਵੀ ਤੂੰ ਉਹਨਾਂ ਦਾ ਕੰਮ ਛਡਾ ਰੱਖਿਆ ਗਾ ਹੋਰ ਫਿਰ ਮੈਂ ਕਿਹੜਾ ਉਹਨਾਂ ਨੂੰ ਕਹਿੰਦੀ ਆ ਵੀ ਕੰਮ ਤੇ ਨਾ ਜਾਓ ਉਹ ਆਪਣੀ ਮਰਜ਼ੀ ਨਾਲ ਨਹੀਂ ਜਾਂਦੀਆਂ ਤੇ ਫਿਰ ਘਰੇ ਕੰਮ ਕਾਹਨੂੰ ਕਰੇ ਉਹ ਤੇਰੀ ਦੇਖਭਾਲ ਤੇ ਤਾਂ ਦੋਨੇ ਜਣੀਆਂ ਹੋ ਰਹੀਆਂ ਨੇਗੀਆਂ ਮੰਮੀ ਤੁਹਾਨੂੰ ਐ ਕਿਉਂ ਲੱਗਦਾ ਗਾ ਵੀ ਪੈਸਾ ਹੀ ਆ ਸਾਰਾ ਕੁਛ ਨਹੀਂ ਨਹੀਂ ਕੁਛ ਨੀ ਹੋਇਆਗਾ ਮੈਂ ਆ ਲਿਆਂਦੀ ਤੇਰੇ ਵਾਸਤੇ ਆਹੀ ਕੱਚ ਰਹਿ ਗਈ ਸੀ ਆਹ ਦਿਨ ਦੇਖਣ ਨੂੰ ਬੈਠੀ ਸੀ ਮੈਂ ਕਾਹਦੀ ਕੱਚ ਮੰਮੀ ਹੁਣ ਤੁਰਿਆ ਨਹੀਂ ਜਾਂਦਾ ਹੁਣ ਕੀ ਕਰਾਂ ਮਾੜਾ ਮੋਟਾ ਬਾਜਣ ਦੇ ਇਹਦੇ ਤੇ ਏ ਮਾਂ ਕੀ ਮਾਂ ਕਮਾਲ ਕਰੀ ਜਾਨੀ ਆ ਉਹਦੇ ਉਹਨੂੰ ਹੌਸਲਾ ਤਾਂ ਕੀ ਦੇਣਾ ਸੀ ਵੀ ਕੁਛ ਨਹੀਂ ਹੁੰਦਾ ਹੋਰ ਹੀ ਬੁਝਾਰਤਾਂ ਹੀ ਪਾਈ ਜਾਂਦੀ ਆ ਅੱਗੇ ਹੌਸਲਾ ਦੇਣਾ ਸੀ ਕੀ ਸਵਾਦ ਦੇਣਾ ਹੌਸਲਾ ਨਾ ਤਾਂ ਤਨਖਾਹ ਗਈ ਆ ਜਿਹੜੇ ਘਰੋਂ ਲਾ ਤੇ ਉਹ ਵੱਖ ਰਹਿ ਗਏ ਤਨਖਾਹ ਕਿੱਥੇ ਗਈ ਤਨਖਾਹ ਨਹੀਂ ਜਾਂਦੀ ਹੁੰਦੀ ਜਿਹਦੇ ਹੁਣ ਛੁੱਟੀ ਲੈਤੀ ਵੀ ਤਨਖਾਹ ਤਾਂ ਮਿਲੂਗੀ ਉਹ ਹੀ ਲੱਗ ਗਈ ਆਹੋ ਲੈਤੀ ਹੋਈ ਆ ਛੁੱਟੀ ਅਗਲਾ 2-4 ਮਹੀਨੇ ਦੇਖਦਾ ਹੁੰਦਾ ਚੱਕ ਕੇ ਨੌਕਰੀ ਤੋਂ ਮਾਰਨਗੇ ਉਹ ਤੈਨੂੰ ਕੀ ਫਿਕਰ ਹੈ ਜਦੋਂ ਛੱਟ ਕਿਸੇ ਦੀ ਵੱਜ ਸਕਦੀ ਆ ਇਹ ਤਾਂ ਕਹਾ ਹਸਤਾ ਗਾ ਕਿਸੇ ਨਾਲ ਵੀ ਹੋ ਸਕਦਾ ਗਾ ਬਸ ਬਹੁਤਾ ਨਾ ਪਾਣੀ ਭਰਿਆ ਕਰ ਇਹਦਾ ਇਹ ਚ ਪਾਣੀ ਭਰਨ ਵਾਲੀ ਗੱਲ ਆ ਹੁਣ ਮੇਰੇ ਘਰ ਵਾਲੀ ਆ ਮੈਂ ਹੀ ਉਹਦਾ ਸਪੋਰਟ ਉਹਨੂੰ ਆਹੋ ਮੈਂ ਹੀ ਮਾੜੀ ਇੱਕ ਇਹ ਤਾਂ ਬਥੇਰੀ ਚੰਗੀ ਆ ਨਾ ਤਾਂ ਤੈਨੂੰ ਮੈਂ ਅੱਜ ਮਾੜੀ ਕਹਾ ਨਾ ਗੱਲ ਕਹਾ ਪਰ ਜਿਹੜੀ ਤੇਰੀ ਸੋਚ ਆ ਇਹ ਮਾੜੀ ਆ ਮਾੜੀ ਤਾਂ ਸੋਚ ਆਪੇ ਮਾੜੀ ਆ ਆ ਦਿਨ ਕੰਨੀ ਦੇਖਣ ਨੂੰ ਕਹਿੰਦੀ ਆਈ ਤੇ ਤੁਰੂਗੀ ਹੈ ਹੁਣ ਇਹ ਓਹੋ ਆ ਰੋਜ਼ ਨਾ ਭਾਈ ਮੇਰੇ ਮੂਹਰੇ ਨਾਮ ਖੰਡ ਜੇ ਕਰਿਆ ਕਰ ਮੰਮੀ ਮੈਂ ਹਰ ਵਕਤ ਬਾਜਾ ਮਾਰਦੀ ਚੰਗੀ ਨਹੀਂ ਲੱਗਦੀ ਹੈਗੀ ਤੁਹਾਨੂੰ ਮੈਂ ਦੇ ਸਹਾਰੇ ਨਾਲ ਖੁਦ ਤੁਰਤਾ ਪਿਆ ਕਰੂੰਗੀ ਤੁਰ ਪਿਆ ਕਰੇਂਗੀ ਚੱਲ ਤੂੰ ਤਾਂ ਕਹੀ ਜਾਏਂਗੀ ਕਹੀ ਜਾਣ ਦੇ ਆਹੋ ਮੈਂ ਕੀ ਲੈਣਾ ਮੈਂ ਤਾਂ ਭੈੜੀ ਲੱਗਦੀ ਆ ਬੋਲਦੀ ਤੁਹਾਨੂੰ ਬੋਲੀ ਜਾਣ ਦੇ ਲੈ ਜਾ ਕਰ ਰੋਜ਼ ਪੈਸੇ ਬਹੁਤ ਝਾੜਾ ਨਾ ਲੱਗਦੇ ਨੇ ਮੈਨੂੰ ਨਹੀਂ ਜਾਣਾ ਪਊ ਹੋਰ ਕੋਈ ਬਾਹਰੋਂ ਆਊਗੀ ਇਹ ਤਾਂ ਜੰਮੀ ਹੱਦ ਹੋ ਗਈ ਲੈ ਵਗ ਜਾ ਤੁਸੀਂ ਕਿਹੜਾ ਸੁਣਨੀਆਂ ਨੇ ਕਿਸੇ ਦੀਆਂ ਇਹਦਾ ਸਾਰਾ ਲੈ ਕੋਈ ਨਹੀਂ ਬਹੁਤ ਆ ਦੇ ਇਹ ਸਾਰੇ ਨਾ ਹੋਲੀ 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 ਬੋਲੀ ਜਾਂਦੇ ਮਾਂ ਦਾ ਨਾ ਗੁੱਸਾ ਕਰਿਆ ਕਰ ਉਹਦਾ ਤਾਂ ਸੁਭਾਈ ਇਹ ਜਗਾ ਲੈ ਇੱਥੇ ਸਾਰਾ ਸਮਾਨ ਸਿੱਟ ਦਿੰਦੇ ਆ ਫਿਰ ਬਾਅਦ ਚੋਂ ਮੈਥੋਂ ਲੱਭਣਗੇ ਗੱਲ ਸੁਣੀ ਭਾਲੀ ਹਾਂਜੀ ਬੋਲੋ ਉਹ ਗੱਲ ਨੋਟ ਕੀਤੀ ਤੂੰ ਕਿਹੜੀ ਬੇਬੇ ਬਾਰੇ ਬੇਬੇ ਬਾਰੇ ਕਿਹੜੀ ਗੱਲ ਨੋਟ ਕਰਨੀ ਹੈ ਮੈਂ ਤੈਨੂੰ ਐਂ ਕਹਿਣਾ ਦੇਖ ਲੈ ਪਹਿਲਾਂ ਤਨਖਾਹ ਹੁੰਦੀ ਸੀ ਕੰਮੋਂ ਦੀ ਹਾਂਜੀ ਤੇ ਬੇਬੇ ਕਿੰਨੀ ਖੁਸ਼ੀ ਨਾਲ ਉਹਨੂੰ ਮਿਲਦੀ ਸੀ ਹਾਂਜੀ ਕਿੰਨੇ ਪਿਆਰ ਨਾਲ ਉਹਨੂੰ ਰਹਿੰਦੀ ਸੀ ਹੁਣ ਜਦੋਂ ਦਾ ਉਹਦਾ ਵਿਚਾਰੀ ਦਾ ਐਕਸੀਡੈਂਟ ਹੋਇਆ ਉਹਦਾ ਟੌਂਟ ਹੀ ਮਾਰੀ ਜਾਂਦੀ ਰਹਿੰਦੀ ਆ ਉਦੋਂ ਕੀ ਬੋਲਤਾ ਕਦੋਂ ਕੀ ਬੋਲਤਾ ਕਦੋਂ ਮਿਹਰੇ ਦੇਣ ਲੱਗ ਜਾਂਦੀ ਆ ਮਾਂ ਦੀ ਗਲਤ ਗੱਲ ਆ ਮੈਂ ਤੈਨੂੰ ਐਂ ਕਹਿਣਾ ਬੇਬੇ ਨੂੰ ਸਮਝਾ ਮਾੜਾ ਮੈਂ ਸਹੀ ਗੱਲ ਹੈ ਜੀ ਇਹ ਚੀਜ਼ ਮੈਂ ਵੀ ਦੇਖੀ ਹੈ ਮੈਂ ਵੀ ਤੁਹਾਨੂੰ ਕਹਿੰਦੀ ਕਹਿੰਦੀ ਰਹਿ ਗਈ ਮੈਂ ਕਿਹਾ ਤੁਸੀਂ ਇਹ ਸੋਚੋਗੇ ਵੀ ਮੇਰੀ ਮਾਂ ਬਾਰੇ ਗਲਤ ਬੋਲਦੀ ਹੈ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਮਾਂ ਦਾ ਵੀ ਤਾਂ ਹੋ ਸਕਦਾ ਸੀ ਨਾ ਬਹੁਤ ਗਲਤ ਕਰ ਰਹੀ ਹੈ ਮਾਂ ਇਹ
ਫਿਰ ਤੇ ਇਹਦਾ ਮਤਲਬ ਇਹੀ ਹੋ ਗਿਆ ਨਾ ਵੀ ਕੰਮੋ ਦੇ ਸਿਰ ਪੈਸੇ ਤੱਕ ਹੀ ਮਤਲਬ ਸੀ ਮਾਂ ਨੂੰ, ਉਹਦੇ ਤੋਂ ਕੁਛ ਨੀ ਲੈਣਾ ਉਹਨੇ। ਇਹੀ ਗੱਲ ਮੈਂ ਤੈਨੂੰ ਸਮਝਾਉਣਾ ਪਿਆ ਤੇ ਇਹੀ ਗੱਲ ਨਾ ਬੇਬੇ ਨੂੰ ਸਮਝਾ ਕਿ ਮੈਂ ਬੋਲਦਾ ਨਾ ਜਾ ਕੇ ਫਿਰ ਮੈਨੂੰ ਕਹੂਗੀ ਤੂੰ ਆਪਦੇ ਘਰ ਵਾਲੀ ਪਿੱਛੇ ਲੱਗਿਆ ਜਾਂ ਉਲਟ ਤੈਨੂੰ ਉਲਟ ਸੋਚ ਲੈਂਦੀ। ਤੁਸੀਂ ਕੋਈ ਗੱਲ ਨੀ ਟੈਨਸ਼ਨ ਨਾ ਲਓ, ਮੈਂ ਕਹਿ ਕੇ ਦੇਖੂ। ਮੈਂ ਵੀ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਵੀ ਬੇਬੇ ਗਲਤ ਕਰ ਰਹੀ ਆ ਹੁਣ, ਹੁਣ ਤੇ ਸਮਕੋ ਤੇ ਮੁਸੀਬਤ ਹੈ, ਉਹਦਾ ਟਾਈਮ ਹੈ ਵੀ ਉਹਦੀ ਹੈਲਪ ਕਰੋ, ਸਾਰਾ ਪਰਿਵਾਰ ਉਹਦੇ ਨਾਂ ਖੜੋ। ਤੇ ਹੁਣ ਬੇਬੇ ਐਂ ਕਰਨ ਲੱਗ ਗਈ, ਉਹ ਵਿਚਾਰੀ ਕੀ ਸੋਚਦੀ ਹੋਊ, ਇੱਕ ਤਾਂ ਉਹ ਮੰਜੇ 'ਚ ਬੈਠੀ ਹੈ, ਇੱਕ ਰਹਿੰਦੀ ਹੁੰਦੀ ਬੇਬੇ ਨੇ ਐਂ ਕਰ ਰੱਖੀ ਹੈ। ਹੋਰ ਵੱਡੇ ਵੀਰ ਆਪਾਂ ਨਾਲ ਕਿੰਨਾ ਵਧੀਆ ਰਹਿੰਦਾ, ਕਿੰਨੀ ਆਪਾਂ ਦੀ ਮਦਦ ਕੀਤੀ ਹੈ। ਉਹੀ ਤਾਂ ਗੱਲ ਹੈ ਜੀ, ਅੱਜ ਜੋ ਵੀ ਆ ਆਪਾਂ ਉਸੇ ਬਦੌਲਤ ਆ, ਤੇ ਦੂਜੀ ਦਾ ਅਮਨ ਦਾ ਬੁਟੀਕ ਤੇ ਮੇਰਾ ਪਾਰਲਰ, ਜੇ ਵੀਰਾ ਨਾ ਮਦਦ ਕਰਦਾ ਤਾਂ ਕਿੱਥੋਂ ਅੱਜ ਸਾਰਾ ਕੁਛ ਹੁੰਦਾ। ਅੱਜ ਉਹਨਾਂ ਤੇ ਔਖਾ ਟਾਈਮ ਹੈ, ਆਪਾਂ ਨੂੰ ਬੇਬੇ ਖੜੇ ਉਹਦੇ ਨਾਲ ਚਾਹੇ ਨਾ ਖੜੇ, ਪਰ ਆਪਾਂ ਨੂੰ ਤਾਂ ਖੜਨਾ ਪਊਗਾ ਨਾ। ਨਹੀਂ ਆਪਾਂ ਤਾਂ ਖੜੇ ਹਾਂ, ਪਰ ਬੇਬੇ ਦਾ ਗਲਤ ਵਿਵਹਾਰ ਦੇਖ ਕੇ ਨਾ ਮੇਰਾ ਮਨ ਨਾ ਹੋਰ ਹੀ ਕਰੀ ਜਾਂਦਾ ਵੀ ਕੀ ਹੋਈ ਜਾਂਦਾ ਪਰਿਵਾਰ, ਇੰਨਾ ਸੋਹਣਾ ਪਰਿਵਾਰ ਸੀ ਆਪਾਂ ਦਾ। ਚਲੋ ਕੋਈ ਗੱਲ ਨੀ, ਤੁਸੀਂ ਟੈਨਸ਼ਨ ਨਾ ਲਓ, ਮੈਂ ਬੇਬੇ ਨਾਲ ਗੱਲ ਕਰੂੰਗੀ। ਤੁਸੀਂ ਐਂ ਕਰੋ ਚਾਹ ਪੀ ਲਓ ਜਾ ਕੇ, ਮੈਂ ਚਾਹ ਬਣਾਤੀ ਸੀਗੀ ਤੁਹਾਡੀ। ਚਲੋ ਪੀਨਾ ਚਾਹ ਤੈਨੂੰ। ਗਲਤ ਗੱਲ ਹੈ ਬੇਬੇ ਜੀ। ਚਲੋ ਹੁਣ ਮੈਨੂੰ ਗੱਲ ਕਰਨੀ ਸੌਖੀ ਹੈ, ਜੇ ਮੈਂ ਆਪਦੇ ਕੋਲੋਂ ਬਣਾਉਂਦੀ ਸ਼ਾਇਦ ਹੋਰ ਗੱਲ ਹੁੰਦੀ। ਇਹ ਗੱਲ ਤਾਂ ਇਹਨਾਂ ਨੇ ਵੀ ਨੋਟ ਕਰੀ ਹੈ, ਮੈਂ ਜ਼ਰੂਰ ਕਰੂੰਗੀ ਬੇਬੇ ਨਾਲ ਗੱਲ। ਬਾਲੀ ਰੱਖ ਦੇ ਮੈਂ ਖਾ ਲੂੰ। ਓਹ ਮੈਂ ਖਵਾ ਰਹੀ ਹਾਂ ਨਾ, ਤੂੰ ਆਪ ਬਾਲੀ ਵਧੀਆ ਖਾਏਂਗੀ। ਮੈਨੂੰ ਪਤਾ ਕੱਲ੍ਹ ਫੜਾਈ ਸੀਗੀ, ਥੋੜ੍ਹੀ ਜਿਹੀ ਖਾ ਕੇ ਬਾਅਦ ਚੋਂ ਛੱਡਤੀ। ਮੈਂ ਬੱਚੀ ਥੋੜੋ ਦੇਖੀ, ਇੱਕ ਹੱਥ ਕੰਮ ਕਰਦਾ ਨਾ ਖਾ ਲੂੰਗੀ। ਫਿਰ ਕੋਈ ਗੱਲ ਨੀ, ਮੈਂ ਵੀ ਤਾਂ ਵਿਹਲੀ ਹਾਂ ਹੁਣ, ਜੇ ਮੇਰੇ ਹੱਥੋਂ ਖਾ ਲੇਂਗੀ ਫਿਰ ਦੱਸ ਕੀ ਹੁੰਦਾ। ਜੇ ਮੰਮੀ ਨੇ ਦੇਖ ਲਿਆ ਨਾ, ਤੈਨੂੰ ਪਤਾ ਮੰਮੀ ਕਿੰਨਾ ਕੁਛ ਬੋਲਦੀ ਆ। ਓ ਤੂੰ ਮੰਮੀ ਦੀ ਟੈਨਸ਼ਨ ਨਾ ਲੈ, ਚੁੱਪ ਕਰਕੇ ਰੋਟੀ ਖਾ, ਲੈ ਪਾਣੀ ਪੀ। ਤੂੰ ਨਾ ਮੰਮੀ ਦੀਆਂ ਗੱਲਾਂ ਵਾਲੀਆਂ ਦਿਲ ਤੇ ਨਾ ਲਾਇਆ ਕਰ। ਮੈਨੂੰ ਸਮਝ ਨੀ ਆਉਂਦੀ ਮੰਮੀ ਇੰਨੀ ਚੇਂਜ ਕਾਹਤੋਂ ਹੋ ਗਈ, ਇੰਨਾ ਪਿਆਰ ਕਰਦੀ ਹੁੰਦੀ ਸੀ ਮੈਨੂੰ। ਆਹੀ ਚੀਜ਼ਾਂ ਤਾਂ ਕਦੇ ਕਦੇ ਸਾਨੂੰ ਨੀ ਸਮਝ 'ਚ ਆਉਂਦੀਆਂ ਵੀ ਇਹਦਾ ਮਤਲਬ ਤਾਂ ਇਹੀ ਹੋਇਆ ਨਾ, ਮੰਮੀ ਜੀ ਸਿਰਫ ਤੁਹਾਡੇ ਪੈਸੇ ਨੂੰ ਪਿਆਰ ਕਰਦੇ ਸੀ ਨਾ ਕਿ ਤੁਹਾਨੂੰ। ਪਰ ਕੋਈ ਗੱਲ ਨੀ, ਤੂੰ ਠੀਕ ਹੋ ਜਾਏਗੀ, ਤੂੰ ਹਮੇਸ਼ਾ ਥੋੜ੍ਹੀ ਨਾ ਇੱਦਾਂ ਹੀ ਰਹਿਣਾ। ਲੈ ਫੜ। ਸ਼ਾਇਦ ਇੱਦਾਂ ਨਾ ਹੀ ਹੋਵੇ। ਲੈ ਪਾਗਲ, ਇਹ ਤੂੰ ਕੀ ਬੋਲ ਰਹੀ ਹੈ। ਕੋਈ ਗੱਲ ਨੀ, ਕਹਿੰਦੇ ਹੁੰਦੇ ਨਾ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਆ, ਤੈਨੂੰ ਠੀਕ ਜ਼ਰੂਰ ਕਰ ਦੇਣਗੇ। ਮੈਂ ਮੇਰੀ ਭੈਣ ਤੂੰ ਤਾਂ ਸਾਡਾ ਹੌਸਲਾ ਠੀਕ ਹੈ, ਜੇ ਤੂੰ ਐਂ ਕਰਨ ਲੱਗ ਗਈ ਨਾ ਫਿਰ ਸਾਡਾ ਕੀ ਰੂਪ। ਦੇਖ ਤੂੰ ਹੀ ਤਾਂ ਇੱਕ ਹੈਗੀ, ਤੂੰ ਵੀ ਤਾਂ ਖਾ ਲਾ, ਤੂੰ ਖਾ ਲਈ ਰੋਟੀ। ਮੈਂ ਰੁਕ ਕੇ ਖਾਊਂਗੀ ਬਸ, ਤੇ ਮੈਂ ਕਿਹੜਾ ਸਾਰੀ ਖਾ ਲੈਣੀ ਹੈ, ਤੂੰ ਵੀ ਖਾ ਲਾ। ਕੋਈ ਗੱਲ ਨੀ, ਮੈਂ ਵੀ ਖਾ ਲੂੰਗੀ, ਤੂੰ ਖਾ ਲਈ ਨਾ ਤੂੰ ਸਮਝ, ਮੈਂ ਵੀ ਖਾ ਲਈ। ਲੈ ਫੜ ਨਾਲੇ ਵੀਰੇ ਨੇ ਰੋਟੀ ਖਾ ਲਈ। ਪਤਾ ਨੀ ਤੁਸੀਂ ਫੜਾਈ ਨੀ ਹੈਗੀ। ਨਹੀਂ ਮੈਨੂੰ ਲੱਗਦਾ ਅਮਨ ਨੇ ਫੜਾਈ ਹੋਣੀ ਆ, ਮੈਨੂੰ ਤਾਂ ਅੱਜ ਦਿਖੇ ਨੀ ਵੀਰਾ, ਪਤਾ ਨੀ ਕਿੱਧਰ, ਉਹ ਵੀ ਟੈਨਸ਼ਨ ਲਈ ਬੈਠੇ ਆ ਵਿਚਾਰੇ। ਲੈ ਫੜ। ਰਵੀ ਕਿੱਥੇ ਗਿਆ? ਕੁਛ ਨੀ, ਉਹ ਦਹੀਂ ਲੈਣ ਤੋਰਿਆ, ਅੱਜ ਦਹੀਂ ਹੈ ਨੀ ਸੀ, ਮੰਮੀ ਜੀ ਨੇ ਖਾ ਲਈ। ਲੈ ਭਾਬੀ ਲਿਆਂਦੀ ਲਿਓ। ਪਾਗਲੇ ਜੇ ਕੁਛ ਖਾਏਗੀ ਨਾ ਫੇਰ ਹੀ ਠੀਕ ਹੋਏਗੀ, ਉਹਦੀ ਕੀ ਗੱਲ ਹੈ। ਮੈਨੂੰ ਲੱਗਦਾ ਨਾ ਤੁਸੀਂ ਮੈਨੂੰ ਆਈ ਮੋਟੀ ਕਰ ਦੇਣਾ ਬੈਠੀ ਬੈਠੀ। ਕਿਧਰੇ ਨੀ ਤੂੰ ਮੋਟੀ ਹੁੰਦੀ। ਲੈ ਫੜ ਫਟਾਫਟ ਰੋਟੀ ਖਾ। ਆਹਾ ਵਧੀਆ ਕੰਮ ਚੱਲ ਰਿਹਾ, ਬੜੀ ਸੇਵਾ ਹੋ ਰਹੀ ਹੈ ਮਹਾਰਾਣੀ ਦੀ। ਕੀ ਗੱਲ ਹੋ ਗਈ ਮੰਮੀ ਜੀ, ਲੱਸੀ ਵਾਲੀ ਕੀ ਗੱਲ ਹੈ, ਵਿਚਾਰੀ ਦਾ ਹੱਥ ਦੁਖਦਾ ਹੈਗਾ। ਹੱਥ ਦੁਖਦਾ ਹੈਗਾ, ਕਿਸੇ ਨੇ ਕਿਹਾ ਸੀ ਇਹਨੂੰ?
ਮੰਮੀ ਜੀ ਇਹ ਕਿਸੇ ਦੇ ਬਸ ਥੋੜੀ ਨਾ ਹੁੰਦਾ। ਪਾਲੀ ਬਸ ਰਹਿਣ ਦੇ, ਤੂੰ ਵੀ ਨਾ ਇੰਨੀ ਬਾਈ ਸੇਵਾ ਜੀ ਕਰਿਆ ਕਰੇ ਦੀ। ਮੰਮੀ ਮੈਂ ਤੁਸੀਂ ਦੀਦੀ ਨੂੰ ਕਿਉਂ ਗੁੱਸੇ ਹੁੰਦੇ ਹੋਗੇ? ਮੰਮੀ ਜੀ ਉੱਪਰੋਂ ਤਾਂ ਇਹਦੇ 60 ਵੱਜੀ ਆ, ਉੱਪਰੋਂ ਇਹ ਭੁੱਖੀ ਰਹੂਗੀ, ਤੁਹਾਨੂੰ ਕਿਵੇਂ ਚੈਨ ਆਜੂ? ਇਹ ਉਹੀ ਹੈਗੀ ਕੰਮੋ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਸੀਗੇ। ਹਾਂ ਕਰਦੀ ਸੀਗੀ ਪਰ ਹੁਣ ਨੀ, ਹੁਣ ਤਾਂ ਮੇਰੇ ਅੱਖਾਂ 'ਚ ਰੜਕਦੀ ਹੈ ਇਹ। ਮੰਮੀ ਜੀ ਤੁਸੀਂ ਇਹ ਠੀਕ ਨਹੀਂ ਕਰ ਰਹੇ। ਅੱਛਾ ਨਾਲ ਦਹੀਂ ਵੀ ਮੰਗਾ ਰੱਖੀ ਆ ਹੈਂ? ਕੋਈ ਨਾ ਮੰਮੀ ਜੀ, ਡਾਕਟਰ ਨੇ ਕਿਹਾ ਨਾ ਵੀ ਇਹਨੂੰ ਜ਼ਿਆਦਾ ਸਟਰੋਂਗ ਚੀਜ਼ਾਂ ਦੀ ਲੋੜ ਆ, ਨਾਲੇ ਵੈਸੇ ਵੀ ਠੰਡੀ ਦੇ ਗਰਮ ਦਵਾਈਆਂ ਖਾਂਦੀ ਆ ਵਿਚਾਰੀ। ਡਾਕਟਰ ਤਾਂ ਬਹੁਤ ਕੁਛ ਕਹਿੰਦਾ ਹੁੰਦਾ ਹੈਗਾ, ਉਹਨਾਂ ਦੇ ਮਗਰ ਲੱਗ ਕੇ ਤੁਰ ਪੋ, ਆ ਡਰਾਮੇ ਜਿਹੇ ਨਾ ਕਰਿਆ ਕਰ। ਮੰਮੀ ਜੀ ਪਲੀਜ਼ ਤੁਸੀਂ ਐਂ ਨਾ ਕਰਿਆ ਕਰੋ, ਰੱਬ ਨਾ ਕਰੇ ਕੱਲ ਨੂੰ ਤੁਹਾਨੂੰ ਕੁਛ ਹੋ ਜੇ, ਤੁਹਾਡੇ ਨਾਲ ਕੋਈ ਐਂ ਕਰੇ, ਫਿਰ ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ? ਆਹੋ ਮੈਨੂੰ ਕਰ ਦਿਓ ਜਿਹੜਾ ਕੁਛ ਕਰਨਾ ਹੁਣ। ਮੰਮੀ ਜੀ ਪਲੀਜ਼ ਚੱਲ ਜਾਓ, ਇਹਨੂੰ ਰੋਟੀ ਖਾ ਲੈਣ ਦਿਓ ਵਿਚਾਰੀ ਨੂੰ। ਹਾਂ ਖਵਾ ਦੇ ਰੋਟੀ ਇਹਨੂੰ ਮਹਾਰਾਣੀ ਨੂੰ, ਕੰਮ ਨਾ ਕਰਿਓ ਤੁਸੀਂ, ਇਹਦੀ ਸੇਵਾ 'ਤੇ ਜੁਟੀਆਂ ਰਿਹਾ ਕਰੋ। ਦੇਖਿਆ ਪਾਲੀ, ਉਹੀ ਮਾਂ ਏ ਜਿਹੜਾ ਹਰ ਟਾਈਮ ਮੇਰੀ ਰੋਟੀ ਦੀ ਫਿਕਰ ਕਰਦੀ ਰਹਿੰਦੀ ਸੀ ਵੀ ਘਰੋਂ ਰੋਟੀ ਟਾਈਮ ਨਾਲ ਖਾ ਕੇ ਜਾਇਆ ਕਰ ਅਤੇ ਦੁਪਹਿਰੇ ਵੀ ਖਾਣਾ ਟਾਈਮ ਨਾਲ ਖਾ ਲਿਆ ਕਰ। ਸਹੀ ਗੱਲ ਹੈ, ਪਤਾ ਨਹੀਂ ਕਿਵੇਂ ਇੱਕਦਮ ਹੀ ਇੰਨੀ ਚੇਂਜ ਹੋ ਗਈ। ਚੱਲ ਤੂੰ ਟੈਨਸ਼ਨ ਨਾ ਲੈ ਯਾਰ, ਦੇਖ ਮੇਰੀ ਗੱਲ ਸੁਣ, ਅਗਰ ਤੂੰ ਇੱਦਾਂ ਸੋਚਣ ਲੱਗ ਗਈ ਨਾ ਪਰ ਫਿਰ ਸਾਡਾ ਕੀ ਬਣੂ? ਨਾਲੇ ਵੀ ਕੀ ਹੋ ਗਿਆ? ਕੁਛ ਨਹੀਂ ਕੁਛ ਨਹੀਂ ਬਸ ਵੀਰ ਜੀ। ਕੀ ਗੱਲ ਹੋ ਗਈ ਪਾਲਾ, ਟੈਨ ਨਹੀਂ ਕਰੀ ਜਾਂਦੀ ਇਹ? ਫਿਰ ਸੋਨੂੰ ਪਤਾ ਹੀ ਆ ਵੀਰ ਜੀ, ਮਾਂ ਨੂੰ ਕੌਣ ਸਮਝਾਵੇ ਹੁਣ? ਜਿਹੜੀਆਂ ਗੱਲਾਂ ਤੂੰ ਸੋਚਦੀ ਨਾ ਕੰਮ ਉਹ ਤਾਂ ਮੈਨੂੰ ਪਤਾ ਹੀ ਆ, ਤੂੰ ਇਹ ਗੱਲ ਸੋਚਦੀ ਮਾਂ ਮੈਨੂੰ ਪਹਿਲਾਂ ਪਿਆਰ ਕਰਦੀ ਹੁਣ ਕਦੋਂ ਨੀ ਕਰਦੀ, ਉਹ ਤੇਰੇ ਪੈਸਿਆਂ ਨੂੰ ਪਿਆਰ ਕਰਦੀ ਸੀ, ਹੁਣ ਉਹਦੀ 70,000 ਰੁਪਏ ਤਨਖਾਹ ਨੀ ਆਉਂਦੀ, ਮੈਂ ਇੱਥੋਂ ਪੁੱਛ ਸਾਰੀਆਂ ਗੱਲਾਂ, ਤੂੰ ਉਹਦੀ ਗੱਲਾਂ ਦਿਨ ਤੇਰਾ ਲਾਇਆ ਕਰ, ਕੋਈ ਗੱਲ ਨੀ ਜਿਵੇਂ ਕਰਦੀ ਹੈ ਕਰੀ ਜਾਣ ਦੇ, ਜਦੋਂ ਮੈਂ ਤੇਰੇ ਨਾਲ ਤਾਂ ਇਨੋਗ੍ਰੇਸ਼ਨ। ਹਾਂ ਇਹੀ ਗੱਲ ਤੈਨੂੰ ਮੈਂ ਸਮਝਾਈ ਆ, ਜਦੋਂ ਵੀਰ ਜੀ ਤੇਰੇ ਨਾਲ ਨੇ ਤੈਨੂੰ ਕੀ ਲੋੜ ਹੈ ਮੰਮੀ ਦੀ ਗੱਲਾਂ ਦੀ ਟੈਨਸ਼ਨ ਲੈਣ ਦੀ? ਜੇ ਤੇਥੋਂ ਮੈਂ ਕਿਸੇ ਗੱਲ ਤੋਂ ਪਾਸਾ ਵੱਟਾ ਫੇਰਦਾ ਹੁੰਦਾਗਾ। ਵੀਰ ਜੀ ਤੁਸੀਂ ਰੋਟੀ ਖਾ ਲਈ? ਨਾ ਨਾ ਮੈਂ ਤਾਂ ਖਾ ਲੂੰਗਾ, ਕੋਈ ਗੱਲ ਨਹੀਂ, ਇਸ ਨੂੰ ਖਵਾ ਦੇ, ਇਸ ਮੈਂ ਤਾਂ ਰੋਟੀ ਖਵਾਉਣੀ ਆ, ਚੱਲ ਵਧੀਆ ਤੂੰ ਖਵਾ ਦੇ ਇਹਨੂੰ ਰੋਟੀ। ਕੋਈ ਨਾ ਵੀਰ ਜੀ, ਜਿੰਨਾ ਟਾਈਮ ਮੈਂ ਇਹਦੇ ਕੋਲ ਨਾ ਤੁਸੀਂ ਦੀ ਟੈਨਸ਼ਨ ਨਾ ਲਓ, ਮੈਂ ਤੇ ਅਮਨ ਦਾ ਪੂਰਾ ਖਿਆਲ ਰੱਖਾਂਗੇ। ਤਾਂ ਬਾੜੀ ਖੁਸ਼ੀ ਮਿਲਦੀ ਹੈ ਦੇਖ ਸਾਡਾ ਭਰਾਵਾਂ ਦਾ, ਤੇ ਤੁਹਾਡਾ ਵੀ ਦੇਖ ਭੈਣਾਂ ਮੈਨੂੰ ਪਿਆਰ ਰੱਖਦੇ ਆ, ਹੋਰ ਕੀ ਹੈ, ਜਿਹੜੇ ਘਰੇ ਐਂ ਪਿਆਰ ਹੋਵੇ ਨਾ ਉਹੀ ਘਰ ਚੱਲਦੇ ਆ ਤੇ ਉਹੀ ਵੱਸਦੇ ਆ, ਪਰ ਪਤਾ ਨਹੀਂ ਮੇਰੀ ਮਾਂ ਨੂੰ ਕੀ ਹੋਇਆ, ਉਹ ਇਹ ਗੱਲ ਕਦੋਂ ਨਹੀਂ ਸਮਝਦੀ। ਓਹੋ ਛੱਡੋ, ਕਿਉਂ ਮੰਮੀ ਦਾ ਕਸੂਰ ਕੱਢੀ ਜਾਂਦੇ ਹੋ? ਕੋਈ ਗੱਲ ਨਹੀਂ, ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਤੇ ਆ ਜਾਂਦੀ ਹੈ ਗੱਲ। ਮਾਂ ਨਹੀਂ ਮਾੜੀ ਹੁੰਦੀ, ਮਾਂ ਦੀ ਸੋਚ ਮਾੜੀ ਆ ਉਹਦੀ, ਕੀ ਕੀਤਾ ਜਾਵੇ, ਹੁਣ ਤਾਂ ਪੈਸੇ ਚਾਹੀਦੇ ਗੱਲੇ, ਮੈਂ ਇਹਦੇ ਕੋਲ ਆ ਜਾਣਾ, ਮੈਂ ਬਟੋਰ ਲੈ ਕੇ ਤਨਖਾਹ ਫੜ ਲਿਆ ਕਰ, ਹੁਣ ਜੇ ਤੇਰੇ 60 ਵੱਜੀ ਆ ਤੂੰ ਕਹਿੰਦਾ ਜਾਣ ਮੁੱਝ ਕੇ ਮਰਵਾਈ ਆ, ਉਹਦਾ ਹੱਕ ਬਣਦਾ ਤੇਰੇ ਨਾਲ ਖੜਨ ਦਾ, ਤੈਨੂੰ ਕਿੰਨੀ ਨਾਲ ਤੂੰ ਛੇਤੀ ਠੀਕ ਹੋਏਗੀ, ਇੱਕ ਵਜੇ ਹੁਣ ਤੇਰੇ 60 ਵੱਜੀ ਆ, ਇੱਕੋ ਧੋ ਲੱਗ ਜਾਂਦੀ ਆ, ਦੁੱਖ ਤਾਂ ਆਉਂਦਾ ਹੀ ਆ ਨਾ। ਚਲੋ ਛੱਡੋ ਕੋਈ ਗੱਲ ਨਹੀਂ, ਕੋਈ ਨਾ ਵੀਰ ਜੀ ਆਪੋ ਆਪਦੀ ਸੋਚ ਹੁੰਦੀ ਹੈ, ਮੰਮੀ ਦੀ ਸੋਚ ਹੀ ਇਦਾਂ ਦੀ ਹੈ। ਅੱਜ ਇਹਦੇ 60 ਵਜੇ, ਰੱਬ ਨਾ ਕਰੇ ਕੱਲ ਨੂੰ ਤੈਨੂੰ ਕੁਛ ਹੋ ਜੇ ਫਿਰ ਤੈਨੂੰ ਵੀ ਐਂ ਕਰੂਗੀ ਉਹ, ਇਹ ਗੱਲਾਂ ਠੀਕ ਨਹੀਂ ਹੁੰਦੀਆਂ। ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ? ਉਹ ਬੈਠ ਸਮਝਾਉਣ ਵਾਸਤੇ ਗੱਲ ਕਹਿਣਾਗਾ। ਤੁਸੀਂ ਕੋਈ ਗੱਲ ਨਹੀਂ ਵੀਰ ਜੀ, ਆਰਾਮ ਕਰੋ, ਮੈਂ ਹੈਗੀ ਆ ਇਹਦੇ ਕੋਲ, ਖਿਆਲ ਰੱਖਾਂਗੀ। ਸੁਣ ਲਿਆ, ਤੈਨੂੰ ਕੀ ਦੱਸਣ ਦੀ ਲੋੜ ਸੀਗੀ? ਨਹੀਂ ਨਹੀਂ ਕੰਮੋ, ਜਿਨ੍ਹਾਂ ਨੇ ਮੰਮੀ ਨੂੰ ਕੁਛ ਕਿਹਾ ਉਹਨੇ ਪੱਕਾ ਕਹਿਣਾ ਵੀ ਕੰਮੋ ਨੇ ਕੁਛ ਕਿਹਾ ਹੋਣਾਗਾ ਤਾਂ ਬੋਲਦਾ ਪਿਆ। ਮੇਰੀ ਗੱਲ ਸੁਣੋ, ਬੰਦਿਆਂ ਨੂੰ ਸਾਰੀ ਗੱਲ ਪਤਾ ਹੁੰਦਾ,
ਤੈਨੂੰ ਕੀ ਲੱਗਦਾ ਵੀਰ ਜੀ ਨੂੰ ਕੁਛ ਪਤਾ ਨੀ, ਇਹਨੂੰ ਸਾਰੀ ਗੱਲ ਦੀ ਸਮਝ ਹੈ। ਚੱਲ ਕੋਈ ਨਾ, ਮੈਂ ਤਾਂ ਇਹੀ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਨਾ ਸਭ ਕੁਛ ਠੀਕ ਕਰ ਦੇ। ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ, ਲੈ ਮੈਂ ਕੋਈ ਉਹ ਨਹੀਂ ਕਰਾਇਆ, ਰਾਬਟਰ ਨਹੀਂ ਲਿਖਾਈ, ਲੈਣ ਨਹੀਂ ਦੇਣ ਨੇ, ਅੱਗੇ ਤੁਹਾਡੇ ਘਰ ਆਉਣਾ ਗੱਲ, ਸਮਝ ਨਹੀਂ ਆਉਂਦੀ ਕੀ ਗੱਲ ਹੋ ਗਈ ਇਹ ਜੀ, ਘਨਾ ਕੇ ਦੱਸ ਦਾਂਗਾ। ਚੱਲ ਪਤਾ ਲੱਗ ਜੀ, ਤੂੰ ਦੱਸੋ ਕੀ ਗੱਲਬਾਤ ਬਣ ਗਈ। ਹੁਣ ਇਹ ਤਾਂ ਵੀ ਅਣਚਾਣਕ ਗੱਲ ਹੋ ਜਾਂਦੀ, ਹੋ ਜਾਂਦੀ ਕਈ ਵਾਰੀ, ਕਿਹੜਾ ਕੋਈ ਕਿਸੇ ਨੇ ਜਾਣ ਬੁੱਝ ਕੇ ਕਰਿਆ ਗਾ। ਮੇਰੀ ਡਿਊਟੀ ਨਵੀਂ ਲੱਗੀ ਨਾ ਜੀ, ਮੈਂ ਪਹਿਲੀ ਵਾਰ ਆਇਆ ਇੱਥੇ। ਮੈਂ ਤੁਹਾਨੂੰ ਆ ਜਿਹੜਾ ਤੁਹਾਡਾ ਐਕਸੀਡੈਂਟ ਨਹੀਂ ਸੀ ਹੋਇਆ ਜੀ? ਅੱਛਾ, ਰਹਿੰਦੀ ਤਾਂ ਜੀ ਆਇਆ ਜੀ, ਹੁਣ ਮੇਰੀ ਗੱਲ ਸਮਝੋ, ਜਿੰਨਾ ਚਿਰ ਫਾਈਲ ਬੰਦ ਨਹੀਂ ਹੁੰਦੀ ਉਹਨਾਂ ਚਿਰ ਤਾਂ ਸਾਨੂੰ ਪੁੱਛ ਕੇ ਚੱਲੀ ਜਾਓ ਤੁਹਾਡੀ। ਹੁਣ ਆਏ ਜੀ, ਮੈਂ ਤਾਂ ਕਹਿੰਦਾ ਇਹਨੂੰ ਬੰਦ ਕਰੋ, ਮੈਂ ਉਹਨਾਂ ਨੇ ਕੋਈ ਜਾਣ ਬੁੱਝ ਕੇ ਤਾਂ ਕਰਿਆ ਨੀਗਾ, ਆਪਾਂ ਇਵੇਂ ਕਿਸੇ ਭੈਣ ਭਰਾ ਨੂੰ ਉਹ ਕਰਾਂਗੇ ਅੰਦਰ, ਮੈਨੂੰ ਤਾਂ ਕੁਛ ਮਿਲਦਾ ਨੀਗਾ, ਜਾਂ ਕਿਸੇ ਨੂੰ ਪੈਸਿਆਂ ਦਾ ਲਾਲਚ ਹੁੰਦਾ। ਪਰਮਾਤਮਾ ਨੇ ਆਪਾਂ ਨੂੰ ਤਾਂ ਕਹਿੰਦੇ ਹੁੰਦੇ ਆ ਬਹੁਤ ਕੁਛ ਦਿੱਤਾ ਗਾ, ਮੈਨੂੰ ਵਿਚਾਰਿਆਂ ਨੂੰ ਲੈ ਕੇ ਦੋ ਪੈਸੇ ਕੀ ਹੋ ਜਾਣਗੇ। ਮੇਰੇ ਕੋਲ ਕੱਲ੍ਹ ਵੀ ਫੋਨ ਆਇਆ ਸੀਗਾ, ਉਹ ਕਹਿੰਦੇ ਵੀ ਸਾਥੋਂ ਸਾਡੇ ਨਾਲ ਮਿਲ ਲਾ, 2 ਲੱਖ ਰੁਪਏ ਨੂੰ ਦੇ ਦਿਆਂਗੇ। ਮੈਂ ਨਾ ਮੈਨੂੰ ਪੈਸੇ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਉਹ ਹੀ ਸਮਝੌਤਾ ਕਰ ਲੂੰਗਾ। ਉਹ ਬਾਈ ਜੀ ਤੁਸੀਂ ਗੱਲ ਨਹੀਂ ਸਮਝਦੇ। ਹਾਂਜੀ ਹਾਂਜੀ, ਅੱਜ ਕੱਲ੍ਹ ਸਮਾਂ ਨਹੀਂ ਹੈਗਾ, ਅੱਜ ਕੱਲ੍ਹ ਤਾਂ ਲੋਕ ਖੁੰਦਕਾ ਕੱਢਣ ਲੱਗ ਜਾਂਦੇ ਨੇ। ਵੀ ਗੱਲ ਸੁਣੋ, ਤੁਹਾਡੀਆਂ ਤਿੰਨ ਵੋਟੀਆਂ ਨੇ, ਹਾਂਜੀ, ਤਿੰਨੇ ਜਣੀਆਂ ਨੌਕਰੀ ਤੇ ਨੇ, ਹਾਂਜੀ, ਅਗਲੇ ਨੂੰ ਐਂ ਹੋ ਗਿਆ ਵੀ ਇਹਨਾਂ ਦਾ ਘਰ ਖਤਮ ਕਰ ਦਈਏ, ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਬਾਈ ਜੀ। ਉਹ ਚਲੋ ਮੈਂ ਤੁਹਾਡੇ ਮੰਗ ਲਈ ਚੱਲ ਪਿਆ, ਤੁਹਾਡੀ ਮੰਨ ਲਈ ਵੀ ਜਾਣ ਕੇ ਕਿਸੇ ਨੇ ਜਾਣ ਕੇ ਖੁੰਦਕ ਕੱਢੀ ਹੈ, ਪਰ ਮੈਂ ਤਾਂ ਨਾ ਪਰਮਾਤਮਾ 'ਤੇ ਵਿਸ਼ਵਾਸ ਰੱਖਦਾ। ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਐਂ ਚੰਗਾ ਲੱਗਦਾ ਤਾਂ ਐਂ ਸਹੀ, ਪਰ ਮੈਨੂੰ ਤਾਂ ਫਿਰ ਵੀ ਐਂ ਚੰਗਾ ਲੱਗਦਾ ਗਾ ਵੀ ਮੈਂ ਕਿਸੇ 'ਤੇ ਮਾੜਾ ਨਹੀਂ ਕਰਦਾ। ਕੋਈ ਗੱਲ ਨਹੀਂ, ਮੇਰਾ ਤਾਂ ਹੈਗਾ ਪਰਮਾਤਮਾ, ਕੋਈ ਗੱਲ ਨਹੀਂ, ਠੀਕ ਹੋ ਜੂ ਛੇਤੀ। ਉਹ ਤੁਸੀਂ ਤਾਂ ਨਹੀਂ ਮਾੜਾ ਕਰਦੇ ਜੀ, ਆਹ ਤੁਹਾਡੇ ਨਾਲ ਤਾਂ ਮਾੜਾ ਹੋ ਗਿਆ ਨਾ। ਕੋਈ ਗੱਲ ਨਹੀਂ ਜੀ, ਸਾਡੇ ਨਾਲ ਮਾੜਾ ਹੋ ਗਿਆ, ਪਰਮਾਤਮਾ ਕਿਤੇ ਚੰਗਾ ਵੀ ਕਰ ਦੂਗਾ। ਚਲੋ ਵੈਸੇ ਤੁਹਾਡੀ ਸੋਚ ਬਹੁਤ ਵਧੀਆ ਜੀ। ਬਸ ਇਹ ਗੱਲ ਆ, ਮੈਨੂੰ ਕੀ ਮਿਲ ਜੂਗਾ, ਅਗਲਾ ਪੈਸੇ ਲੈ ਲੂੰਗਾ, ਫਿਰ ਮੈਨੂੰ ਪੈਸਿਆਂ ਨਾਲ ਕੀ ਹੋਜੂ, ਉਮਰ ਲੰਘ ਜੂ, ਮੈਂ ਕਿਸੇ 'ਤੇ ਮਾੜਾ ਨਹੀਂ ਕਰਦਾ। ਚਲ ਉਹਨਾਂ ਦੀ ਸੋਚ ਜਿਵੇਂ ਹੈਗੀ ਠੀਕ ਆ, ਪਰ ਇਹ ਤਾਂ ਨਹੀਂ, ਮੇਰੀ ਗੱਲ ਸੁਣ, ਜੇ ਕਿਸੇ ਦੇ ਸਾਡੇ ਘਰ ਪੈਸੇ ਆਉਂਦੇ ਆ ਵੀ ਸਾਡੇ ਹੁਣ ਨੌਕਰੀ 'ਤੇ ਲੱਗੀਆਂ ਗੀਆਂ, ਸਾਡਾ ਇੱਕ ਹੈਗਾ, ਚੰਗੀ ਗੱਲ ਆ ਕਿ ਮਾੜੀ? ਮੈਂ ਤਾਂ ਇਹ ਗੱਲ ਕਹਿਣਾ ਗਾ, ਹੁਣ ਮੈਂ ਘਰਾਂ 'ਚ ਰੌਲੇ ਨਵੇਂ ਲਿਜਾਣਾ, ਜੇ ਪਰਿਵਾਰ ਇੱਕ ਹੋ ਜੂ ਮੈਨੂੰ ਤਾਂ ਖੁਸ਼ੀ ਮਿਲਦੀ ਹੈ, ਜੇ ਮੈਂ ਹੀ ਸਰਪੰਚ ਹੋ ਕੇ ਕਹਿੰਦਾ ਤੁਸੀਂ ਅੱਡ ਹੋ ਜੂ, ਫਿਰ ਮੈਨੂੰ ਕੀ ਮਿਲ ਜੂਗਾ? ਉਹ ਬਾਈ ਜੀ ਅੱਡ ਹੋਣ ਵਾਲੀ ਗੱਲ ਨਹੀਂ ਕਰਦੇ, ਜਿਵੇਂ ਤੁਹਾਡੀ ਇਹਨਾਂ ਦੀ ਡਿਊਟੀ ਹੈ ਨਾ, ਡਿਊਟੀ ਆ, ਅਸੀਂ ਡਿਊਟੀ ਸਮਝ ਕੇ ਆਏ ਇਹਨਾਂ ਨੂੰ। ਚੱਲ ਤੂੰ ਤਾਂ ਡਿਊਟੀ ਸਮਝ ਕੇ ਆਇਆ, ਮੇਰਾ ਤਾਂ ਇੱਕ ਤੈਨੂੰ ਸਮਝਾਉਣ ਦਾ ਫਰਜ਼ ਬਣਦਾ ਵੀ ਖੁਸ਼ੀ ਉੱਥੇ ਹੁੰਦੀ ਹੈ ਜਿੱਥੇ ਏਕਤਾ ਹੋਵੇ, ਇਹ ਤਾਂ ਤੂੰ ਗੱਲ ਮੰਨਦਾ ਨਾ? ਸਹੀ ਹੈ ਜੀ। ਹਾਂ, ਜੇ ਮੈਂ ਹੁਣ ਮੈਂ ਵੀ ਪੈਸੇ ਮਗਰ ਵਗ ਜਾਂ ਅਤੇ ਮੈਂ ਤੈਨੂੰ ਵੀ ਕਹਿੰਦਾ ਜੀ ਮੈਂ ਨਹੀਂ ਨਿਬੇੜਦਾ, ਉਹਨਾਂ ਨੂੰ ਕਹਿੰਦੇ ਬੰਦਾ 4 ਲੱਖ ਦਿਓ ਫਿਰ ਨਿਬੇੜੂੰਗਾ। ਭਾਈ ਜੀ ਤੁਸੀਂ ਤਾਂ ਗੱਲ ਦਾ ਗੁੱਸਾ ਹੀ ਕਰ ਗਏ। ਉਹ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਪੈਸੇ ਮੰਗਰ ਜਾਂਦੇ ਹੋ, ਮੈਂ ਆਪਦੀ ਡਿਊਟੀ ਮੰਗਰ ਜਾਂਦਾ, ਕੱਲ ਨੂੰ ਆ ਕੇ ਕੋਈ ਮੈਨੂੰ ਨਾ ਕਹਦੇ ਵੀ ਤੂੰ ਇਨਕੁਆਇਰੀ ਨਹੀਂ ਕਰੀ। ਆ ਵੀ ਬੰਦ ਕਰਤੀ? ਹਾਂਜੀ, ਬਸ ਕੋਈ ਗੱਲ ਨਹੀਂ, ਤੂੰ ਆਪਦਾ ਫਰਜ਼ ਨਿਭਾ, ਚਲ ਉਹਨਾਂ ਨਾਲ ਆਪਾਂ ਗੱਲਬਾਤ ਕਰ ਲਾਂਗੇ, ਕੋਈ ਗੱਲ ਨਹੀਂ, ਜਿਹੜਾ ਹੋਗਾ ਕਹਿੰਦਾਗੇ ਆਪਾਂ ਰੇਤਾ ਪਾ, ਠੀਕ ਆ? ਪਰ ਅਗਲੇ ਦੀ ਸੋਚ ਜਿਹੜੀ ਹੈਗੀ ਹੈ ਕੋਈ ਗੱਲ ਨਹੀਂ, ਉਹ ਬੈਠਾ ਮੈਂ ਤਾਂ ਪਰਮਾਤਮਾ ਦੇ ਛੱਡ ਦਿੰਦਾ, ਪਰਮਾਤਮਾ ਦੇ ਚੱਲਣ ਵਾਲੇ ਬੰਦੇ ਆਪਾਂ ਤਾਂ। ਸਰਪੰਚ ਸਾਹਿਬ ਜਦੋਂ ਤੁਸੀਂ ਇਹ ਗੱਲਾਂ ਸਾਰੀਆਂ, ਤੁਹਾਨੂੰ ਪਤਾ ਨਾ ਇੱਕ ਵਾਰੀ ਤੁਸੀਂ ਤੁਹਾਨੂੰ ਥਾਣੇ ਆਉਣਾ ਪਊਗਾ ਜੀ। ਕੋਈ ਗੱਲ, ਇੱਕ ਵਾਰੀ ਕਿਉਂ, ਭਾਵੇਂ 2 ਵਾਰੀ ਬੁਲਾ ਲਈ, ਆਪਣਾ ਰੋਜ਼ ਹੀ ਊਂ ਵੀ ਕੜਾ ਆਉਂਦੇ ਨੇਗੇ, ਹੁਣ ਚੱਲ ਆਗਾ ਆ ਜੂ, ਕੋਈ ਗੱਲ ਨਹੀਂ। ਉਹ ਆਏ ਆ ਨਾ ਜੀ, ਜਿਹੜੀ ਦੂਜੀ 'ਤੇ ਰਹਿ ਗਈ, ਫਿਰ ਉਹਨਾਂ ਨੂੰ ਬਹਾ ਕੇ ਤੁਹਾਡਾ ਸਮਝੌਤਾ ਕਰਾ ਦਾਂਗੇ ਨਾ। ਪਰ ਇੱਕ ਗੱਲ ਆ, ਹਾਂਜੀ, ਇੱਕ ਸ਼ਰਤ ਆ, ਆਪਾਂ ਰੁਪਈਆ ਨਹੀਂ ਲੈਣਾ ਉਹਨਾਂ ਤੋਂ। ਉਹ ਜਨਾਬ ਬਸ ਰੁਪਈਆ ਕੌਣ ਮੰਗਦਾ ਜੀ, ਮੈਂ ਨਾ ਮੈਂ ਲੈਣੇ ਨਾ, ਇਹ ਜਿਹੜੀ ਫਾਈਲ ਆ ਨਾ ਜੀ ਇਹ ਬੰਦ ਹੋ ਜੂਗੀ। ਬਸ ਠੀਕ ਹੈ, ਜੇ ਚੱਲਦੀ ਰਹੀ ਮੇਰਾ ਵੀ ਤੁਹਾਡੇ ਘਰ ਆਉਣਾ ਜਾਣਾ ਰਹੂ। ਤੂੰ ਐਂ ਕਰ, ਅੱਜ ਮੈਂ ਦਵਾਈ ਦਵਾ ਕੇ ਲਿਆਉਣਾ ਘਰਦਿਆਂ ਨੂੰ,
ਤੇ ਦਵਾਈ ਦਵਾ ਕੇ ਤੇ ਉਦੋਂ ਟਾਈਮ ਲੱਗ ਕੇ ਸ਼ਾਮ ਨੂੰ ਨਹੀਂ ਸੁਬਾਹ ਤੁਹਾਡੇ ਕੋਲ ਆ ਜਾਊਂ। ਉਹ ਹਾਂ ਜੀ ਭਾਈ ਜੀ, ਮੈਂ ਤਾਂ ਭੁੱਲ ਹੀ ਗਿਆ ਸੀ ਕਿ ਮੈਨੇ ਹੁਣ ਤੁਹਾਡੇ ਘਰ ਦੇ ਹੁਣ ਠੀਕ ਆ ਵਧੀਆ। ਪਰਮਾਤਮਾ ਮਿਹਰ ਕਰੂਗਾ, ਟਾਈਮ ਤਾਂ ਤੈਨੂੰ ਪਤਾ ਇਹ ਚੀਜ਼ 'ਤੇ ਲੱਗਦਾ ਹੁੰਦਾ ਲੱਗਦਾ ਜੀ ਵੀ ਕਹਿੰਦਾ ਲੱਤ ਦਾ ਕੰਮ ਆਗਾ ਹੈ। ਵੈਸੇ ਪਲਸਤਰ ਪਲੁਸਤਰ ਲੱਗਿਆ ਕਿ ਟੁੱਟ ਟੱਟ ਗਈ ਸੀ? ਨਹੀਂ ਪਲਸਤਰ ਹੀ ਲਾਇਆ ਸੀ, ਪਲਸਤਰ ਤਾਂ ਕਿਹਾ ਹੁਣ ਖੋਲ੍ਹਤਾ, ਨਾਲੇ ਕਹਿੰਦੇ ਸੀ ਟੁੱਟ ਗਈ ਇੱਥੇ ਲਿਖਿਆ ਹੋਇਆ। ਓਹੋ ਟੁੱਟੀ ਗਈ ਜੀ, ਪਲਸਤਰ ਟੁੱਟੀ 'ਤੇ ਲੱਗੂਗਾ। ਅੱਛਾ ਜੀ ਅੱਛਾ ਅੱਛਾ, ਦੂਜੀ 'ਤੇ ਤਾਂ ਪਲਸਤਰ ਨਹੀਂ ਲੱਗਦਾ, ਯੂਅਰ ਕਰੈਟ ਆਨ ਦਾ ਮਿਲੇਜ ਗੱਲ ਪੰਜਾਬੀ 'ਚ, ਬਿਲਕੁਲ ਅੰਗਰੇਜ਼ੀ ਆਉਂਦੀ ਨੀਗੀ, ਇਹ ਚੀਜ਼ ਹੁੰਦੀ ਹੈ। ਉਹ ਚਲੋ ਕੋਈ ਗੱਲ ਨਹੀਂ ਜੀ, ਆਪਾਂ ਕਿਹੜਾ ਆਈਲੈਟਸ ਕਰੀ ਜਾਂਦੇ ਹਾਂ, ਆਪਾਂ ਤਾਂ ਬਿਆਨਬਾਜ਼ੀ ਹੁੰਦੀ ਹੈ ਜੀ। ਬਸ ਬਿਆਨਬਾਜ਼ੀ ਤੈਨੂੰ ਮੈਂ ਦੱਸ ਦਾਂਗਾ ਅਤੇ ਤੁਸੀਂ ਆਪਾਂ ਬਸ ਤੁਸੀਂ ਆਪਦਾ ਫਰਜ਼ ਨਿਭਾਓ, ਮੈਂ ਆਪਦਾ ਫਰਜ਼ ਨਿਭਾਈ ਜਾਂਦਾ, ਕੋਈ ਗੱਲ ਨਹੀਂ। ਤੁਸੀਂ ਇੱਕ ਵਾਰੀ ਥਾਣੇ ਆ ਜਾਓ। ਇੱਕ ਵਾਰੀ ਕਿਉਂ, ਮੈਂ ਦੋ ਵਾਰੀ ਆਊਂਗਾ ਜੀ। ਉਹ ਜਨਾਬ ਥਾਣਾ ਤੁਹਾਡੇ ਹੀ ਆ, ਜਦੋਂ ਮਰਜ਼ੀ ਕਿਹੜਾ ਮਾਰੇ। ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਨਾ ਨਾ ਨਾ, ਮੈਂ ਤਾਂ ਨਹੀਂ ਗੁੱਸਾ ਕਰਦਾ, ਗੁੱਸਾ ਕਰਨ ਦੀ ਗੱਲ ਹੀ ਨਹੀਂ ਕੋਈ। ਠੀਕ ਹੈ ਬਾਈ ਜੀ, ਠੀਕ ਹੈ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਓਕੇ ਜੀ, ਓਕੇ ਜੀ, ਲੈ ਪੱਕਾ ਕੋਈ ਦਾਲ ਚਕਾਲਾ ਗਾ, ਇਹ ਉੱਧਰ ਪੈਸੇ ਬਣਾਉਣਗੇ ਪੱਕਾ। ਜਦੋਂ ਮੈਂ ਅਗਲੇ ਤੋਂ ਪੈਸੇ ਨਹੀਂ ਲੈਣੇ, ਤੁਹਾਨੂੰ ਦੱਸ ਕੀ ਆ, ਤੀਜੇ ਦਿਨ ਫਾਈਲ ਜੀ ਲੈ ਕੇ ਦੇਣਗੇ। ਮੈਨੂੰ ਸਾਰੀਆਂ ਗੱਲਾਂ ਦਾ ਪਤਾ ਗਾ, ਕੋਈ ਗੱਲ ਨਹੀਂ, ਮੈਂ ਨਹੀਂ ਕਿਸੇ ਤੋਂ ਰੁਪਈਆ ਲੈਂਦਾ, ਕੋਈ ਗੱਲ ਨਹੀਂ। ਪਰਮਾਤਮਾ ਹੈਗਾ ਸੱਚੇ ਪਾਤਸ਼ਾਹ ਵਾਹਿਗੁਰੂ, ਕੋਈ ਗੱਲ ਨਹੀਂ। ਮੈਨੂੰ ਦੱਸ ਪੈਸੇ ਲੈ ਕੇ ਕੀ ਮਿਲਜੂ, 2 ਲੱਖ ਦੇ ਦੇਣਗੇ, 3 ਦੇ ਦੇਣਗੇ, ਫਿਰ ਮੇਰਾ 3 ਲੱਖ ਉਮਰ ਲੰਘ ਜਾਊਗੀ। ਸਾਰੇ ਆਪਦੇ ਵਰਗੇ ਹੀ ਹੁੰਦੇ ਭੈਣ ਭਾਈ, ਉਹਨਾਂ ਨੇ ਕਿਹੜਾ ਜਾਣ ਕੇ ਮਾਰੀ ਹੈ, ਕੀ ਪਤਾ ਸਾਡੇ ਆਪਦੀ ਗਲਤੀ ਹੋਵੇ, ਇਹ ਭੱਜ ਕੇ ਵੱਗ ਗਈ ਹੋਵੇ, ਉਦੋਂ ਬੱਸ ਆ ਗਈ ਹੋਵੇ, ਉਹ ਵੀ ਗੱਲਾਂ ਸੋਚਣੀਆਂ ਚਾਹੀਦੀਆਂ। ਮੁੜ ਕੇ ਅਗਲੇ ਪੈਸੇ ਲੈ ਕੇ ਮੈਨੂੰ ਕੀ ਹੋਜੂਗਾ। ਚੱਲ ਆਪਾਂ ਦੀ ਦਵਾਈ ਦਵਾ ਕੇ ਲੈ ਗਏ ਅੱਜ। ਤੁਸੀਂ ਬੈਂਕ 'ਚ ਇੱਕ ਵਾਰ ਜਾ ਆਉਂਦੇ, ਉਹ ਕਹਿੰਦੇ ਸੀ ਵੀ ਤੁਸੀਂ ਆ ਜਿਓ, ਕਾਲ ਆਈ ਸੀ ਉਹਨਾਂ ਦੀ, ਉਹਨਾਂ ਨੇ ਤਨਖਾਹ ਪਾਉਣੀ ਆ ਖਾਤੇ ਦੇ ਵਿੱਚ। ਚੱਲ ਕੋਈ ਨਹੀਂ, ਜਾ ਆਵਾਂਗੇ, ਬੈਂਕ ਦਾ ਤਾਂ ਕੋਈ ਚੱਕਰ ਨਹੀਂਗਾ। ਕਿਉਂਕਿ ਛੁੱਟੀਆਂ ਜ਼ਿਆਦਾ ਹੋ ਗਈਆਂ, ਫਿਰ ਉਹਨਾਂ ਨੂੰ ਵੀ ਦੱਸਣਾ ਤਾਂ ਬਣਦਾ ਹੀ ਹੈ ਨਾ। ਚੱਲ ਕੋਈ ਗੱਲ ਨਹੀਂ, ਆਪਾਂ ਤਾਂ ਆਪਦਾ ਕਹਿੰਦੇ ਜਿਹੜਾ ਫਰਜ਼ ਉਹ ਤਾਂ ਨਿਭਾਵਾਂਗੇ। ਕੋਈ ਗੱਲ ਨਹੀਂ, ਮੈਂ ਜਾ ਆਊਂਗਾ, ਬੇਫਿਕਰ ਰਹਿ ਤੂੰ। ਉਹਨੂੰ ਦੱਸਾਂ ਮਾੜਾ ਉਲਟਾ ਫਰਕ ਆ। ਫਰਕ ਤਾਂ ਤੁਹਾਨੂੰ ਵੀ ਪਤਾ ਹੀ ਆ। ਇਹਨੂੰ ਕੀ ਫਰਕ ਪੈਣਾ ਹੈਗਾ, ਇਹਨੂੰ ਹੁਣ ਫਰਕ ਫੁਰਕ ਪੈਂਦਾ। ਆਹ ਦੇਖ, ਇੱਕ ਆਹ ਕੋਲੇ ਰੱਖ ਲਿਆ ਜੇ ਡਿੱਗਣ ਨੂੰ ਮੈਨੂੰ। ਮੰਮੀ ਤੁਸੀਂ ਦੇਖ ਕੇ ਬੈਠ ਜਾਂਦੇ, ਮੈਂ ਪਤਾ ਇਹਨਾਂ ਨੂੰ ਸਾਈਡ ਤੇ ਕਰਕੇ ਰੱਖ ਦਿਆ ਕਰ। ਮਾ ਇੱਥੇ ਪਈ ਕਹਿੰਦੀ ਸਾਈਡ ਨੂੰ ਦੱਸ ਕਿ ਤੂੰ ਇਹਦੇ ਵਿੱਚ ਕਰ ਦੇ, ਤੂੰ ਨਾ ਉਹ ਕਰ ਰਹੀ। ਮੈਂ ਨਾ ਤੈਨੂੰ ਕਿੰਨੇ ਵਾਰ ਕਹਿਤਾ ਪਈ ਵੀ ਇਹਨੂੰ ਘਰੋਂ ਕੱਢ। ਇਹਨੂੰ ਕਿਉਂ ਮੰਮੀ, ਇਹ ਤੁਸੀਂ ਕੀ ਕਹੀ ਜਾਂਦੇ ਹੋ? ਸਹੀ ਕਹਿ ਰਹੀ ਹੈ। ਕਿਉਂ? ਬੜਾ ਮੋਟਾ ਦਿਮਾਗ ਟਿਕਾਣੇ ਤੇ ਹੈਗਾ ਤੁਹਾਡਾ। ਦਿਮਾਗ ਟਿਕਾਣੇ ਤੇ ਹੈ, ਫੇਰ ਹੀ ਕਹਿ ਰਹੀ ਹਾਂ ਤੈਨੂੰ ਮੈਂ। ਇੱਕ ਗੱਲ ਸੁਣ ਮਾਂ ਮੇਰੀ, ਇਹਨੂੰ ਘਰੋਂ ਕੱਢ ਲਾ। ਹੁਣ ਤੱਕ ਤਾਂ ਇਹ ਤਨਖਾਹ ਲਿਆ ਕੇ ਫਿਰਾਉਂਦੀ, ਉਦੋਂ ਚੰਗੀ ਸੀਗੀ, ਹੁਣ ਜੇ ਤਨਖਾਹ ਮਾੜੀ ਆਉਂਦੀ ਨਹੀਂ, ਹੁਣ ਇਹ ਮਾੜੀ ਹੋਊਗੀ। ਫਿਰ ਵੀ ਹੁਣ ਤਨਖਾਹ ਆਈ ਹੈ ਇਹਦੀ। ਤਨਖਾਹ ਆਈ ਹੈ ਜਾਂ ਕੁਛ ਵੀ ਹੈ, ਮੈਂ ਇਹ 'ਚ ਕੁਛ ਲੈਣਾ ਦੇਣਾ ਨਹੀਂ ਹੈਗਾ। ਇਹਨੂੰ ਘਰੋਂ ਕੱਢ, ਮੈਂ ਤੈਨੂੰ ਕਹਿ ਰਿਹਾ ਕਹਿਤਾ। ਮੈਂ ਤਾਂ ਨਹੀਂ ਕੱਢਦਾ ਮਾਂ, ਰਾਜੀ ਲੈ ਕੇ ਪੁੱਛ ਲੈ। ਮੈਂ ਜਾਊਂਗੀ ਕਿੱਥੇ? ਜਿੱਥੇ ਮਰਜ਼ੀ ਜਾ। ਮੇਰਾ ਮਾਂ-ਬਾਪਾ ਹੈ ਨਹੀਂਗਾ, ਭਰਾ ਭਰਜਾਈਆਂ ਤੇ ਕਾਹਦਾ ਜ਼ੋਰ ਹੁੰਦਾਗਾ, ਮੈਂ ਕਿੱਥੇ ਰਹੂੰਗੀ? ਤੁਸੀਂ ਮਾੜਾ ਮੋਟਾ ਤਾਂ ਸੋਚੋ ਮੰਮੀ। ਮੈਂ ਕੁਛ ਨਹੀਂ, ਮੈਨੂੰ ਪਤਾ, ਜਿੱਥੇ ਮਰਜ਼ੀ ਜਾ। ਦੇਖ ਮਾਂ, ਨਾ ਇਹਨੂੰ ਅੱਜ ਭੇਜਾਂ ਨਾ ਕੱਲ੍ਹ ਭੇਜਾਂ। ਅੱਛਾ, ਜੇ ਇਸ ਘਰੋਂ ਇਹ ਜਾਊਗੀ ਤਾਂ ਮੈਂ ਵੀ ਇਹਦੇ ਨਾਲ ਜਾਊਂਗਾ। ਚੱਲ ਫਿਰ ਦੋਨੇ ਜਾ ਵੜੋ, ਡੰਡੀ ਰਗੜੋ। ਮੰਮੀ ਇਦਾਂ ਨਾ ਕਰੋ ਸਾਡੇ ਨਾਲ, ਦੇਖਿਓ। ਚੱਲ ਕੋਈ ਗੱਲ ਨਹੀਂ, ਮੈਂ ਵੀ ਰੋਇਆ ਜਾਂ ਨਾ ਕਰ, ਇੱਕ ਤਾਂ ਮੇਰੇ ਕੋਲੇ ਆ ਤੇਰੇ ਰੋਣ ਨੇ ਤਾਂ ਘਰ ਲੈ ਲਿਆ। ਮੰਮੋ ਤੂੰ ਤਾਂ ਬੋਲ ਹੀ ਨਾ। ਹਾਂ ਮਾਂ, ਤੂੰ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰ, ਜੇ ਤੂੰ ਘਰੋਂ ਕੱਢ ਕੇ ਰਾਜੀ ਜਾ ਨਾ ਸਾਨੂੰ, ਕੋਈ ਗੱਲ ਨਹੀਂ। ਪਰਮਾਤਮਾ ਤਾਂ ਮੇਰੇ ਨਾਲ ਆ, ਕੋਈ ਗੱਲ ਨਹੀਂ। ਜੇ ਤੂੰ ਐਸੇ ਖੁਸ਼ ਆ ਨਾ, ਐਂ ਖੁਸ਼ ਰਹਿ। ਜ਼ਮੀਨ ਮੇਰੇ ਕੋਲੇ ਹੈ, ਮੇਰੇ ਨਾਂ ਆ, ਕੁੱਢ ਨਹੀਂ ਦਿੰਦੀ। ਕੋਈ ਗੱਲ ਨਹੀਂ ਮਾਂ, ਕਹਿੰਦੇ ਜਿਹਦੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ, ਉਹ ਕਿਹੜਾ ਭੁੱਖੇ ਰਹਿੰਦੇ। ਜੇ ਪਰਮਾਤਮਾ ਨੇ ਕਹਿੰਦੇ ਹੁੰਦੇ ਆ 2 ਵਕਤ ਸਾਨੂੰ ਰੋਟੀ ਦੇਣੀ ਆ, ਉਹ ਤਾਂ ਦੇ ਹੀ ਦੇਣੀ ਆ। ਆਹੋ ਆਹੋ, ਇਸੇ ਦੀ ਗੱਲ ਦੇ ਵਿੱਚ ਹਮੇ ਭਰੇਗਾ, ਪਤਾ ਨਹੀਂ ਕੀ ਸਿਰ 'ਚ ਪਾਇਆ ਘੋਲ ਕੇ। ਇਹ ਘੋਲ ਕੇ ਪਾਉਣ ਵਾਲੀ ਕੀ ਗੱਲ ਆ ਮਾਂ, ਮੈਂ ਇਹਨੂੰ ਵਿਆਹ ਕੇ ਲਿਆਏਗਾ, ਕੋਈ ਖਰੀਦ ਕੇ ਤਾਂ ਲਿਆਇਆ ਨਹੀਂਗਾ। ਮਾਲ ਕਰੀ ਜਾਂਦੇ ਤੂੰ। ਆਹੋ, ਮਾਂ ਤਾਂ ਆਪੇ
ਕਮਾਲ ਕਰਦੀ ਹੈ, ਬੋਲਦੀ ਭੈੜੀ ਲੱਗਦੀ ਹੈਗੀ। ਇਹਦੀ ਸੇਵਾ ਰੋਜ ਕਾ ਮਹਾਰਾਣੀ ਦੀ ਕੌਣ ਕਰੇ? ਉਹ ਦੋਨੇ ਤਾਂ ਉਹ ਘਰੇ ਬੈਠੀਆਂ ਨੇਗੀਆਂ। ਲੈ ਉਹ ਤਾਂ ਹੁਣ ਆਪਦੇ ਕੰਮ ਤੇ ਜਾਣਗੇ ਹੀ, ਇਹਦੇ ਕਰਕੇ ਚੱਲ ਨਹੀਂ ਜਾਂਦੀਆਂ ਉਹ ਕੰਮ ਤੇ, ਤੂੰ ਤਾਂ ਹਰ ਕਿਤੇ ਚੜ ਜਾਂਦੀ ਆ। ਆਹੋ ਮੈਂ ਤਾਂ ਆਪੇ ਹਰ ਕਿਤੇ ਚੜ ਜਾਣੀ ਆ ਕੇ ਇਹਨਾਂ ਤੇ, ਇਹਨਾਂ ਨੂੰ ਕਹੋ ਨਾ ਮਹਾਰਾਣੀਆਂ ਨੂੰ। ਮੰਮੀ ਇੰਨਾ ਸੋਹਣਾ ਆਪਣਾ ਵਸਦਾ ਰਸਦਾ ਘਰ, ਤੁਸੀਂ ਕਿਉਂ ਉਜਾੜਨ ਤੇ ਤੁਲੇ ਹੋਏ ਹੋ? ਵਸਦਾ ਰਸਦਾ ਸੀਗਾ, ਹੁਣ ਨਹੀਂ। ਹੁਣ ਵੀ ਵਸਦਾ ਰਸਦਾ ਹੀ ਆ, ਕਿੱਡੀ ਗੱਲ ਹੋ ਗਈ ਜੇ ਇਹਦੇ ਮਾੜੀ ਸੱਟ ਲੱਗ ਗਈ, ਤੇਰੀ ਸੋਚ ਘਰ ਪੱਟੂਗੀ। ਮੇਰੀ ਸੋਚ ਤਾਂ ਆਪੇ ਘਰ ਪੱਟੂ, ਮੈਂ ਬਾਲਣਾ ਤੁਹਾਡੇ ਨਾਲ ਬੋਲਣਾ ਨਹੀਂ ਚਾਹੁੰਦੀ। ਤਿੱਤਰ ਹੋ ਜਾਓ ਹੁਣ ਦੋਨੇ ਇੱਥੋਂ। ਕੋਈ ਗੱਲ ਨਹੀਂ ਮਾਂ, ਜੇ ਤੂੰ ਤਿੱਤਰ ਕਰੀ ਨਾ ਕੋਈ ਗੱਲ ਨਹੀਂ, ਤਿੱਤਰ ਹੋ ਜਾਵਾਂਗੇ। ਮੈਂ ਕਹਿਤਾ ਨਾ ਲੈ ਕੇ ਨਿਕਲ ਜਾਣੂ ਇੱਥੋਂ। ਕੋਈ ਮਾਂ ਗੱਲ ਨਹੀਂ ਮਾਂ, ਤੇਰਾ ਫੈਸਲਾ ਮੈਨੂੰ ਮਨਜ਼ੂਰ ਆ, ਕਿਉਂ ਅੱਜ ਤੱਕ ਮੈਂ ਪਹਿਲਾਂ ਵੀ ਨਹੀਂ ਤੇਰੀ ਟਾਲੀ ਅਤੇ ਅੱਜ ਵੀ ਨਹੀਂ ਟਾਲਦਾ। ਕੋਈ ਗੱਲ ਨਹੀਂ, ਫਿਕਰ ਨਾ ਕਰ ਕੰਮੋ, ਪਰਮਾਤਮਾ ਆਪਣੇ ਨਾਲ ਹੈ ਨਾ ਜੀ। ਇਹਦੇ ਇਹ ਵੀ ਮੈਂ ਤਾਂ ਅੱਜ ਤੱਕ ਮਾਂ ਦੇ ਵਿੱਚ ਹੀ ਪਰਮਾਤਮਾ ਦੇਖਿਆਗਾ, ਪਰ ਮੈਂ ਕਹਿੰਦੇ ਹੁੰਦੇ ਪਰਮਾਤਮਾ ਫੈਸਲਾ ਟਾਲੀ ਦਾ ਨਹੀਂ ਹੁੰਦਾ। ਕੋਈ ਗੱਲ ਨਹੀਂ ਪਰ ਮਾਂ, ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਇੱਦਾਂ ਦਾ ਮਤਰੇਈਆਂ ਵੀ ਨਹੀਂ ਕਰਦੀਆਂ ਜਿਵੇਂ ਤੁਸੀਂ ਕਰਨ ਲੱਗ ਗਏ। ਕੀ ਕੀਤਾ ਮੈਂ? ਸਹੀ ਕਰ ਰਹੀ ਹਾਂ ਮੈਂ। ਬਸ ਮਾਂ ਜਦੋਂ ਤੂੰ ਕਿਹੜਾ ਕਹਿਤਾ ਸੋ ਕਹਿਤਾ, ਬਸ ਸਾਨੂੰ ਮਨਜ਼ੂਰ ਹੈ, ਬਸ ਐਵੇਂ ਲੜਾਈ ਵਾਲੀ ਗੱਲ ਹੀ ਨਹੀਂ ਕੋਈ। ਜਦੋਂ ਲੈ ਜਾ ਮਹਾਰਾਣੀ ਨੂੰ। ਹੋ ਖੜੀ, ਦਵਾਈਆਂ ਨਹੀਂ ਲੋਟ ਆਉਂਦੀਆਂ। ਉਹ ਕੋਈ ਨਹੀਂ, ਭੱਗ ਜਾਵਾਂਗੇ ਜਿੱਥੇ ਪਰਮਾਤਮਾ ਲੈ ਕੇ ਜਾਊਗਾ, ਇੱਧਰ ਆ ਕੇ ਪਹੁੰਚ ਕੇ। ਮਾਂ ਸੋਚ ਲੈ ਇੱਕ ਵਾਰ। ਸੋਚ ਲਿਆ, ਗੱਲਾਂ ਹੀ ਨਾ ਸੁਣਾਓ। ਲੋੜ ਹੀ ਨਹੀਂ ਬੋਲਣ ਦਾ, ਕੰਮੋ ਕਿਉਂ ਬੋਲਦੀ ਤੂੰ? ਉਹਦਾ ਦਿਮਾਗ ਖਰਾਬ ਹੋ ਗਿਆ। ਜਦੋਂ ਬੰਦੇ ਦੀ ਸੋਚ ਖਰਾਬ ਹੋ ਜੇ ਨਾ। ਮਾਂ ਦਾ ਤਾਂ ਆਪੇ ਦਿਮਾਗ ਖਰਾਬ ਹੋ ਗਿਆ। ਮਹਾਰਾਜ ਨੂੰ ਬੁਲਾ, ਬਿਠਾਈ ਰੱਖੋ ਪਲੰਘ ਤੇ। ਚੱਲ ਹੌਲੀ ਹੌਲੀ, ਤੁਸੀਂ ਇੱਕ ਵਾਰ ਗੱਲ ਕਰ ਲੈਂਦੇ ਮੰਮੀ ਨਾਲ। ਕਿਹਦੇ ਨਾਲ ਗੱਲ ਕਰੇਂਗੀ? ਤੁਸੀਂ ਕਿੱਧਰ ਜਾ ਰਹੇ ਹੋ? ਹੁਣ ਤਾਂ ਕੰਮੋ ਦਵਾਈ ਲੈ ਕੇ ਆਏ ਸੀ। ਉਹ ਦਵਾਈ ਤਾਂ ਲੈ ਕੀ ਹੋ ਗਿਆ ਹੁਣ? ਕੀ ਹੈ ਇਹ? ਕਿੱਧਰ ਜਾ ਰਹੇ ਨੇ ਮੰਮੀ? ਮਾਂ ਕਹਿੰਦੀ ਮੈਂ ਭੇਜੇ ਨੇ। ਕਿੱਥੇ ਮੰਮੀ? ਘਰ ਛੱਡਣ ਲਈ। ਘਰ ਛੱਡਣ ਲਈ? ਮੰਮੀ ਕਿਉਂ ਬਾਲਾ ਹੈਰਾਨ ਹੁੰਨੀ ਹੋ? ਕੀ ਗੱਲ? ਚੱਲ ਕੰਮੋ, ਇਹ ਤੁਸੀਂ ਮਜ਼ਾਕ ਜਿਹਾ ਕੀ ਕਰੀ ਜਾਂਦੇ ਹੋ? ਹਾਂ ਮਜ਼ਾਕ ਬਾਲੀ ਹਮਦਰਦੀ ਹੈ ਨਾ, ਚੱਕਰ ਜੁੱਲੀ ਬਿਸਤਰਾ ਨਾਲ ਹੀ ਤੁਸੀਂ ਜਾਓ। ਚਲ ਕੰਮੋ, ਆਪਾਂ ਇਹਨਾਂ ਨੂੰ ਤਾਂ ਨਹੀਂ ਘਰੋਂ ਕਢਾਉਣਾ, ਆਪਣਾ ਜਿਹੜੀ ਜਿਹੜੀ ਬੋਲ ਬਾਲੀਆਂ ਆਈਆਂ ਮੈਂ ਹੱਥ ਨਾ ਰਹੀਆਂ। ਕੰਮੋ ਇੱਕ ਮਿੰਟ ਵੀਰ ਜੀ, ਇੱਕ ਮਿੰਟ ਰੁਕੋ। ਮੰਮੀ ਤੁਸੀਂ ਗਲਤ ਕਰ ਰਹੇ ਹੋ, ਇਹ ਵਿਚਾਰੀ ਹੁਣ ਕਿ ਮੈਂ ਨਾ ਜੇ ਕੁਝ ਕਰ ਰਹੀ ਹਾਂ ਸਹੀ ਕਰ ਰਹੀ ਹਾਂ ਮਣਾ, ਜੇ ਤੁਸੀਂ ਵੀ ਜਾਣਾ ਨਾਲ ਜਾਓ ਇਹਦੇ। ਚਲ ਕੋਈ ਗੱਲ ਨਹੀਂ, ਸੋਰੀ ਅਸੀਂ ਕੁਝ ਨਹੀਂ ਕਰ ਸਕਦੇ ਕੰਮੋ ਹੁਣ। ਕਰਨ ਤਾਂ ਬਾਤ ਕੁਝ ਕਰ ਸਕਦੇ ਹੋ, ਨਾਲ ਜਾ ਵੜੋ। ਜਦੋਂ ਬੰਦੇ ਦੇ ਹਾਲਾਤ ਮਾੜੇ ਹੋਣ ਨਾ, ਹਾਂ ਮੈਨੂੰ ਨਾ ਪਾਰ ਜਸ ਖਾਇਆ ਕਰੋ। ਪਤਾ ਨਹੀਂ ਕੀ ਸਿਰ ਚ ਘੋਲ ਕੇ ਪਾਇਆ ਇਹਨਾਂ ਦੇ ਵੀ ਦੋਨਾਂ ਦੇ, ਮਗਰੇ ਲਾਈ ਫਿਰਦੀ ਇਹਨਾਂ ਨੂੰ ਵੀ। ਮੰਮੀ ਜੀ ਨੇ ਬਹੁਤ ਗਲਤ ਕੀਤਾ, ਵਿਚਾਰੇ ਕਿੱਧਰ ਜਾਣਗੇ ਹੁਣ? ਹਾਂ ਪਾਲੀ, ਉਹਦੀਆਂ ਤਾਂ ਭਰਜਾਈਆਂ ਦਾ ਵੀ ਸਵਾਲ ਹੀ ਹੈਗਾ। ਮੰਮੀ ਜੀ ਕੀ? ਮੰਮੀ ਜੀ, ਮੰਮੀ ਇੱਕ ਬਾਲਾ ਹੀ ਜਾਂਦਾ, ਮੈਨੂੰ ਲੱਗਦਾ ਤੁਹਾਨੂੰ ਵੀ ਨਾ ਦਵਲਣੀਆਂ ਪੈ ਜਾਣ ਹੁਣੇ ਹੁਣ। ਚੁੱਪ ਕਰਕੇ ਅੰਦਰ ਜਾ ਕੇ ਕੰਮ ਕਰ ਲਓ ਕੋਈ। ਠੀਕ ਹੈ ਮੰਮੀ ਜੀ, ਅਸੀਂ ਕਰਦੇ ਹਾਂ। ਬਾਲੀਆਂ ਆਈਆਂ ਹੇਜਣਾ, ਪਤਾ ਨਹੀਂ ਕਿਸ ਸਿਰ ਚ ਪਾਤਾ ਘੋਲ ਕੇ ਦੋਨਾਂ ਦੇ, ਜਿਆਦੇ ਹੇਜ ਮਾਰਦਾ ਇਹਨਾਂ ਨੂੰ। ਚਾਹ ਦੇ ਕੁੱਟ ਲਿਆ ਦਿਓ। ਚਲ ਇਹ ਕਿਹਦਾ ਘਰ? ਇਹ ਤਾਂ ਬਿਲਕੁਲ ਖਾਲੀ ਆ। ਉਹ ਖਾਲੀ ਆ, ਚਲ ਆਪਣਾ ਕਹਿੰਦੇ ਜਿਹੜਾ ਵਕਤ ਆ ਮਾੜਾ ਵਕਤ ਆ ਨਾ,
ਇਸ ਘਰੇ ਨਿਕਲ ਜੂਗਾ, ਕੋਈ ਗੱਲ ਨਹੀਂ। ਫਿਰ ਵੀ ਇਹ ਘਰ ਕਿਹਦਾ ਗਾ? ਓਹੋ, ਇਹ ਆਪਣੀ ਹੈ ਘਰ, ਕਿਸੇ ਦਾ ਨਹੀਂ ਗਾ। ਇਹ ਤਾਂ ਉਦੋਂ ਮੈਂ ਕਿਹੜਾ ਲੈ ਕੇ ਰੱਖਤਾ ਸੀਗਾ, ਕੋਈ ਬੰਦਾ ਸੀਗਾ ਉਹਨੂੰ ਘਰੋਂ ਕੱਢਤਾ ਸੀਗਾ, ਅਤੇ ਉਹਦੇ ਉਹਨੂੰ ਮੈਂ ਲੈ ਕੇ ਦਿੱਤਾ ਸੀ ਘਰ ਇਹ। ਅਤੇ ਇਹ ਦੇਖ ਲਾ, ਜੋ ਕਹਿੰਦੇ ਹੁੰਦੇ ਆ ਆਪਾਂ ਨੂੰ ਕੰਮ ਦੇ ਗਿਆ। ਸਹੀ ਗੱਲ ਹੈ, ਪੁੱਛ ਕੇ ਹੁਣ ਨਾ ਸਮਝ ਆ ਗਈ। ਕਹਿੰਦੇ ਜੇ ਸਮਾਂ ਚੰਗਾ ਤਾਂ ਸਾਰੇ ਆਪਣੇ ਹੁੰਦੇ ਨੇ, ਜੇ ਸਮਾਂ ਨਹੀਂ ਚੰਗਾ ਤਾਂ ਫਿਰ ਕੋਈ ਨਹੀਂ ਸਾਥ ਦਿੰਦਾ। ਉਹ ਕੋਈ ਨਹੀਂ, ਆਪਣਾ ਤਾਂ ਕਹਿੰਦੇ ਹੁੰਦੇ ਪਰਮਾਤਮਾ ਹੀ ਆ, ਪਰਮਾਤਮਾ ਆਪਣਾ ਸਾਥ ਦੇਊਗਾ, ਕਿਉਂ ਨਹੀਂ ਦਿੰਦਾ? ਪਰ ਅੱਜ ਨਹੀਂ ਇਹ ਗੱਲਾਂ ਦੀ ਮੰਮੀ ਨੂੰ ਸਮਝ ਆਉਂਦੀ, ਸਮਾਂ ਪੈਣ 'ਤੇ ਮੰਮੀ ਨੇ ਜ਼ਰੂਰ ਪਛਤਾਉਣਾ ਗਾ। ਕੋਈ ਗੱਲ ਨਹੀਂ, ਮੈਂ ਤਾਂ ਅੱਜ ਤੱਕ ਮਾਂ ਦੀ ਟਾਲੀ ਨਹੀਂ। ਕਹਿੰਦੇ ਹੁੰਦੇ ਮਾਂ ਦੇ ਵਿੱਚ ਪਰਮਾਤਮਾ ਹੁੰਦਾ ਗਾ, ਪਰ ਕੋਈ ਗੱਲ ਨਹੀਂ, ਜਿਵੇਂ ਉਹਨੇ ਕਹਿਤਾ ਆਪਾਂ ਮਨਜ਼ੂਰ ਕਰ ਲਿਆ। ਇਹ ਗੱਲ ਤਾਂ ਮੈਂ ਮੰਨਦੀ ਹਾਂ ਵੀ ਮਾਂ ਦੇ ਵਿੱਚ ਰੱਬ ਵੱਸਦਾ, ਪਰ ਮਾਂ ਨੂੰ ਵੀ ਤਾਂ ਸਮਝਣਾ ਚਾਹੀਦਾ ਨਾ ਵੀ ਜੇ ਤੂੰ ਪੁੱਤ ਅੱਗੋਂ ਬੋਲਦਾ ਨਹੀਂ ਹੈਗਾ ਤਾਂ ਉਹ 'ਤੇ ਇੰਨਾ ਅੱਤਿਆਚਾਰ ਕਰੀ ਜਾਓ। ਉਹ ਚੱਲ ਕੋਈ ਨਹੀਂ, ਜੇ ਮੈਂ ਬੋਲਦਾ ਫਿਰ ਅਗਲਾ ਕਹਿੰਦਾ ਆਪਦੀ ਮਾਂ ਨਾਲ ਲੜਦਾ, ਮੈਂ ਕਹਿੰਦੇ ਹੁੰਦੇ ਮਾਂ ਨਾਲ ਲੜ ਕੇ ਰਾਜ਼ੀ ਨਹੀਂ ਗਾ। ਮੈਨੂੰ ਤਾਂ ਲੱਗਦਾ ਨਾ ਤੁਹਾਡੀ ਸਗੀ ਮਾਂ ਇਹ ਹੈ ਹੀ ਨਹੀਂ ਗੀ। ਉਹ ਚੱਲ ਕੋਈ ਨਹੀਂ, ਜਿਵੇਂ ਉਹਨੂੰ ਚੰਗਾ ਲੱਗਿਆ ਉਹਨੇ ਕਰਤਾ, ਪਰ ਆਪਾਂ ਤਾਂ ਉਹਦੀ ਮਾਂ ਨਾਲ ਹੀ ਇੱਕ, ਬਸ ਕੋਈ ਗੱਲ ਨਹੀਂ। ਪਰ ਇੱਕ ਗੱਲ ਮੈਂ ਤੈਨੂੰ ਕਹਿਣਾ ਗਾ, ਤੂੰ ਹੌਂਸਲਾ ਨਾ ਸੁੱਟ, ਮਾੜਾ ਮਾੜਾ ਰੋਜ਼ ਤੁਰਿਆ ਕਰ, ਛੇਤੀ ਤੂੰ ਸੈੱਟ ਹੋ ਜਾਏਂਗੀ। ਕੋਈ ਗੱਲ ਨਹੀਂ, ਮੈਂ ਇੰਨੀ ਜਲਦੀ ਹਿੰਮਤ ਨਹੀਂ ਹਾਰਦੀ, ਜਿੰਨਾ ਹੋ ਸਕਿਆ ਮੈਂ ਕਰੂੰਗੀ ਆਪਣੇ ਆਪ ਨੂੰ ਸੈੱਟ। ਚਲੋ ਠੀਕ ਹੈ, ਕੋਈ ਗੱਲ ਨਹੀਂ, ਫਿਰ ਤੂੰ ਐਂ ਕਰ ਆਰਾਮ ਕਰ ਲਾ, ਠੀਕ ਹੈ? ਮੈਂ ਕਰਦਾ ਕੋਈ ਖਾਣ ਪੀਣ ਦਾ ਬੰਦੋਬਸਤ, ਠੀਕ ਹੈ? ਠੀਕ, ਇਹ ਵੀ ਵਿਚਾਰੇ ਮੇਰੇ ਨਾਲ ਧੱਕੇ ਖਾਂਦੇ ਫਿਰਦੇ ਆ, ਕਾਸ਼ ਮਾਂ ਬਾਪ ਜਿਉਂਦੇ ਹੁੰਦੇ ਤਾਂ ਉਹਨਾਂ ਕੋਲ ਜਾ ਕੇ ਤਾਂ ਬੈਠ ਜਾਂਦੀ, ਮੈਂ ਤਾਂ ਕਿਸੇ ਨੂੰ ਦੁੱਖ ਵੀ ਨਹੀਂ ਸੁਣਾ ਸਕਦੀ। ਕਹਿੰਦੇ ਮਾਂ ਬਾਪ ਨਾ ਧੀ ਪੁੱਤ ਦੇ ਕੰਡਾ ਵੱਜੇ ਤੋਂ ਭੱਜੇ ਆਉਂਦੇ ਆ, ਪਰ ਮਾਂ ਬਾਪ ਦੇ ਜਾਣ ਮਗਰੋਂ ਪਤਾ ਨਹੀਂ ਕਿੰਨੇ ਕੁ ਦੁੱਖ ਦੇਖ ਲਏ। ਇੱਕ ਦਿਲ ਤਾਂ ਕਰਦਾ ਸੀ ਵੀਰੇ ਨੂੰ ਫੋਨ ਕਰ ਲਾਂ, ਫਿਰ ਭਰਜਾਈਆਂ ਵੀ ਮੂਹਰੋਂ ਕਪੱਤੀਆਂ ਨੇ, ਮੈਂ ਵੀ ਪਾਗਲ ਹਾਂ, ਕਿਹੜੀਆਂ ਗੱਲਾਂ ਸੋਚੀ ਜਾਂਦੀ ਹੈਗੀ। ਜਦੋਂ ਮੇਰਾ ਇਹ ਸਾਥ ਦਿੰਦੇ ਨੇ ਮੈਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ। ਆਪੇ ਬਾਬਾ ਭਲੀ ਕਰੂ। ਮੰਮੀ ਜੀ ਤੁਸੀਂ ਇਹ ਕੀ ਕਰਿਆਗਾ, ਤੁਸੀਂ ਵੱਡੇ ਵੀਰੇ ਨੂੰ ਜਮੀ ਓ ਭੁੱਲ ਗਏ? ਕਿਉਂ, ਹੁਣ ਕੀ ਦੇ ਦਈਏ, ਤੁਹਾਡੇ ਦੋਨਾਂ ਦਾ ਨਾਂ ਅੱਧੋ ਅੱਧ ਕਰਤੀ ਨਾ ਜਮੀਨ। ਫਿਰ ਮੰਮੀ ਉਹੀ ਤਾਂ ਗੱਲ ਹੈ, ਸਾਨੂੰ ਜਮੀਨ ਨਹੀਂ ਚਾਹੀਦੀ, ਸਾਨੂੰ ਵੀਰ ਜੀ ਅਰਗੇ ਚਾਹੀਦੇ ਨੇ। ਤੁਸੀਂ ਉਹਨਾਂ ਦੇ ਬਰਾਬਰ ਹੀ ਉਹਨਾਂ ਦੇ ਨਾਮ ਕਰਵਾਉਣਾ ਸੀਗਾ। ਮੈਂ ਕੁਛ ਨਹੀਂ ਕਰਵਾਉਂਦੀ ਉਹਨਾਂ ਨਾਲ, ਜੇ ਤੁਸੀਂ ਰੱਖਣੇ ਰੱਖੋ, ਨਹੀਂ ਮੈਂ ਤਾਂ ਤੁਹਾਨੂੰ ਵੀ ਉੱਥੇ ਭੇਜਣਾ ਪਊਗਾ। ਮੰਮੀ ਜਿਵੇਂ ਇਹ ਤੁਹਾਡੇ ਪੁੱਤ ਹੈ ਦੋਨੇ, ਉਹ ਵੀ ਤਾਂ ਪੁੱਤ ਹੀ ਹੈ ਨਾ, ਸਮਝਾ ਕੇ ਦੇ ਕਿਉਂ ਕਰਦੇ ਹੋ? ਸਮਝਾਇਆ ਸੀ ਨਾ ਉਹਨੂੰ ਮੈਂ, ਉਹ ਤਾਂ ਦੇ ਘਰ ਦੇ ਬਣ ਕੇ ਬਹਿ ਗਿਆ। ਬੇਬੇ ਹੁਣ ਉਹ ਨਾ ਸਮਝੂਗਾ ਉਹਨੂੰ, ਫਿਰ ਹੋਰ ਕੌਣ ਸਮਝੂਗਾ? ਹੁਣ ਤੂੰ ਵੀ ਬੋਲਣ ਲੱਗ ਗਿਆ। ਬੋਲਣ ਦੀ ਗੱਲ ਨਹੀਂ ਬੇਬੇ, ਜਿੰਨਾ ਹੱਕ ਸਾਡਾ ਨਾ ਉਨਾ ਹੀ ਬਾਈ ਦਾ ਇਸ ਘਰ ਚ। ਜੇ ਮੇਰਾ ਫੈਸਲਾ ਗਲਤ ਲੱਗਦਾ ਨਾ ਤੈਨੂੰ ਤੇ ਤਿੱਤਰ ਹੋ ਜਾਓ ਇੱਥੋਂ। ਮੰਮੀ ਜੀ ਤੁਸੀਂ ਆ ਕੀ ਕਹਿ ਰਹੇ ਹੋ, ਪਹਿਲਾਂ ਵੀਰ ਜੀ ਨੂੰ ਕਰੋ ਕੱਢਦਾ, ਹੁਣ ਤੁਸੀਂ ਸਾਨੂੰ ਵੀ ਧਮਕੀਆਂ ਦੇਣ ਲੱਗ ਗਏ। ਮਾਂ ਸਾਨੂੰ ਵਿਆਹ ਕੇ ਲਿਆਂਦਿਆ ਕਰੋ, ਇਹ ਤੁਹਾਡੇ ਪੁੱਤ ਨੇ, ਤੁਸੀਂ ਐਂ ਕਿਵੇਂ ਕਰ ਸਕਦੇ ਹੋ? ਇਹ ਪੁੱਤ ਨੇ ਪੁੱਤ ਬਣ ਕੇ ਰਹਿਣ, ਫਿਰ ਜੋ ਗੱਲ ਕਹਿੰਦੀ ਮੰਨਣਾ ਨਾ ਉਹ। ਪਾਲੀ ਮੈਨੂੰ ਤਾਂ ਐਂ ਲੱਗਦਾ ਮੰਮੀ ਇੱਥੇ ਇਕੱਲੀ ਰਹਿ ਕੇ ਖੁਸ਼ ਆ। ਆਹੋ ਮਾਂ ਤਾਂ ਇਕੱਲੀ ਆਪੇ ਰਹਿ ਕੇ ਖੁਸ਼ ਹੈ, ਤੁਹਾਨੂੰ ਖੁੱਲ ਖੇਡਾਂ ਮਿਲਣਾ,
ਮੰਮੀ ਜੀ ਜਿਹੜੀ ਗੱਲ ਤੁਹਾਡੇ ਮੰਨਣ ਵਾਲੀ ਅਸੀਂ ਮੰਨਾਂਗੇ, ਪਰ ਆ ਤੁਸੀਂ ਗਲਤ ਕੀਤਾ, ਤੁਸੀਂ ਵੀ ਤਾਂ ਬੋਲੋ ਜੀ ਨਾ ਕੁਛ ਵੀ ਸਾਨੂੰ ਜ਼ਮੀਨ ਦੀ ਲੋੜ ਨੀ ਹੈਗੀ ਜੇ ਵੱਡੇ ਵੀਰ ਜੀ ਨੂੰ ਕੁਛ ਨੀ ਦੇਣ ਲੱਗੇ। ਹਾਂ ਬੇਬੇ, ਅਸੀਂ ਵੀ ਜ਼ਮੀਨ ਕੀ ਕਰਨੀ ਆ ਫਿਰ, ਜਦੋਂ ਉਹਨੀ ਘਰੋਂ ਕੱਢਤਾ ਤੂੰ, ਸਾਰਾ ਕੁਛ ਬਣਾਇਆ ਤਾਂ ਹੋਣੇ ਆ, ਇਸ ਤਾਂ ਪਏ ਰਹਿੰਦੇ ਛੇਤੀ। ਨਾਲੇ ਬੇਬੇ ਮੇਰੀ ਗੱਲ ਸੁਣੋ, ਆ ਲੋਕ ਕੀ ਕਹਿਣਗੇ, ਤੁਹਾਨੂੰ ਪਤਾ ਲੋਕਾਂ ਦੇ ਮੂੰਹ ਨੀ ਫੜੇ ਜਾਂਦੇ, ਇੱਕ ਗੱਲ ਦੇ 100 ਬਣਾਉਣਗੇ। ਲੋਕਾਂ ਦਾ ਤਾਂ ਮੈਨੂੰ ਪਤਾ ਨੀ, ਕੱਚ ਤੁਸੀਂ ਛੱਡਣੀ ਨੀ। ਹਾਂ ਹੁਣ ਤੂੰ ਦੱਸ ਦੇ ਕੀ ਦੱਸਣਾ, ਉਹ ਤਾਂ ਬੋਲ ਪਿਆ। ਫੈਸਲਾ ਬਦਲ ਲੈ, ਕਾਲੀ ਨੀ ਕਰੀਦੀ ਹੁੰਦੀ ਕਦੇ। ਕੀ ਨੀ ਕਾਲੀ ਕਰਿਆ ਕਰਦੇ, ਕਾਲੀ ਦੇ ਫੈਸਲੇ ਗਲਤ ਲੈਤੇ ਜਾਂਦੇ। ਆਹੋ ਗਲਤ ਲੈਤੇ ਜਾਂਦੇ ਨੇ। ਤੇ ਲੋਕ ਕੀ ਕਹਿਣਗੇ ਵੀ ਦੋਨੇ ਛੋਟਿਆਂ ਨੇ ਵੱਡਾ ਘਰੋਂ ਕੱਢਤਾ, ਤੈਨੂੰ ਕਿਸੇ ਨੇ ਨੀ ਕਹਿਣਾ, ਸਾਨੂੰ ਕਹਿਣਗੇ ਵੀ ਜ਼ਮੀਨ ਦੇ ਲਾਲਚ ਚੋਂ ਉਹਨੂੰ ਘਰੋਂ ਕੱਢਤਾ। ਆਹੋ ਕਹਿਣਗੇ ਸੋਨੂੰ, ਪਰ ਬੇਬੇ ਐਂ ਕਹਿ ਦੋ ਨਾ ਸਾਨੂੰ ਜ਼ਿਆਦਾ ਹੈ ਜਾਂਦਾ ਉਹਦਾ। ਬੇਬੇ ਹੇ ਦੀ ਗੱਲ ਨਹੀਂ, ਉਹਨੇ ਸਭ ਕੁਝ ਸਮਝਾਇਆ ਸਾਨੂੰ, ਬਾਪੂ ਤੋਂ ਬਾਅਦ ਉਹਨੇ ਸਾਂਭਿਆ। ਨਾਲੇ ਇਸ ਘਰ ਦਾ ਮੈਂਬਰ ਆ, ਹੇਜ ਕਿਉਂ ਨਾ ਆਵੇ। ਮੈਂ ਨਾ ਉਹਨਾਂ ਨੂੰ ਸਮਝਾਇਆ ਸੀ ਵੀ ਉਹਦਾ ਖੜਾ ਛੱਡ ਦੇ, ਉਹਨੂੰ ਕੋਈ ਹੋਰ ਕੁੜੀ ਜੁੜਦੀ ਨਹੀਂ ਸੀ। ਬੇਬੇ ਮੈਨੂੰ ਐਂ ਦੱਸ, ਉਹਨੂੰ ਵਿਆਹ ਕੇ ਲਿਆਂਦਾ ਆਈ ਤਾਂ ਨਹੀਂ ਲਿਆਂਦਾ ਸੀ ਜਿਹੜਾ ਖੇੜਾ ਛੱਡ ਦੂ ਉਹ? ਤੁਸੀਂ ਗੱਲਾਂ ਕਿਹੋ ਜਿਹੀਆਂ ਕਰਦੇ ਹੋ, ਸਿਆਣੇ ਬਹਿਣੇ ਹੈਗੇ ਤੁਸੀਂ। ਮੰਮੀ ਜੀ ਜੇ ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਫਿਰ ਤੁਸੀਂ ਇਹਨਾਂ ਨੂੰ ਵੀ ਇਹ ਕਿਉਂ ਦੋਗੇ ਵੀ ਇਹਨਾਂ ਨੂੰ ਛੱਡ ਦੋ? ਹਾਂ ਪਾਲੀ ਹੋ ਸਕਦਾ ਕਹੀ ਦਿੰਦੀ, ਫਿਰ ਤਾਂ ਅਸੀਂ ਵਿਆਹ ਕਰਾਉਂਦੀ ਰਹਿ ਜਾਾਂਗੇ ਬੇਬੇ। ਹਾਂ ਵਿਆਹ ਕਰਾਉਂਦੇ ਰਹਿ ਜਾ, ਤੂੰ ਤਾਂ ਕੰਮ ਦਾ ਡੱਕਾ ਤੋੜਨਾ ਨਹੀਂ ਬੋਲਣ ਨੂੰ ਮਰਦੇ ਨੇ। ਮੰਮੀ ਜੀ ਬਹੁਤ ਵਧੀਆ ਕੀਤਾ ਵੀਰ ਜੀ ਨੇ ਜਿਹੜਾ ਉਹਨੇ ਕੰਮੋਂ ਦਾ ਸਾਥ ਨਹੀਂ ਛੱਡਿਆ। ਸਹੀ ਗੱਲ ਆ, ਮੈਨੂੰ ਤਾਂ ਲੱਗਦਾ ਤੁਸੀਂ ਵੀ ਉੱਥੇ ਹੀ ਆਣਾ ਹੋਊਗਾ। ਜਿਹੜਾ ਵੀਰ ਜੀ ਪਤਾ ਨਹੀਂ ਉਹ ਕੀ ਹੈਗਾ, ਪਤਾ ਥੋੜੇ ਸਾਰਿਆਂ ਦੇ ਸਿਰ ਚ ਪੋਲ ਪੋਲ ਕੇ। ਮੰਮੀ ਅਸੀਂ ਤਾਂ ਵਿਗਾਨੀਆਂ ਤਾਂ ਵੀ ਵੀਰ ਜੀ ਦਾ ਕਰਦੀਆਂ, ਆ ਤੇਰਾ ਤਾਂ ਟਿੱਡੋ ਜੰਮਿਆ ਹੋਇਆ ਨਾ, ਤੈਨੂੰ ਪੂਰਾ ਹੇਜ ਨਹੀਂ ਆਉਂਦਾ ਉਹਦਾ। ਮੈਨੂੰ ਤਾਂ ਜਮਾ ਹੇਜ ਨਹੀਂ ਆਉਂਦਾ ਜਦੋਂ ਮੇਰੀ ਗੱਲ ਨਹੀਂ ਮੰਨਦਾ। ਮੰਮੀ ਗੱਲ ਮੰਨਣ ਚ ਹੈ ਕੀ, ਕਿਹੜੀ ਗੱਲ ਨਹੀਂ ਤੁਹਾਡੀ ਮੰਨੀ ਉਹਨੇ? ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਵੀਰ ਜੀ ਉਵੇਂ ਕਰਦੇ ਸੀ, ਫਿਰ ਹੁਣ ਕਿੱਥੇ ਕਮੀ ਰਹਿ ਗਈ? ਕਮੀਆਂ ਹੀ ਕਮੀਆਂ ਨੇ ਉਹਦੇ ਚ, ਜੇ ਕਦੇ ਹੋਵੇ ਕਮੀ ਤਾਂ ਦੱਸਦਾ। ਮੰਮੀ ਜੀ ਤੁਸੀਂ ਗੱਲ ਸੁਣੋ, ਜੇ ਕੰਮੋ ਦੀ ਜਗ੍ਹਾ ਉੱਥੇ ਵੀਰ ਜੀ ਹੁੰਦੇ ਫਿਰ ਕੱਲ ਨੂੰ ਤੁਸੀਂ ਕੰਮੋ ਨੂੰ ਵੀ ਕਹਿੰਦੇ ਵੀ ਤੁਸੀਂ ਛੱਡ ਕੇ ਵਗ ਜਾ। ਐਂ ਕਿਵੇਂ ਛੱਡ ਕੇ ਵਗ ਜਾਦੀ? ਤੇ ਫਿਰ ਹੁਣ ਉਹ ਕਿਵੇਂ ਛੱਡਦੇ ਫਿਰ ਬੇਬੇ ਉਹਨੂੰ? ਤੁਸੀਂ ਮੈਨੂੰ ਬੜਾ ਪਾੜ ਜਾਣਾ ਪੜਾਓ, ਆਪਦੇ ਕੰਮ ਲੱਗ ਜਾਓ। ਬੇਬੇ ਮੜਿਆ ਠੰਡੇ ਦਿਮਾਗ ਨਾਲ ਸੋਚ ਲਾ, ਠੰਡਾ ਦਿਮਾਗ ਹੈ ਰਵੀ, ਬਾਹਰ ਦਿਮਾਗ ਨਾ ਖਾ ਮੇਰਾ। ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੈਨੂੰ ਪਛਤਾਉਣਾ ਪਏ। ਫਿਰ ਪਛਤਾਉਣਾ ਤਾਂ ਪਊਗਾ, ਦੋਨੇ ਘਰ ਇਹ ਖਰਾਬ ਹੋਣਗੇ, ਸੋਚ ਲੈ ਮੰਮੀ। ਜਦੋਂ ਮੈਂ ਪਛਤਾਉਂਗੀ ਨਾ ਦੇਖੀ ਜਾਊ, ਜ਼ਮੀਨ ਤੁਹਾਡੇ ਦੋਨਾਂ ਦਾ ਨਾ ਚੜਾਤੀ, ਆਪਦਾ ਕੰਮ ਕਰੋ। ਕਹਿ ਦੇ ਬਾਈ ਚੰਨੀ ਮੈਂ ਨਹੀਂ ਜ਼ਮੀਨ ਨੂੰ ਰੱਖਦਾ, ਤੂੰ ਰੱਖਣੀ ਫਿਰ ਕੱਲਾ ਰੱਖ ਲਈ ਬਸ, ਜੇ ਬਾਈ ਆਊਗਾ ਫਿਰ ਮੈਂ ਇੱਥੇ ਰਹੂੰਗੀ, ਮੈਂ ਵੀ ਰਹਿੰਦਾ ਬਸ। ਜਿਹਨੂੰ ਮੇਰਾ ਫੈਸਲਾ ਗਲਤ ਲੱਗਦਾ ਨਾ ਤੇ ਉਹ ਵੀ ਜਾ ਸਕਦਾ। ਗੱਲ ਸੁਣ ਲਓ ਕੰਨ ਖੋਲ ਕੇ, ਇਸ ਘਰ ਦੇ ਵਿੱਚ ਉਹੀ ਕੁਛ ਹੋਊਗਾ ਜੋ ਮੈਂ ਚਾਹੁੰਦੀ ਹਾਂ, ਤੁਹਾਡੀ ਮਰਜ਼ੀ ਨਹੀਂ ਚੱਲਦੀ ਜਿੰਨਾ ਚਿਕਰ ਮੈਂ ਜਿਉਣੀ ਹਾਂ ਇੱਥੇ। ਚੱਲ ਠੀਕ ਆ ਬੇਬੇ, ਜਿਵੇਂ ਤੈਨੂੰ ਲੋਟ ਲਾ ਦਵਾਂ। ਗੱਲ ਸੁਣ ਲਓ ਨਾਲੇ। ਹਾਂ ਦੱਸ ਬੇਬੇ। ਵੱਡੇ ਨਾਲ ਕਿਸੇ ਨੇ ਨਹੀਂ ਜਾਣਾ, ਜੇ ਮੈਨੂੰ ਬੋਲਦਾ ਦੇਖ ਗਿਆ ਜਾਂ ਉਧਰ ਜਾਂਦਾ ਦੇਖ ਗਿਆ ਕੋਈ ਤੇ ਸੋਚ ਲਿਓ ਫਿਰ। ਬਸ ਠੀਕ ਆ ਬੇਬੇ, ਚੱਲ ਆ ਹੁਣ ਇਹਨਾਂ ਨੂੰ ਸਪੈਸ਼ਲ ਕਹਿਣਾ ਪਊਗਾ। ਹਾਂ ਬੇਬੇ। ਕਿਵੇਂ ਬੁਲਾਇਆ? ਬੁਲਾਇਆ ਕੰਮ ਹੈ। ਦੱਸ ਬੇਬੇ। ਹਾਂ ਬੇਬੇ ਮਾੜਾ ਮੋਟਾ ਬੋਲਣ ਦੀ ਤਮੀਜ਼ ਲੈ ਲਾ। ਦੱਸੋ ਬੇਬੇ ਜੀ। ਗੱਲ ਸੁਣ ਮੇਰੀ ਤੇ ਤੂੰ ਵੀ ਸੁਣ, ਇੱਕ ਤਾਂ ਊਂ ਢਿੱਲੀ ਰਹਿੰਦੀ ਹੈਗੀ ਤੇ ਤੇਰੇ ਅਜੇ ਤੱਕ ਜਵਾਕ ਹੀ ਨਹੀਂ ਹੁੰਦਾ, ਇੰਨਾ ਚਿਰ ਚ ਨਹੀਂ ਖੁਸ਼ੀ ਦੇ ਸਕੀ, ਹੁਣ ਦਊਗੀ ਉਹ। ਲੈ ਫਿਰ ਬੇਬੇ ਹੁਣ ਉਹ ਚ ਕੀ ਗਲਤੀ ਹੈਗੀ, ਉਹ ਤਾਂ ਹੁਣ ਰੱਬ ਦਾ ਕੀ ਪਤਾ ਕਦੋਂ ਦੇਣਾ ਉਦੋਂ ਦਊਗਾ, ਹੁਣ ਦੱਸ। ਅੱਛਾ ਹੁਣ ਤੂੰ ਸਿਖਾਵੇਂਗਾ ਮੈਨੂੰ? ਹੁਣ ਦਵਾਈਆਂ ਦਵਾਈ ਤਾਂ ਜਾਂਦਾ ਬੇਬੇ, ਦਵਾਈਆਂ ਦਵਾਈ ਜਾਂਦਾ। ਉਹ ਚ ਉਹਦੀ ਕੀ ਗਲਤੀ ਹੈ ਵਿਚਾਰੀ? ਗੱਲ ਸੁਣ ਲੈ ਮੇਰੀ। ਹਾਂ ਘਰੋਂ ਕੱਢ ਦੋ ਦੋਨਾਂ ਨੂੰ। ਲੈ
ਬਥੇਰਾ ਰਿਸ਼ਤਾ ਹੋਜੂ। ਆਈ ਮੈਂ ਉਹਨੂੰ ਕਹੀ ਸੀ ਵੱਡੇ ਨੂੰ, ਉਹਨੇ ਵੀ ਨੀ ਸੁਣੀ, ਹਾਰ ਕੇ ਅੱਕ ਕੇ ਉਹਨੂੰ ਵੀ ਘਰੋਂ ਕੱਢਣਾ ਪਿਆ ਮੈਨੂੰ। ਹੁਣ ਸਾਨੂੰ ਵੀ ਕੱਢ ਦੇਗੀ ਬੇਬੇ ਫਿਰ ਘਰੋਂ? ਉਹਨਾਂ ਨੂੰ ਕੱਢਣਾ ਨੀ ਤੁਸੀਂ? ਅਸੀਂ ਨੀ ਕੱਢਦੇ ਕੁੜਦੇ ਬੇਬੇ ਉਹਨਾਂ ਨੂੰ ਘਰੋਂ, ਹੁਣ ਐ ਥਾਂ ਥਾਂ ਤੇ ਅਸੀਂ ਕਿੱਧਰੋਂ ਵਿਆਹ ਕਰਾਈ ਜਾਵਾਂਗੇ ਵਾਰੀ ਵਾਰੀ। ਹੋਰ ਤੇਰੇ ਤਾਂ ਪਹਿਲੇ 5-7 ਹੋ ਗਏ ਹੋਣਗੇ। ਓ ਏਡੇ ਹੁਣ ਬੇਬੇ ਹੀ ਰਾਜੇ ਆਂਗੇ ਵੀ ਵਾਰੀ ਵਾਰੀ ਵਿਆਹ ਕਰਾਈ ਜਾਵਾਂਗੇ? ਕਰਾਈ ਚਲਾਉਂਗੇ ਨਾ ਹੋਰ ਲੋਕਾਂ ਟਿੱਚਰਾਂ ਕਰਾਈ ਦੀਆਂ। ਓ ਮਾਂ, ਜੇ ਦੂਜਾ ਵਿਆਹ ਕਰਾ ਲਿਆ, ਜੇ ਉਹਦੇ ਨਾਲ ਬੱਚਾ ਹੋਇਆ ਤੇ ਉਹ ਵੀ ਬਿਮਾਰ ਰਹਿੰਦੀ, ਫੇਰ ਫੇਰ ਉਹਨੂੰ ਘਰੋਂ ਕੱਢ ਦੀ? ਫਿਰ ਤਾਂ ਸਾਰੀ ਉਮਰ ਸਾਡੀ ਐਵੇਂ ਵਿਆਹ 'ਚ ਹੀ ਨਿਗਾ ਦੀ ਤੂੰ। ਵਿਆਹ 'ਚ ਨਿਗਾ ਦੀ? ਗੱਲ ਸੁਣ ਲਾ ਮਾਂ, ਨਵਾਉਣੀ ਤੈਨੂੰ ਉਹਨਾਂ ਨਾਲ ਹੀ ਪਊਗੀ। ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ। ਪਰ ਓਕੇ, ਮੈਨੂੰ ਨਹੀਂ ਚੰਗੀਆਂ ਲੱਗਦੀਆਂ। ਪਹਿਲਾਂ ਕਿਵੇਂ ਚੰਗੀਆਂ ਲੱਗਦੀਆਂ ਸੀ? ਪਹਿਲਾਂ ਵੀ ਇੰਨੇ ਸਾਲ ਨਿਗਾ, ਇੰਨਾ ਟਾਈਮ ਹੋ ਗਿਆ ਆਈਆਂ ਨੂੰ। ਹਾਂ, ਇੱਕ ਦੀ ਤਾਂ ਦਵਾਈ ਉਹ ਨਹੀਂ ਪੂਰੀ ਹੁੰਦੀ। ਮਾਂ, ਗਲਤੀ ਤੇਰੀ ਆ ਤੇ ਭੁਗਤਣੀ ਸਾਨੂੰ ਪੈ ਰਹੀ ਆ। ਮੇਰੀ ਕੀ ਗਲਤੀ ਆ? ਫੈਸਲੇ ਤੂੰ ਬਹੁਤ ਗਲਤ ਲੈ ਰਹੀ ਆ। ਸੇਵਾ ਕਰਾਉਣ ਵਾਲੇ ਲੱਛਣ ਵੀ ਹੋਣ, ਫਿਰ ਨੂੰਹਾਂ ਨੂੰ ਮਾਰੀ ਕਿਹਦੇ? ਕਿੰਨੀ ਕੁ ਸੇਵਾ ਕਰਦੇ ਹੋ? ਆ ਜਿੰਨਾ ਚਿਕ ਦੋ ਖੁੱਡਨੇ ਉਹਨਾਂ ਚ ਕੀ ਸੇਵਾ ਮੇਰੀ? ਉਦੋਂ ਬਾਅਦ ਤਾਂ ਕੁੱਤੇ ਬਿੱਲੇ ਨਾਲ ਕਹੋਗੇ ਮੈਨੂੰ। ਹਾਂ ਬੇਬੇ, ਅਜੇ ਤਾਂ ਹੁਣ ਜਮਾਈਏ ਨਹੀਂ ਰਹਿੰਦੇ, ਬਸ ਹੁਣ ਸਾਡੇ ਸਾਰਿਆਂ ਦੇ। ਮਾਂ ਗੱਲ ਸੁਣ ਲੈ, ਅਸੀਂ ਨਹੀਂ ਕੱਢਦੇ ਘਰੋਂ ਬਾਹਰ, ਸਾਡਾ ਫੈਸਲਾ ਇਹੀ ਆ। ਚੱਲ ਆਇਆ ਛੋਟੇ, ਤਾਂ ਉਹਨਾਂ ਨਾਲ ਹੀ ਰਹਾਂਗੇ ਬਸ। ਆਹੋ, ਤੁਸੀਂ ਕਾਹਨੂੰ ਸੁਣਨੀ ਆ ਮਾਂ ਦੀ? ਪਤਾ ਨਹੀਂ ਕਿੰਨਾ ਥੱਲੇ ਲੱਗੇ ਹੋਏ ਨੇ। ਪਾਲੀ, ਮੇਰੀ ਗੱਲ ਸੁਣ ਧਿਆਨ ਨਾਲ। ਕੀ ਹੋ ਗਿਆ, ਤੂੰ ਘਬਰਾਈ ਕਿਉਂ ਇੰਨੀ? ਪਾਲੀ, ਮੈਂ ਨਾ ਹੁਣੇ ਹੁਣ ਸੁਣ ਕੇ ਆਈ ਆ। ਹਾਂ, ਬੇਬੇ ਨਾ ਉਹਨਾਂ ਨੂੰ ਬਹੁਤ ਕੁਛ ਬੋਲ ਰਹੀ ਹੈ, ਕਹਿੰਦੀ ਇੱਕ ਤਾਂ ਬਿਮਾਰ ਰਹਿੰਦੀ ਹੈ, ਇੱਕ ਦੀ ਦਵਾਈ ਨਹੀਂ ਪੂਰੀ ਆਉਂਦੀ, ਤੇ ਇਹਨਾਂ ਨੂੰ ਘਰੋਂ ਕੱਢ ਦਿਓ ਤੇ ਤੁਹਾਡਾ ਮੈਂ ਵਿਆਹ ਆਪੇ ਕਰ ਲੂੰਗੀ। ਅੱਛਾ, ਜਿਵੇਂ ਉਹਨੇ ਕੰਮੋਂ ਤੇ ਵੀਰ ਜੀ ਨਾਲ ਕੀਤਾ, ਹੁਣ ਆਪਣੇ ਨਾਲ ਕਰਨ ਨੂੰ ਫਿਰਦੀ ਆ? ਹਾਂ ਪਾਲੀ। ਦੇਖ ਮੇਰੀ ਗੱਲ ਸੁਣ ਅਮਨ, ਉਹ ਤਾਂ ਚੁੱਪ ਕਰਕੇ ਨਿਕਲ ਗਏ, ਠੀਕ ਹੈ? ਕਿਉਂ? ਕਿਉਂਕਿ ਪਤਾ ਨਹੀਂ ਵੀਰ ਜੀ ਕੀ ਸੋਚ ਕੇ ਚੱਲ ਗਏ, ਵੀ ਮੰਮੀ ਦਾ ਫੈਸਲਾ ਜੋ ਵੀ, ਹੁਣ ਆਪਣੇ ਨਾਲ ਵੀ ਉਹ ਐਂ ਕਰੂ। ਮੇਰੀ ਗੱਲ ਸੁਣ ਅਮਨ, ਜੇ ਆਪਾਂ ਡਰ ਗਏ ਨਾ, ਫਿਰ ਆਪਣੇ ਨਾਲ ਵੀ ਉਹੀ ਕੁਛ ਹੋਣਾ ਜੋ ਵੀਰ ਜੀ ਨਾਲ ਹੋਇਆ। ਸੋ ਜ਼ਮੀਨ ਆਪਣੇ ਨਾਲ ਹੈਗੀ ਵਾ, ਜੇ ਮੰਮੀ ਵਧੀਆ ਰਹਿੰਦੀ ਤਾਂ ਆਪਾਂ ਨੂੰ ਸੰਭਾਲ ਦੇ। ਹਾਂ ਪਾਲੀ, ਪਰ ਮੰਮੀ ਦਾ ਸੁਭਾਅ ਤਾਂ ਬੜਾ ਸਖਤ ਹੈ। ਮੇਰੀ ਗੱਲ ਸੁਣੋ ਹੁਣ, ਜੇ ਉਹ ਆਪਾਂ ਨੂੰ ਨੀਤੀਆਂ ਵਾਂਗੂ ਪਿਆਰ ਕਰਦੀ ਨਾ, ਆਪਾਂ ਨੂੰ ਮਾਂ ਬਣਾ ਕੇ ਰੱਖਦੇ। ਜਦੋਂ ਹੁਣ ਆਪਣੀ ਦੁਸ਼ਮਣ ਬਣ ਗਈ ਨਾ, ਫਿਰ ਆਪਣੀ ਕੁਛ ਨਹੀਂ ਲੱਗੀ। ਚੱਲ, ਉਹ ਆਪਾਂ ਨੂੰ ਘਰੋਂ ਕੱਢਣ ਨੂੰ ਕਹਿੰਦੀ ਹੈ ਨਾ, ਉਦੋਂ ਪਹਿਲਾਂ ਉਹਨੂੰ ਆਪਾਂ ਹੀ ਬਾਹਰੇ ਕੱਢਦੇ ਹਾਂ। ਚੱਲ ਠੀਕ ਹੈ ਪਾਲੀ, ਆਪਣੇ ਕੋਲ ਹੋਰ ਕੋਈ ਰਾਸਤਾ ਵੀ ਨਹੀਂ। ਹਾਂ ਪਾਲੀ, ਤੂੰ ਮੇਰੇ ਨਾਲ ਆ ਨਾ। ਹਾਂ, ਮਨ ਤਾਂ ਕਰਡਾ ਕਰਨਾ ਪਊਗਾ, ਆਖਰ ਨੂੰ ਆਪਣੀ ਜ਼ਿੰਦਗੀ ਦਾ ਸਵਾਲ ਆ। ਅਮਨ, ਮੈਨੂੰ ਪਤਾ ਹੈ ਜਦੋਂ ਇੱਥੇ ਨਹੀਂ ਤੇਰੀ ਪਰਮਾਤਮਾ ਨੇ ਸੁਣੀ, ਅੱਗੇ ਵੀ ਕੀ ਪਤਾ ਸੁਣੂਗਾ ਕਿ ਨਾ। ਰਹਿੰਦੀ ਖੁੰਦੀ ਮੈਂ ਬਿਮਾਰ ਰਹਿਣੀ ਆ, ਪਤਾ ਨਹੀਂ ਕਿੱਥੋਂ ਬਿਮਾਰੀ ਚਿੰਬੜੀ। ਆਪਾਂ ਹੋਰ ਕਿਤੇ, ਆਪਾਂ ਕਿਤੇ ਆਪਣਾ ਕੁਛ ਨਹੀਂ ਹੋਣਾ, ਨਾ ਆਪਣੇ ਘਰਦਿਆਂ ਨੇ ਆਪਾਂ ਨੂੰ ਰੱਖਣਾ। ਪਾਲੀ, ਹੁਣ ਤੂੰ ਮਨ ਕਰਡਾ ਕਰ ਲਾ, ਜਿਹੜਾ ਕੁਛ ਵੀ ਮਨ 'ਚ ਆਊਗਾ ਨਾ, ਬਸ ਬੇਬੇ ਨੂੰ ਉਹੀ ਬੋਲਾਂਗੀਆਂ, ਪੂਰਾ ਮੁਕਾਬਲਾ ਕਰੂੰਗੀ ਬੇਬੇ ਦਾ। ਉਹਨੂੰ ਇੰਨਾ ਟਾਈਮ ਹੋ ਗਿਆ ਸਬਰ ਕਰਦੀਆਂ ਨੂੰ, ਪਰ ਹੁਣ ਨਹੀਂ ਹੁੰਦਾ। ਚੱਲ ਅਮਨ। ਹਾਂ ਚੱਲ ਪਾਲੀ। ਮੰਮੀ ਜੀ। ਹਾਂ ਹਾਂ ਬੋਲੋ। ਆ ਤੁਸੀਂ ਇਹਨਾਂ ਨੂੰ ਕੀ ਸਮਝਾਉਂਦੀਆਂ ਸੀਗੀਆਂ ਥੋੜਾ ਟਾਈਮ ਪਹਿਲਾਂ? ਕਿਹਨਾਂ ਨੂੰ? ਚੰਨੀ ਵਰਗਿਆਂ ਨੂੰ। ਲੈ, ਮੇਰੇ ਮੁੰਡਿਆਂ ਨੂੰ ਮੈਂ ਕੁਛ ਮਰਜ਼ੀ ਸਮਝਾਵਾਂ, ਮੈਂ ਡਰਦੀ ਹਾਂ ਤੁਹਾਤੋਂ। ਕਿਉਂ ਮੰਮੀ? ਮੈਂ ਆਪਦੇ ਕੰਨੀ ਸੁਣਿਆ ਤੁਸੀਂ ਇਹ ਕਹਿ ਰਹੇ ਸੀ ਨਾ ਵੀ ਕੋਈ ਗੱਲ ਨੀ,
ਸੋਡਾ ਮੈਂ ਹੋਰ ਵਿਆਹ ਕਰ ਦੂੰ। ਇੱਕ ਤਾਂ ਬਿਮਾਰ ਰਹਿੰਦੀ ਹੈ, ਇੱਕ ਦਵਾਈ ਖਾਈ ਜਾਂਦੀ ਹੈ। ਕੀ ਗੱਲ ਮੰਮੀ? ਹਾਂ ਮੈਂ ਕਿਹਾ ਮੈਂ ਡਰਦੀ ਹਾਂ ਤੁਹਾਤੋਂ। ਤੇ ਮੰਮੀ ਜੀ ਫਿਰ ਖੜੇ ਹੋ ਕੇ ਸਾਡੀ ਗੱਲ ਸੁਣੋ। ਸੁਣਾਓ। ਠੀਕ ਹੈ ਹੁਣ ਕਰੋ, ਅਸੀਂ ਨਹੀਂ ਜਾਂਦੀਆਂ, ਕਰੋ ਤੁਸੀਂ ਜਾਵੋਗੇ। ਹਾਂ ਮੰਮੀ। ਕਿਉਂ ਮੈਂ ਕਿਉਂ ਜਾਵਾਂਗੀ ਘਰਾਂ? ਸ਼ਾਇਦ ਬੁੜੀਏ ਤੂੰ ਭੁੱਲ ਗਈ ਵੀ ਸਾਰੀ ਜ਼ਮੀਨ ਤੂੰ ਸਾਡੇ ਨਾਲ ਕਰਾ ਦੇ। ਅੱਛਾ ਹੁਣ ਤੁਸੀਂ ਮੈਨੂੰ ਘਰੋਂ ਕੱਢੋਗੀਆਂ ਫਿਰ? ਹਾਂ ਤੇ ਤੈਨੂੰ ਜਾਣਾ ਵੀ ਪਊਗਾ, ਤੁਰਦੀ ਲੱਗ ਹੁਣ ਇੱਥੋਂ। ਇਸ ਤੋਂ ਪਹਿਲਾਂ ਤੂੰ ਸਾਡਾ ਘਰ ਖਰਾਬ ਕਰੇ ਨਾ ਵਗ ਜਾ ਇੱਥੋਂ, ਜਿਹੜਾ ਸਾਨੂੰ ਧੱਕੇ ਮਾਰ ਕੇ ਕੱਢੀਏ। ਚੱਲ ਹੁਣ ਖੜੀ ਕੀ ਕਰਦੀ ਆ ਬੁੜੀਏ? ਬਾਹ ਫੜਾ ਮਨ। ਚੱਲ ਦਫਾ ਹੋ ਇੱਥੋਂ। ਚੱਲ ਅਮਨ, ਜੇ ਜੱਪਾ ਕੁਛ ਨਾ ਕਰਦੇ ਨਾ ਸ਼ਾਇਦ ਉਹਦੀ ਜਗ੍ਹਾ ਜਾਪਾਂ ਹੁੰਦੀਆਂ। ਹਾਂ ਪਾਲੀ, ਆਪਾਂ ਮੰਮੀ ਦੀ ਬਹੁਤ ਰਿਸਪੈਕਟ ਕੀਤੀ ਆ, ਪਰ ਹੁਣ ਆਪਾਂ ਮਜਬੂਰ ਸੀ, ਆਪਾਂ ਕਰ ਵੀ ਕੀ ਸਕਦੀਆਂ। ਬਸ ਜੋ ਆਪਾਂ ਨੇ ਕਰਨਾ ਸੀ ਆਪਾਂ ਕਰਤਾ। ਚੱਲ ਹੁਣ ਆਹ ਦੇਖ ਲਾ, ਜੇ ਮੈਂ ਆਪਦੇ ਮੁੰਡੇ ਨੇ ਐਡੀ ਮਾੜੀ ਕਰੀ ਵੱਡੇ ਨਾਲ, ਉਹਨੂੰ ਕੁਛ ਦਿੱਤਾ ਨੀ, ਕੁਛ ਨੀ ਉਹ ਕਰਿਆ, ਛੋਟਿਆਂ ਦੇ ਨਾਂ ਕਰਵਾਤਾ, ਤਾਂ ਜਾ ਦਿਨ ਦੇਖਣ ਨੂੰ ਮਿਲਿਆ ਮਾਂ ਦੀਆਂ ਧੀਆਂ ਨੇ ਘਰੋਂ ਹੀ ਕੱਢਤਾ। ਇਹ ਜਿਹੀ ਲਾ ਦੇਣਾ ਤਾਂ ਰੱਬ ਐਵੇਂ ਚੰਗਾ, ਰੱਬਾ ਧੀਆਂ ਹੀ ਦੇ ਦਿਆ ਕਰ ਇਦੂ ਤਾਂ, ਕਾਹਨੂੰ ਕੁੱਤਾਂ ਦੇ ਉਹ ਕਰਵਾਉਣਾ, ਸਾਨ ਕਰਵਾਇਆ ਇਹਨਾਂ ਦਾ। ਮੈਨੂੰ ਕਹਿੰਦਾ ਸਮਝ ਨੀ ਆਉਂਦੀ ਜੀ। ਹਾਂ ਆ ਕੁੜੀ ਜੀ ਲੈ ਇੰਨਾ ਸਮਝਾਇਆ, ਦੇਖ ਲੈ ਜਮਾਂ ਨਹੀਂ ਸੁਣਦੀ ਹੈਗੀ। ਤੇ ਹੋਰ ਆ ਕੀ ਕਰੀ, ਆਈ ਜਾਂਦੀ ਹੈ ਲੜਕੇ। ਅੱਛਾ ਆ ਗਿਆ ਫੋਨ ਉਹਨਾਂ ਦਾ? ਆ ਗਿਆ ਫੋਨ ਮੇਰੇ ਕੋਲ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ। ਨਾ ਹੁਣ ਇੱਥੇ ਕੀ ਲੈਣ ਆਈ ਆ ਤੂੰ ਬਈ? ਹੈ ਲੈ ਹੋਰ ਧੀਆਂ ਪੇਕਿਆ ਘਰ ਜਾਂਦੇ ਹੁੰਦੇ, ਹੋਰ ਕਿੱਥੇ ਆਉਂਦੇ ਹੁੰਦੇ ਨੇ ਬਾਈ। ਕੋਈ ਗੱਲ ਨੀ ਵਗ ਜਾ, ਸਾਨੂੰ ਪਤਾ ਲੱਗ ਗਿਆ ਤੂੰ ਕੀ ਕਰਤੂਤ ਕੀਤੀ ਆ, ਉੱਥੇ ਵਗ ਜਾ ਜਿੱਥੋਂ ਆਈ ਆ। ਕਿਸੇ ਨਾਲ ਵੀ ਨਾ ਦਰਿਆਤ ਨਹੀਂ ਕਰੀਦੀ ਹੁੰਦੀ, ਉਹ ਆਖਰ ਨੂੰ ਉਹ ਵੀ ਤੇਰਾ ਪੁੱਤ ਸੀਗਾ, ਸਾਨੂੰ ਸਾਰਾ ਕੁਝ ਦੱਸਤਾ ਉਹਨਾਂ ਨੇ, ਨਾਲੇ ਜਿੱਧਰੋਂ ਆਈ ਆ ਨਾ ਉਧਰ ਹੀ ਵਗ ਜਾ, ਸਾਡੇ ਘਰੇ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਤੇਰੇ ਲਈ। ਚੱਲ ਕੋਈ ਨਾ ਵੀਰੇ ਵਗ ਜਾਣੀ ਆ ਮੈਂ, ਪਰ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ। ਆਹੋ ਤੂੰ ਬਹੁਤ ਚੰਗਾ ਕਰਕੇ ਆਈ ਆ ਨਾ ਅਗਲਿਆਂ ਨਾਲ, ਤੂੰ ਤਾਂ ਬਹੁਤ ਨਾਮ ਉੱਚਾ ਕਰਤਾ ਨਾ ਉਹਦੇ ਭਰਾ ਭਰਜਾਈ ਦਾ। ਠੀਕ ਹੈ ਬਈ ਜਾਣੀ ਆ। ਆਈ ਇੱਥੇ ਹੁਣ ਜਲੂਸ ਕਢਾਤਾ ਸਾਰਿਆਂ ਦਾ। ਤੇ ਹੋਰ ਵਾਹਿਗੁਰੂ ਸੱਚੇ ਪਾਤਸ਼ਾਹ। ਮਾਂ ਤੂੰ ਇੱਥੇ? ਤੇ ਤੂੰ ਪੁੱਤ ਇੱਧਰ? ਕਹਿੰਦਾ ਮੱਥਾ ਟੇਕਣਾ ਸੀ ਗੁਰਦੁਆਰੇ। ਅੱਛਾ ਹੋਰ ਠੀਕ ਨੇ ਸਾਰੇ? ਸਭ ਠੀਕ ਹੈ ਵਧੀਆ। ਤੂੰ ਇੱਥੇ ਕਿਵੇਂ ਖੜੀ ਹੈ? ਤੈਨੂੰ ਕੀ ਦੱਸਾਂ ਮੈਂ ਇੱਥੇ ਕਿਉਂ ਖੜੀ ਹਾਂ ਮੈਂ, ਤੇ ਕੰਮੋ ਕਿਵੇਂ ਹੈ? ਠੀਕ ਹੈ ਵਧੀਆ। ਮੈਂ ਤੈਨੂੰ ਪੁੱਛਿਆ ਮੈਂ, ਤੂੰ ਦੱਸ ਤੂੰ ਇੱਥੇ ਕਿਉਂ ਖੜੀ ਹੈ? ਤੇਰੇ ਭਾਈਆਂ ਨੇ ਘਰੋਂ ਕੱਢਤਾ। ਘਰੋਂ ਕੱਢਤਾ? ਹਾਂ ਪੁੱਤ। ਕਿਉਂ? ਉਹ ਕਹਿੰਦੇ ਹੁੰਦੇ ਨਾ ਕਿ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ, ਜਿਵੇਂ ਮੈਂ ਤੈਨੂੰ ਘਰੋਂ ਕੱਢਿਆ ਸੀ ਉਹਨਾਂ ਨੇ ਮੈਨੂੰ ਘਰੋਂ ਕੱਢਤਾ। ਓਹੋ ਚੱਲ ਕੋਈ ਗੱਲ ਨਹੀਂ ਮਾਂ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਤੇਰੀ ਸੋਚ ਗਲਤ ਆ ਗਈ, ਜੇ ਤੂੰ ਇਹ ਗੱਲ ਪਹਿਲਾਂ ਸਮਝ ਜਾਂਦੀ ਅੱਜ ਆ ਤੇ ਸਾਰਾ ਕੁਝ ਤੈਨੂੰ ਦੇਖਣਾ ਨਾ ਪੈਂਦਾ। ਸਹੀ ਗੱਲ ਹੈ ਪੁੱਤ ਤੇਰੀ, ਮੇਰੀ ਅਕਲ 'ਤੇ ਪੜਦਾ ਹੀ ਪੈ ਗਿਆ ਕੋਈ। ਚੱਲ ਕੋਈ ਗੱਲ ਨਹੀਂ ਮਾਂ, ਕਹਿੰਦੇ ਹੁੰਦੇ ਪਰਮਾਤਮਾ ਫਿਰ ਵੀ ਕਹਿੰਦੇ ਹੁੰਦੇ ਮੇਰੇ ਨਾਲ ਹੀ ਆ, ਆਹ ਦੇਖ ਜਿਹੜੀ ਤੂੰ ਕਹਿੰਦੀ ਹੁੰਦੀ ਸੀ ਨਾ ਕੰਮ ਉਹ ਠੀਕ ਨਹੀਂ ਹੁੰਦੀ ਤਾਂ ਉਹ ਵੀ ਠੀਕ ਹੋ ਗਈ ਹੁਣ। ਹੋ ਗਈ ਠੀਕ ਮੇਰੀ? ਹਾਂ ਉਵੇਂ ਆਪਦੀ ਡਿਊਟੀ 'ਤੇ ਜਾਣ ਲੱਗ ਗਈ, ਸਾਰਾ ਦਾ ਕੰਮ ਕਰਦੀ ਹੈ। ਤੈਨੂੰ ਕਿਹਾ ਸੀ ਵੀ ਟਾਈਮ ਹੁੰਦਾ ਕੋਈ, ਮਾੜਾ ਟਾਈਮ ਲੰਘ ਜਾਂਦਾ ਹੁੰਦਾ, ਸਾਡਾ ਫਿਰ ਵੀ ਪਰਮਾਤਮਾ ਨੇ ਮਾੜਾ ਟਾਈਮ ਲੰਘਾਤਾ। ਚੱਲ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਚੱਲ। ਲੈ ਪੁੱਤ ਮੈਂ ਤੇਰੇ ਨਾਲ ਕਿਵੇਂ ਜਾ ਸਕਦੀ ਹਾਂ, ਮੈਂ ਤੈਨੂੰ ਘਰੋਂ ਕੱਢਿਆ ਸੀਗਾ। ਉਹ ਚੱਲ ਕੋਈ ਨਹੀਂ, ਜੇ ਕੱਢ ਬਾਲਾ ਕਰਦਾ ਤਾਂ ਵਗ ਜਾਣੀ ਆ। ਮੇਰੀ ਮਾਂ ਗੀ ਤੂੰ